ਲੋ ਵੀ ਮੁੰਡਿਓ ਵੈਲਕਮ ਵੈਲਕਮ ਤੁਹਾਡਾ ਸਾਰਿਆਂ ਦਾ ਵੈਲਕਮ ਇੱਕ ਵਾਰੀ ਹੋਰ ਆਵਾਜ਼ ਸਹੀ ਹੁੰਦੀ ਆ ਅਰੇ ਬਾਏ 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 ਆਵਾਜ਼ ਸਹੀ ਆ ਨਾ ਬਾਈ ਓਕੇ ਰਿਪੋਰਟਾਂ ਲਓ ਵੀ ਮੁੰਡਿਓ ਕੀ ਹਾਲ ਚਾਲ ਆ ਸੈੱਟੋਂ ਕੀ ਬਣਦਾ ਪਿਆ ਖੇਡੀਏ ਫਿਰ ਟਰੈਕਟਰ ਟਰੂਕਟਰ ਚਲਾਈਏ ਅੱਜ ਅਰੇ ਯਾਰ ਟਰੈਕਟਰ ਚਲਾਉਣੇ ਕਹਿੰਦੇ ਅੱਜ ਹੈ ਚਲਾਉਂਦੇ ਹਾਂ ਰੁਕ ਜਾਓ ਬਾਈ ਮਸਾਂ ਹੀ ਜੁਆਇਨ ਕੀਤਾ ਬਾਈ ਟਰੈਕਟਰਾਂ ਨੂੰ ਕਿਉਂਕਿ ਕੰਮ ਖਰਾਬ ਹੋਇਆ ਪਿਆ ਸੀ ਅਤੇ ਹੋਰ ਫਿਰ ਜਿੰਨੇ ਵੀ ਜਾਣੇ ਆਏ ਵੈਲਕਮ ਮੁੰਡਾ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਆ ਜੱਟ ਐਕਸ ਅਭਿਜੋਤ ਹਸਤਵੀਰ ਅੰਮ੍ਰਿਤ ਬਾਈ ਬੂਟਾ ਗੇਮਿੰਗ ਵਰੁਣ ਚੌਧਰੀ ਰਣਜੀਤ ਬਾਵਾ ਅਰੇ ਬਾਈ ਬਾਈ ਮਿਸਟਰ ਕੂਲ ਇਜ਼ ਲਾਈਵ ਥੈਂਕ ਯੂ ਬਰੋ ਥੈਂਕ ਯੂ ਤੇਰਾ ਸਬਸਕ੍ਰਾਈਬ ਕਰਨ ਲਈ ਰਣਜੀਤ ਬਾਵਾ ਵੀ ਆ ਗਿਆ ਬੱਲੇ ਬੱਲੇ ਰਣਜੀਤ ਬਾਵਾ ਅਰਸ਼ਦੀਪ ਟੀਵੀ ਵੈਲਕਮ ਮੁੰਡਾ ਵੈਲਕਮ ਸੁੱਖ ਕੰਡੋਲਾ ਅਰੇ ਆਪਣਾ ਇਟਲੀ ਵਾਲਾ ਬਾਈ ਸੁੱਖ ਬਾਈ ਕੀ ਹਾਲ ਚਾਲ ਆ ਸੈੱਟ ਆ ਕਿੱਦਾਂ ਹੋਈ ਨਹੀਂ ਠੰਡ ਠੁੰਡ ਇਟਲੀ 'ਚ ਥੈਂਕ ਯੂ ਫੋਰ ਯੋਰ ਸਪੋਰਟ ਬ੍ਰਦਰ ਬਹੁਤ ਪੁਰਾਣਾ ਬੰਦਾ ਯਾਰ ਤੂੰ ਤਾਂ ਬਹੁਤ ਹੀ ਜ਼ਿਆਦਾ ਪੁਰਾਣਾ ਬੰਦਾ ਲਵ ਯੂ ਬ੍ਰਦਰ ਲਵ ਯੂ ਤੈਨੂੰ ਅਤੇ ਸਾਈਕੋ ਗੇਮਿੰਗ ਵੈਲਕਮ ਦਲਜੀਤ ਰੰਧਾਵਾ ਬਾਈ ਬ੍ਰਾਊਨ ਗੁਰੀ ਅਰੇ ਬਾਈ ਬਾਈ ਬ੍ਰਾਊਨ ਗੁਰੀ ਕੰਡੋਲਾ ਇਟਲੀ ਦੀ ਯਾਦ ਕਰਾਤੀ ਯਾਰ ਇਟਲੀ ਦੀ ਯਾਦ ਆ ਗਈ ਹੈ ਗੁਰਜੀਤ ਕੌਰ ਉੱਪਲ ਇਸਾ ਜੱਟ ਕੀ ਹਾਲ ਚਾਲ ਆ ਮੁੰਡੋ ਅਤੇ ਬੀ ਟੀ ਐਕਸ ਨਵਜੋਤ ਹੋਰ ਜੀ ਕਿੱਦਾਂ ਬਾਈ ਕੀ ਹਾਲ ਚਾਲ ਆ ਨਵਜੋਤ ਇਕੱਲਾ ਹੀ ਬੈਠਾ ਸੀ ਅੱਜ ਡਿਸਕੋਡ 'ਚ ਹੈ ਕੀ ਹੋ ਗਿਆ ਸੀ ਕੀ ਹੋ ਗਿਆ ਸੀ ਮੁੰਡਿਆ ਦਿਲ ਟੁੱਟ ਗਿਆ ਸੀ ਅਤੇ ਕੁਛ ਹੋਰ ਅਤੇ ਲਓ ਵੀ ਅੱਜ ਆਪਾਂ ਖੇਡਾਂਗੇ ਤੁਹਾਨੂੰ ਪਤਾ ਹੀ ਆ ਫਾਰਮਿੰਗ ਸਿਮੂਲੇਟਰ ਅਤੇ ਕੱਲ੍ਹ ਭਈਏ ਗਏ ਸੀ ਆਪਣੇ ਬਿਹਾਰ ਵੱਲ ਮਤਲਬ ਆਪਣੀ ਫੈਮਲੀਆਂ ਨੂੰ ਮਿਲਣ ਅਤੇ ਅੱਜ ਵਾਪਸ ਆ ਚੁੱਕੇ ਆ ਅਤੇ ਅੱਜ ਉਹਨਾਂ ਨੂੰ ਲਾਉਂਦੇ ਹਾਂ ਕੰਮਾਂ ਕਾਰਾਂ 'ਤੇ ਅਤੇ ਬਾਕੀ ਤੁਹਾਡੇ ਸਾਹਮਣੇ ਦੇਖਦੇ ਹਾਂ ਕਰਦੇ ਹਾਂ ਫਨ ਅਤੇ 200 ਬੰਦਾ ਦੇਖੀ ਜਾਂਦਾ ਮੇਰੇ ਬਾਈ ਕੀ ਕੰਮ ਹੁੰਦਾ ਆਪਣਾ ਭੁੱਲਿਆ ਨਾ ਕਰੋ ਲਾਈਕ ਜਾਂ ਅੰਗੂਠਾ ਜਾਂ ਤਾਂ ਉਹਨੂੰ ਕਰਦਿਆ ਕਰੋ ਉਹਦੇ ਨਾਲ ਕੀ ਹੁੰਦਾ ਪ੍ਰੀਤ ਕੌਰ ਹਾਏ ਉਹਦੇ ਨਾਲ ਹੁੰਦਾ ਇਹ ਹੈ ਕਿ ਪ੍ਰੀਤ ਕੌਰ ਕੀ ਹਾਲ ਚਾਲ ਵਧੀਆ ਪ੍ਰੀਤ ਕੌਰ ਇਹ ਤੁਸੀਂ ਦੱਸੋ ਕਿੱਦਾਂ ਉਹਦੇ ਨਾਲ ਫਿਰ ਆਪਣੀ ਜਿਹੜੀ ਲਾਈਵ ਸਟ੍ਰੀਮ ਹੁੰਦੀ ਆ ਜ਼ਿਆਦਾ ਜਾਣਿਆਂ ਤੱਕ ਪਹੁੰਚ ਜਾਂਦੀ ਹੁੰਦੀ ਆ ਮਤਲਬ ਯੂਟਿਊਬ ਰਿਕਮੈਂਡ ਕਰ ਦਿੰਦੀ ਹੁੰਦੀ ਆ ਵੀਡੀਓ ਨੂੰ ਕਿ ਬਾਈ ਆ ਇੱਥੇ ਵਧੀਆ ਕੁਛ ਚੱਲਦਾ ਪਿਆ ਅਤੇ ਵਧੀਆ ਇੰਜੋਏ ਹੁੰਦਾ ਪਿਆ ਸੋ ਤਾਂ ਕਰਕੇ ਅਤੇ ਮੈਂ ਦੇਖਾਂ ਅਰੇ ਬਾਈ ਚੱਲਦੀ ਹੈ ਪਹਿਲਾਂ ਆਪਾਂ ਚੈੱਕ ਕੀਤਾ ਸਰਵਰ ਚੱਲਦਾ ਪਿਆ ਅਤੇ ਹੋਰ ਫਿਰ ਦਲਜੀਤ ਮਾਨ ਕਹਿੰਦਾ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਦਲਜੀਤ ਮਾਨ ਤਾਂ ਕਰ ਦਈਏ ਫਿਰ ਪਿੰਨ ਬਾਈ ਕਿਉਂਕਿ ਵੀ ਬਹੁਤ ਪੁਰਾਣਾ ਮੁੰਡਾ ਬੱਲੇ 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 ਤੁਸੀਂ ਸੁਣਾਓ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਆ ਵੈਰੀ ਨਾਈਸ ਬੱਲੇ 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 ਚਲੋ ਵੈਰੀ ਨਾਈਸ ਹੀ ਚਾਹੀਦਾ ਕੰਮ ਅਤੇ ਮੰਡ ਨੂਰ ਨੇ ਵੀ ਅੱਗ ਹੀ ਲਾਤੀ ਸੀ ਵੈਰੀ ਗੁੱਡ ਪਰ ਮੈਂ ਅੱਜ ਦਲਜੀਤ ਦਾ ਕਰਤਾ ਆਪਾਂ ਕੋਈ ਚੱਕਰ ਨਹੀਂ ਬੱਲੇ ਬੱਲੇ ਅੱਜ ਆਪਣੇ ਕਾਫੀ ਮੈਂਬਰ ਫਿਰਦੇ ਹੈ ਪ੍ਰੀਤ ਕੌਰ ਨਵਜੋਤ ਤੇਰੀ ਮੈਂਬਰ ਮੁੱਕ ਗਈ ਨਾ ਮਜ਼ੈਲ ਵੀ ਆ ਗਿਆ ਕਹਿੰਦੇ ਮਜ਼ੈਲ ਜ਼ੋਨ ਕੀ ਹਾਲ ਚਾਲ ਆ ਬ੍ਰਦਰ ਆਜੋ ਕਰਦੇ ਹਾਂ ਟਾਈਮ ਪਾਸ ਕਿਉਂਕਿ ਟਾਈਮ ਅੱਗੇ ਹੀ ਘੱਟ ਆ ਅਤੇ ਦੇਖਦੇ ਹਾਂ ਲਾਈਕ ਲੂਕ ਕਰਦੇ ਰਹੋ ਅਤੇ ਬਾਅਦ 'ਚ ਫਿਰ ਆਪਾਂ ਕਰਦੇ ਹਾਂ ਰੋਜ਼ ਪਹਿਲਾਂ ਮਿਲ ਹੀ ਲਈਏ ਹੈ ਨਾ ਸਾਰੇ ਭਈਆਂ ਨੂੰ ਆਪਾਂ ਮਿਲ ਲੈਂਦੇ ਹਾਂ ਆਹ ਥੀਮ ਜੀ ਚੇਂਜ ਕੀਤੀ ਸੀ ਮੈਂ ਪੁਰਾਣੀ ਲਾਈ ਸੀ ਵੀਰ ਜੀ ਟੀ ਏ 5 ਗੇਮ ਪਲੇ ਲੈ ਕੇ ਆਓ ਵੀਰੇ ਬ੍ਰਾਊਨ ਗੁਰੀ ਕੱਲ੍ਹ ਆਪਾਂ ਜੀ ਟੀ ਏ 5 ਵੀ ਖੇਡੀ ਸੀ ਤੁਸੀਂ ਦੇਖੀ ਸੀ ਪਹਿਲਾਂ ਮੈਨੂੰ ਇਹ ਦੱਸੋ ਕੱਲ੍ਹ 3 ਘੰਟੇ ਆਪਾਂ ਜੀ ਟੀ ਏ 5 ਦੀ ਸਟ੍ਰੀਮ ਕੀਤੀ ਸੀ ਪਬਜੀ 'ਚ ਆ ਜਾ ਅਰੇ ਬਾਏ ਬਾਏ ਮਾਸ਼ਾ ਅੱਲਾਹ ਪਬਜੀ 'ਚ ਆ ਜਾਓ ਆਕਾਸ਼ 15 ਮਿੰਟ ਪਹਿਲਾਂ ਮੈਸੇਜ ਕੀਤਾ ਹੁੰਦਾ ਪਰ ਉਦੋਂ ਆਪਾਂ ਲਾਈਵ ਨਹੀਂ ਸੀ ਫਿਰ ਆਪਾਂ ਸ਼ਾਇਦ ਪਬਜੀ ਖੇਡ ਲੈਂਦੇ ਨਾਲੇ ਪਬਜੀ ਲਈ ਯਾਰ ਖੁੱਲ੍ਹਾ ਟਾਈਮ ਚਾਹੀਦਾ ਆਪਾਂ ਬਾਅਦ 'ਚੋਂ ਕੰਮ 'ਤੇ ਜਾਣਾ ਤੈਨੂੰ ਪਤਾ ਸੋ ਤਾਂ ਕਰਕੇ ਲਵ ਫਰੋਮ ਪੰਜਾਬ ਜ਼ਿਲ੍ਹਾ ਸੰਗਰੂਰ ਬੱਲੇ ਬੱਲੇ ਚਲੋ ਮੁੰਡੋ ਦੇਖਦੇ ਹਾਂ ਅੱਜ ਕੀ ਕਣਕ ਕੁਣਕ ਵੱਢਣੀ ਆ ਅਤੇ ਕੀ ਕਰਨਾ ਅੰਦਰ ਅਤੇ ਮੇਰੇ ਬਾਈ ਲਾਈਕ ਜ਼ਰੂਰ ਕਰ ਦਿਓ 250 ਬੰਦਾ ਦੇਖੀ ਜਾਂਦਾ ਅਤੇ 300 ਲਾਈਕ ਤਾਂ ਹੁਣੇ ਚਾਹੀਦੇ ਆ ਅਤੇ ਦੇਖਦੇ ਹਾਂ ਜਾ ਕੇ ਅੰਦਰ ਕੀ ਕਰਨਾ ਅਤੇ ਘੰਟਾ ਕੁ ਲਾਉਂਦੇ ਹਾਂ ਖੇਤੀਬਾੜੀ ਕਰਦੇ ਹਾਂ ਅਤੇ ਆ ਜਾਓ ਫਿਰ ਕਰਦੇ ਹਾਂ ਫਨ ਹੈ ਨਾ ਚੱਲੀਏ ਡਿਸਕੋਡ ਵਿੱਚ ਕਿੱਧਰ ਗਿਆ ਡਿਸਕੋਡ ਆ ਰਿਹਾ ਰੁਕਿਓ ਹੈ ਓਕੇ ਬਾਈ ਹੈਲੋ ਹੈਲੋ ਡਿਸਕੋਡ ਵਾਲੇ ਆਉਂਦੀ ਆਵਾਜ਼
ਆ ਗਿਆ ਕਹਿੰਦੇ ਆਉਂਦੀ ਆਵਾਜ਼ ਵੈਰੀ ਗੁੱਡ ਮਸਾ ਹੀ ਜੁਆਇਨ ਕੀਤਾ ਮਾਮਿਓ ਮਸਾ ਹੀ ਜੁਆਇਨ ਕੀਤਾ ਤੁਹਾਡਾ ਸਰਵਰ ਟਰਾਲੀ ਚੱਕੀ ਗਈ ਨਾ ਆ ਤਾਂ ਇਹ ਚ ਪਿੰਗ ਬੜੀ ਹੋ ਗਈ ਪਿੰਗ ਜ਼ਿਆਦਾ ਹੁੰਦੇ ਆ ਰਹੇ ਯਾਰ ਇਹ ਮਾਸ਼ਾਅੱਲਾ ਪਰ ਮੇਰਾ ਤਾਂ ਫੋਨ ਭਾਈ ਸਹੀ ਚੱਲਿਆ ਸੀ ਚਲੋ ਮੁੰਡੇ ਜਾਣੇ ਆ ਜ਼ਿਆਦਾ ਟਾਈਮ ਨਹੀਂ ਮੇਰੇ ਵਾਲਾ ਫੂਡ ਤਾਂ ਭਾਈ ਵਧੀਆ ਚੱਲਿਆ ਸੀ ਕਿ ਨਹੀਂ ਭਾਈ ਚੈੱਕ ਕੀਤਾ ਜਾਣਾ ਇਹ ਤਾਂ ਸਹੀ ਚੱਲੂ ਮਤਲਬ ਕਿ ਥੋੜੀ ਜਿਹੀ ਚੁੱਕ ਪਹਿਲਾਂ ਨਹੀਂ ਨਹੀਂ ਮੇਰੇ ਵਾਲਾ ਬਾਈ ਨਿਊ ਹਲੈਂਡ ਤਾਂ ਵਧੀਆ ਚੱਲਦਾ ਪਿਆ ਮੁੰਡੇ ਹਾਂ ਸੈੱਟ ਵੀ ਇਹਨੂੰ ਗਾਂ ਸੈੱਟ ਤੇ ਮੌਸਮ ਬੜਾ ਸੋਹਣਾ ਹੋਇਆ ਪਿਆ ਚੱਕਰ ਕੀ ਆ ਪਤਝੜ ਆ ਗਈ ਸਾਉਣ ਦੀ ਝੜੀ ਦੇ ਵਿੱਚ ਤੇਰੇ ਨਾਲ ਨੱਚੇ ਨੇ ਇਹਨੂੰ ਜੀ ਕਰਦਾ ਆ ਗਏ ਮੁੰਡੇ ਕਿੱਧਰ ਫਿਰਦੇ ਤੁਸੀਂ ਓਏ ਕਿੱਧਰ ਆਈਏ ਟਰੈਕਟਰ ਲੈ ਕੇ ਸਰੋਂ ਆਪਾਂ ਕਿੱਥੇ ਉਹ ਰੇ ਉਹ ਖੜੇ ਤੁਸੀਂ ਆ ਗਏ ਆ ਗਏ ਆ ਗਏ ਆ ਗਏ ਅਰੇ ਭਾਈ ਭਾਈ ਕੈਮਰਾ ਕਿੱਧਰ ਚਲਾ ਗਿਆ ਲਓ ਵੀ ਮੁੰਡਿਆ ਸਾਹਿਲ ਭਾਈ ਥੈਂਕ ਯੂ ਆ ਫਿਰਦੇ ਤੁਸੀਂ ਤਾਂ ਖੇਤਾਂ 'ਚ ਹੀ ਛਾਲਾ ਮਾਰਦੇ ਫਿਰਦੇ ਆ ਕਿਹਨੇ ਵੜਤੀ ਕਣਕ ਹਾਂ ਛੱਲੀਆਂ ਤੇ ਆ ਕਿਹਨੇ ਕਮੈਂਡ ਕਿਹਨੇ ਲੈ ਕੇ ਆਉਂਦੀ ਅਰੇ 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 ਕੌਣ ਬੈਠਾ ਹਾਂ 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 ਯਾਦ ਆ ਗਿਆ ਮੁੰਡਾ ਕੱਲ ਦੇਖੀ ਸੀ ਨਾ ਤੁਸੀਂ ਤੇ ਆ ਚਲਾ ਕੇ ਦਿਖਾਈ ਜੀ ਸੀ ਵੀ ਬਾਈ 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 ਮੁੰਡਾ ਕੱਲ ਇੱਥੇ ਢੇਰੀ ਨਹੀਂ ਕੀਤੀ ਸੀ ਕੱਲ ਨਹੀਂ ਪਰਸੋਂ ਜਦੋਂ ਭਈਆਂ ਨੇ ਬਿਹਾਰ ਜਾਣਾ ਸੀ ਤੇ ਅੱਜ ਉਹੀ ਕੰਮ ਕਰਦੇ ਪਏ ਆ ਦੇਖੀ ਚਲਾ ਬਾਈ ਆਲੂ ਭਰ ਕੇ ਲੈ ਕੇ ਆਉਣੇ ਆਹੋ ਸੱਚੋ ਆਲੂ ਵੀ ਬਾਈ ਫੋੜ ਫੋੜ ਚਲਾਉਣੇ ਆ ਅੱਜ ਮੁੰਡੇ ਸੰਜੂ ਬਾਈ ਥੈਂਕ ਯੂ ਬਾਈ ਵੈਲਕਮ ਗਾਈਸ ਮੇਹਰ ਕਹਿੰਦੇ ਘਰ ਘਰ ਚੱਲੀ ਗੱਲ ਚੰਨੀ ਕਰੂੰ ਮਸਲੇ ਦਾ ਮੌਕਾ ਦਿਓ ਮੁੰਡੋ ਮਸਲੇ ਛੱਡ ਕੇ ਸਾਰਾ ਕੁਛ ਕਰ ਦੂੰ ਮੌਕਾ ਦਿਓ ਇੱਕ ਵਾਰੀ ਥੈਂਕ ਯੂ ਗਾਈਸ ਜੋ ਵੀ ਬੰਦਾ ਸਬਸਕ੍ਰਾਈਬ ਕਰ ਰਿਹਾ ਮੌਕਾ ਦਿਓ ਓਏ ਤੇ ਕਿਹਦੀ ਟਰਾਲੀ 'ਚ ਭਰਤੇ ਹੋਏ ਦੋਵੇਂ 9:11 ਦੂਜੇ 9:11 ਤੇ ਕੌਣ ਬੈਠਾ ਓਕੇ ਪਤਾ ਲੱਗ ਗਿਆ ਆਲੂ ਕਿੱਥੇ ਵੇਚਣੇ ਹੁਣ ਆਲੂ ਵੇਚ ਵੀ ਦਿੱਤੇ ਮਾਸ਼ਾ ਅੱਲਾ ਮੁੰਡਿਓ ਮੁੰਡਿਆਂ ਨੇ ਆਲੂ ਵੇਚ ਵੀ ਦਿੱਤੇ ਪਰ ਕੋਈ ਚੱਕਰ ਨਹੀਂ ਸਾਨੂੰ ਦੱਸਿਆ ਨਹੀਂ ਹਾਂ ਤੇ ਮਤਲਬ ਉੱਥੋਂ ਚੱਕ ਕੇ ਤੂੰ ਵੇਚ ਵੀ ਦਿੱਤੇ ਹੈ ਹਾਂ ਫਿਰ ਉਹ ਚੱਕਣ ਜਾਣੇ ਆ ਨਾ ਕਰਿਆਣਾ ਇੱਕ ਬੰਦਾ ਲੈ ਕੇ ਆਇਓ ਨਾਲ ਹਾਂ ਊ ਨਹੀਂ ਇਹਨਾਂ ਨੂੰ ਪਤਾ ਆ ਜਾ ਸਨੀ ਫਿਰ ਟਰਾਲੀਆਂ ਖਾਲੀ ਚਾਹੀਦੀਆਂ ਸਾਨੂੰ ਕਿੰਨੀਆਂ ਟਰਾਲੀਆਂ ਸੀ ਤਿੰਨ ਚਾਰ ਟਰਾਲੀਆਂ ਸੀ ਬੇਈਮਾਨ ਬਾਈ ਥੈਂਕ ਯੂ ਹਾਂ ਇੱਕ ਜਣਾ ਕਬੈਨ ਲਿਆਓ ਚੱਲ ਚੱਲ ਮੈਨੂੰ ਨਹੀਂ ਪਤਾ ਰਸਤੇ ਦਾ ਮੈਂ ਭੁੱਲ ਗਿਆ ਤੇਰੇ ਪਿੱਛੇ ਆਉਣਾ ਨਾਟ ਗਿਆਰਾ ਬੁੱਕਦਾ ਪਿਆ ਉਹ ਬਾਈ 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 ਉਹ ਗੱਲ ਪਿੰਗ ਕਰਕੇ ਮੁੜਦਾ ਹੀ ਨਹੀਂ ਸਹੀ ਉਹ ਸੋਨੀ ਕਬੈਣੇ ਨਹੀਂ ਭੱਜਦੀ ਅਰੇ ਮਾਸ਼ਾ ਅੱਲਾ ਸਿੰਘ ਬਾਈ ਆ ਜਾਓ ਜੇ ਸੀ ਬੀ ਵਾਲੇ ਆ ਜਾਓ ਜੇ ਸੀ ਬੀ ਕੀ ਖੁਦਾਈ ਕਰਨੀ ਆ ਹਾਂ ਤੂੰ ਫਿਰ ਟਰੈਕਟਰ ਚਲਾ ਲਈ ਕਿਉਂ ਮੁੰਡੇ ਸਹੀ ਆ ਨਾ ਮੁੰਡੇ ਆਵਾਜ਼ ਬੂਝ ਸਾਰਾ ਕੁਛ ਸਹੀ ਆ ਨਾ 855 ਲੈ ਲਾ ਓਏ ਕਿੱਧਰ ਮੁੜਤਾ ਏ ਉਹ ਖਾਲੀ ਟਰੈਕਟ ਆ ਕੀ ਕਰਤਾ ਉਹ ਮੈਨੂੰ ਲੱਗਿਆ ਭਾਈ ਭੱਜ ਗਏ ਨਹੀਂ ਦੋ ਹੀ ਸੀ ਸੰਨੀ ਤੇਰੇ ਵਾਲੀ ਦੀ ਟਰਾਲੀ ਕਿੱਧਰ ਗਈ ਸੀ ਤੇਰਾ ਟਰੈਕਟਰ ਨਹੀਂ ਲੱਭਿਆ ਸੀ ਸਾਨੂੰ ਹਾਂ ਓਕੇ ਚੱਲ ਬਾਈ ਹਾਂ ਹਾਂ ਸਾਡੇ ਆਲੂ ਦਿਖਾਉਂਦੇ ਆ ਬਾਈ ਤੁਹਾਨੂੰ ਸਵਰਾਜ ਚੱਕ ਲਓ ਵੀਰ ਚੱਕਦੇ ਚੱਕਦੇ ਜਦੋਂ ਉੱਥੇ ਪਹੁੰਚ ਗਏ ਨਾ ਫਿਰ ਆ ਗਿੱਲ ਤੋਂ ਬਟਾ ਲੈਂਦੇ ਆਪਾਂ ਸਵਰਾਜ ਲੈਂਦੇ ਆ ਕਾਹਦੀ ਗੱਲ ਦਾ ਕਾਹਦਾ ਧੰਨਵਾਦ ਹੈ ਦੱਸੀ ਗੱਲ ਦੱਸੀ ਕਾਹਦਾ ਧੰਨਵਾਦ
ਕਾਦਾ ਧੰਨਵਾਦ ਹੈ ਵੀਰੇ ਅਸੀਂ ਕੀ ਕਰਤਾ ਇਹੋ ਜਿਹਾ ਇਹਦਾ ਬਹੁਤ ਗਾਹ ਲਾਇਆ ਆਜੋ ਕਿਰਾ ਮੈਨੂੰ ਪੈ ਗਿਆ ਸੀ ਜ਼ਰੂਰੀ ਕੰਮ ਮੈਂ ਟੱਪ ਗਿਆ ਸੀ ਆਪਦਾ ਫਿਰ ਤੂੰ ਬਾਈ ਸਾਨੂੰ ਇਕੱਲਿਆਂ ਨੂੰ ਛੱਡ ਕੇ ਭੱਜ ਗਿਆ ਉਦੋਂ ਫਿਰ ਅਸੀਂ ਰੈਲੀ ਕੀਤੀ ਮਤਲਬ ਧਰਨਾ ਲਾਇਆ ਸੜਕ ਤੇ ਆ ਬਾਈ ਨਾ ਮੈਂ ਦੱਸਿਆ ਸੀ ਗੱਲ ਕਿੱਥੇ ਪਏ ਆ ਪਏ ਉਹ ਥੋੜੀ ਬਹੁ ਉੱਥੇ ਪਏ ਵਾਹ ਵਧੀਆ ਚੀਜ਼ ਉੱਥੇ ਹੀ ਪਈ ਹੈ ट्राली भाई बैक करके ला दी आपा ला दे ला दे ला दे भाई नाट गया राह लाता कहला स्वराज दही बाद चो अपने नू चोड़ता कोई ना तू ला बैक ला ट्राली होर की भाई आ आलू आ इधर देखो कमैन हुण किदां चक दी देख दिया किदां पौंदी भाई विच चेक कर दिया ਬਈ ਪਰਲੇ ਪਾਸੇ ਲਾਉਣੇ ਇਧਰ ਇਧਰ ਬਈ ਬਰਾੜਾ ਵੀ ਉਹ ਟਰੈਕਟਰ ਉੱਥੇ ਇਧਰ ਕਰ ਲਓ ਚੱਕਦਾ ਲਓ ਬਈ ਆ ਗਿਆ 855 ਹਾਂ ਉਹ ਇਧਰ ਟ੍ਰੈਫਿਕ ਲੱਗ ਜਾਣਾ ਵੈਰੀ ਗੁੱਡ ਆ ਕੀਤੀ ਸਿਆਣਿਆਂ ਲਈ ਗੱਲ ਥੈਂਕ ਯੂ ਸੋ ਮਚ ਫਾਰ ਵਾਚਿੰਗ ਵੈਲਕਮ ਟੂ ਸਟ੍ਰੀਮ ਐਵਰੀਬਾਡੀ ਮੇਕ ਸ਼ੋਰ ਟੂ ਲਾਈਕ ਐਂਡ ਸਬਸਕ੍ਰਾਈਬ ਆ ਬਈ ਵੇਖੋ ਚਲੋ ਵੀ ਲੈਟਸ ਗੋ ਸਨੀ ਚੱਲ ਕਾਰ ਕੰਮ ਭਾਂਦੀ ਸ਼ੁੱਗੀ ਓਹੋ ਭਾਈ ਆ ਹੁੰਦੇ ਅਸਲੀ ਕੰਮ ਦੇਖੋ ਚੱਲ ਪੈਣਾ ਲੋਡਰ ਚਲਾਉਣੀ ਆਉਂਦੀ ਇਹ ਕਿੱਥੋਂ ਸਿੱਖੀ ਭੈਣ ਚੋ ਰੋਟੀ ਖਾਂਦੇ ਖਾਂਦੇ ਆ ਗਈ ਰੋਜ਼ ਬਾਈ ਤੁਹਾਨੂੰ ਦਿਖਾਉਂਦੇ ਆ ਟਰਾਲੀ 'ਚ ਜਾ ਕੇ ਆਹ ਦੇਖੋ ਆਲੂ ਭਰਤੇ ਰੋਟੀ ਖਾ ਰਹੇ ਥੇ ਫਿਰ ਹਮੇ ਆ ਗਈ ਕਿਆ ਆ ਗਈ ਭਾਈ ਗਾਇਸ 500 ਬੰਦਾ 300 ਲਾਈਕ ਇਹ ਬਾਤ ਗਲਤ ਹੈ ਬਿਲਕੁਲ ਗਲਤ ਹੈ ਭਾਈ ਲਾਈਕ ਨਹੀਂ ਕਰਦੇ ਮੁੰਡਿਓ ਤੁਸੀਂ ਆ ਸੰਨੀ ਦੇ ਨਾਂ ਤੇ ਹੀ ਕਰ ਦੋ ਆ ਕਮੈਨ ਵਾਲੇ ਬੰਦੇ ਦੇ ਨਾਂ ਤੇ ਹੀ ਕਰ ਦੋ ਜੇ ਮੇਰੇ ਨਾਂ ਤੇ ਨਹੀਂ ਕਰਨੇ 2000 ਲਾਈਕ ਕਰ ਦੋ ਬਰਾੜ ਦੇ ਯਾਰ ਉਹ ਆ ਦੇਖੋ ਕਮੈਨ ਵਾਲਾ ਬੰਦਾ ਕਹਿੰਦਾ ਪਿਆ ਬਾਈ ਜੀਸੀਬੀ ਵਾਲਾ ਹੁਣ ਆਖੇ ਨਹੀਂ ਲੱਗਦੇ ਨਹੀਂ ਨਹੀਂ ਸਰ ਜੂਗਾ ਆ ਸਵਿਫਟ ਵਾਲਾ ਕਿਹੜਾ ਆ ਗਿਆ ਆ ਮੈਨੇਜਰ ਆ ਗਿਆ ਲੱਗਦਾ ਮੈਨੇਜਰ ਆ ਗਿਆ ਉਹ ਮੈਨੇਜਰ ਹੀ ਸੀ ਓਏ ਮੈਨੇਜਰ ਹੀ ਸੀ ਸਿੰਘ ਬਾਈ ਵੈਲਕਮ ਟੂ ਦ ਸਟ੍ਰੀਮ ਬਾਈ ਉਦਣ ਬਾਈ ਗੱਲ ਮੈਨੇਜਰ ਆ ਗਿਆ ਬਾਈ ਸੱਚੀ ਸਹੀ ਗੱਲ ਆ ਮੈਨੇਜਰ ਸਹੀ ਸਹੀ ਕੰਮ ਕਰ ਮੈਨੇਜਰ ਆ ਗਿਆ ਮੈਨੇਜਰ ਆ ਗਿਆ ਬਾਈ ਨੰਬਰਦਾਰ ਆ ਗਿਆ ਕਹਿੰਦੇ ਸਿੰਘ ਬਾਈ ਉਦਣ ਨਾ ਆਲੂ ਸਾਥੋਂ ਮਤਲਬ ਪਤਾ ਨਹੀਂ ਲੱਗਿਆ ਆਲੂ ਕਿੱਧਰ ਵੇਚਣੇ ਸੀ ਉਦਣ ਸਾਨੂੰ ਇਹ ਗੱਲ ਸੀ ਉਦਣ ਉਦਣ ਤੁਸੀਂ ਹੈ ਨਹੀਂ ਸੀ ਨਾ ਕਿਉਂਕਿ ਬਾਅਦ 'ਚ ਇਹਨਾਂ ਨੇ ਬਿਹਾਰ ਜਾਣਾ ਸੀ ਤਾਂ ਕਰਕੇ ਪਰ ਦੇਖਦੇ ਆ ਬਾਈ ਕਰੋ ਯਾਰ ਇੱਧਰ ਵੇਖੋ ਮੁੰਡੇ ਪੂਰਾ ਹੱਥ ਦੀਪੂ ਵੈਲਕਮ 300 ਤਾਂ ਕਰਦੇ ਯਾਰ ਕਿੱਥੋਂ ਕਰਦੀ ਹੈ 300 ਤਾਂ ਯਾਰ ਦੇਖਦੇ ਆ 1000 ਕਿੱਥੋਂ ਕਰਦੀ ਹੈ ਬਾਈ ਜਿਹੜੇ ਆਈ ਜਾਂਦੇ ਰਹਿੰਦੇ ਆ ਸੁੱਖ ਬਾਈ ਇੱਦਾਂ ਹੁੰਦਾ ਹੁੰਦਾ ਹਾਂ ਚਾਹੀਦਾ ਇੱਕ ਹੋਰ ਚਾਹੀਦਾ ਸਹੀ ਗੱਲ ਢਿੱਲਾ ਬਹੁਤ ਆ ਕਮੈਨ ਵਾਲਾ ਬੰਦਾ ਨਵਾਂ ਗਾ ਨਾ ਢਿੱਲਾ ਬਹੁਤ ਆ ਰੋਟੀ ਖਾਣਾ ਤੇ ਚੜਦਾ ਲੋਨ ਸਮਝ ਗਏ ਉਹ ਮੇਰੇ ਵਾਲਾ 855 ਤੇ ਕੌਣ ਯਾਰ ਫਿਰ ਉਹ ਸਟੋਰੀ ਸਾਰੀ ਅੱਗ ਲਾ ਦਿੰਦੇ ਹੁਣ ਕੀ ਕੀਤਾ ਜਾਵੇ ਸੰਨੀ ਯਾਰ ਲੈ ਬਈ ਟਾਟਾ ਬਿਰਲਾ ਹੁਣ ਆ ਟਰੈਕਟਰ ਇੱਥੇ ਕੀ ਲਾਤਾ ਬਾਈ ਸ਼ਰੇਆਮ ਸੜਕ ਦੇ ਵਿਚਾਲੇ ਥੋੜ੍ਹੇ ਜਿਹੇ ਅਸਲੀ ਕੰਮ ਕਰੋ ਉਹ ਨੰਬਰਦਾਰ ਬਾਈ ਤੁਸੀਂ ਗੱਡੀ ਕਿੱਥੇ ਲਾਤੀ ਓਏ ਸਵਿਫਟ ਗੱਡੀ ਬਾਈ ਨੇ ਕਿੱਥੇ ਲਾਤੀ ਮੈਂ ਚਲਾਉਂਦਾ ਸਿੰਘ ਬਾਈ ਦੀ ਬਾਈ ਆ ਆਪਣੇ ਫਾਰਮ ਵਾਲੇ ਬੰਦੇ ਦੀ ਗੱਡੀ ਆਤਾ ਯਾਰ ਬਾਈ ਆ ਗੱਡੀ ਆਪਣੀ ਸਕਾਰਪੀਓ ਕਦੋਂ ਲੈਣੀ ਫਿਰ ਗੱਡੀ ਵਿੱਚ ਹੋਣ ਵਾਲੀ ਆ ਕਿਉਂਕਿ ਆ ਜੱਸ ਚੀਜ਼ ਦੀ ਜੇ ਨਹੀਂ ਆਪਾਂ ਨੂੰ ਇੱਦਾਂ ਕਹਿ ਸਕਦੇ ਹਾਂ ਤੁਹਾਡੇ ਕੋਲ ਵੱਡੀ ਗੱਡੀ ਹੋਣੀ ਚਾਹੀਦੀ ਹੈ ਸਕਾਰਪੀਓ ਰੇਂਜ ਰੋਵਰ ਟਾਈਪ ਹੈ ਨਾ ਹਾਂਜੀ ਸੋ ਤਾਂ ਕਰਕੇ ਓਏ ਹੋਏ ਫਿਰ ਤਾਂ ਬਾਈ ਕਹਿ ਰੋ ਜੂ ਫੋਰਨ ਡਰਾਈਵਰ ਬਾਈ ਦੱਸੋ ਯਾਰ ਕਿਹੜੀ ਗੱਡੀ ਚਾਹੀਦੀ ਆ ਕਿਹੜੀ ਗੱਡੀ ਲਿਆਵੇ ਆਪਣਾ ਮੈਨੇਜਰ ਸਾਹਿਬ
ਤੇ ਟਰਾਲੀ ਭਰੀ ਕਿ ਨਹੀਂ ਇੱਕ ਟਰਾਲੀ ਭਰੀ ਨਹੀਂ ਉਹਦੇ ਬਾਈ ਜਿਹਨੂੰ ਕਹਿ ਲੈਣ ਦਿਆ ਕਰੋ ਕਿਉਂਕਿ ਉਹ ਅੱਕੇ ਹੁੰਦੇ ਆ ਦੁਨੀਆਦਾਰੀ ਤੋਂ ਕੰਧਾਂ ਚ ਮੱਥੇ ਮਾਰਦੇ ਹੁੰਦੇ ਆ ਕਿ ਬਾਈ ਇਹ ਕੀ ਕਰੀ ਜਾਂਦੇ ਜਿਹੜੇ ਉਹ ਕੀਤੇ ਹੁੰਦੇ ਆ ਨਾ ਸੁਰੰਗ ਜੇ ਕੰਧਾਂ ਚ ਬਾਈ ਦੂਜੀ ਕਬੈਨ ਆਈ ਤਾਂ ਹੈ ਨੀ ਯਾਰ ਸੰਨੀ ਮੈਂ ਟਰਾਲੀ ਮਾੜੀ ਕਿ ਪਿੱਛੇ ਨੂੰ ਕਰਦਾ ਕਿਉਂਕਿ ਮੈਨੂੰ ਲੱਗਦਾ ਤੂੰ ਅੱਗੇ ਭਰਤੀ 26% ਕੋਈ ਨਾ ਆਉਂਦੇ ਪਏ ਆ ਦੋ ਕਬੈਨ ਵਾਲੇ ਬੰਦੇ ਹੋਰ ਆਉਂਦੇ ਪਏ ਆ ਬਾਈ ਓਏ ਹਜੇ ਓਏ ਸੱਚ ਹਜੇ ਆਪਣੇ ਆਲੂ ਵੀ ਵੱਢਣ ਵਾਲੇ ਪਏ ਆ ਹੋਰ ਲੈ ਬਾਈ ਤੇਰੇ ਕੋਲ ਲਾਤਾ ਹੁਣ ਮੁੜੋ ਅੱਤ ਚੀਜ਼ ਬਾਈ ਅੱਤ ਮਾੜਾ ਕਿੱਧਰ ਨੂੰ ਜਾਈਏ ਆਪਾਂ ਇੱਧਰ ਨੂੰ ਜਾਈਏ ਹਾਏ ਹਜੇ ਵੀ ਪਾਟੇ ਪਏ ਆ ਮਾਈਕ ਬਾਈ ਉਹ ਕਰਿਓ ਬਣ ਕੇ ਲਾਈਕ ਦਾ ਟਾਰਗੇਟ ਕਰ ਦਿਓ ਮੇਰੇ ਬਾਈ ਪਿੰਨ ਕਰ ਦਿੰਦੇ ਆਪਾਂ ਓਕੇ ਮਰੂਤੀ 800 ਓਏ ਗੱਲ ਕਿੱਧਰ ਚਲਾ ਗਿਆ ਤੂੰ ਟਰੈਕਟਰ ਇੱਥੇ ਲਾ ਕੇ ਓਏ ਆ ਯਾਰ ਮਸ਼ੀਨ ਲੈ ਜਾਉਂਦੇ ਆ ਹਾਂ ਮਸ਼ੀਨ ਭਾ ਕਿੱਧਰੋਂ ਲੈ ਕੇ ਆਉਣੀ ਆ ਚੰਡੀਗੜ੍ਹ ਤੋਂ ਬਰਨਾਲੇ ਚੰਡੀਗੜ੍ਹ ਹੀ ਪੈ ਗਿਆ ਇੱਕ ਸਾਹ ਦਾ ਓਰੇ ਬਾਈ ਬਾਈ ਤੂੰ ਤਾਂ ਨਾਲੇ ਬਠਿੰਡੇ ਦਾ ਸੀ ਥਰਮਲ ਪਲਾਟ ਚੋਂ ਚੱਕ ਲਿਆਉਂਦੇ ਭੈਣ ਦੀ ਸਿਰੀ ਕਿਉਂ ਵੀ ਮੁੰਡਾ ਯਾਰ ਇੱਦਾਂ ਕਰਦੇ ਭਾਈ ਇੱਦਾਂ ਕਰ ਕਿਸੇ ਨੂੰ ਦੱਸਿਓ ਨਾ ਕਿਸੇ ਨੂੰ ਵਾਹ ਕਿਹੜਾ ਬਹਿ ਗਿਆ ਸਿੰਘ ਬਾਈ 855 ਦੇ ਕਿਹੜਾ ਬਹਿ ਗਿਆ ਸਿੰਘ ਐਮ ਹਾਂ ਕੀ ਹੁੰਦਾ 855 ਸਾਡਾ ਨਾਟਕਰਾ ਫੜ ਸਹੀ ਗੱਲ ਆ ਭੈਣ ਦੀ ਕਿ ਮੈਂ ਦੇਖੀ ਗਿਆ ਮੈਂ ਕਿਹਾ ਕੀ ਕਰਦਾ ਕੀ ਮੈਂ ਤਾਂ ਬਾਈ ਟਰਾਲੀ ਐਕਸਚੇਂਜ ਕਰਾਉਣੀ ਸੀ ਭਰੀ ਟਰਾਲੀ ਆਪਾਂ ਪਾ ਲੈਣੀ ਪਿੱਛੇ ਗਿੱਲ ਭਰੀ ਜਾਊਗਾ ਆਪੀ ਕਮਲ ਨਿਰਮਾਣ ਬਾਈ ਓਏ ਨੋ ਕੋਡ ਨੈਵਰ ਫਾਲਚਰ ਪਲੀਜ਼ ਹਾਂ ਕੀ ਕਰਤਾ ਸੀ ਸਬਰ ਕਰਨਾ ਪੜੇ ਮਗਰ ਉਹ ਚੱਕੀ ਜਾਂਦੀ ਹੈ ਪਟਾਣ ਵਾਲੇ ਓਏ ਆ ਸਟੰਟ ਬਾਜ ਬਾਈ ਆ ਮੂਰੇ ਭਾਰ ਪਾਇਆ ਭੈਣ ਦੀ ਸ੍ਰੀ ਸਵਰਾਜ ਦਾ ਬਹੁਤ ਦੇਖੀ ਕਿਤੇ ਪਟਾਣ ਵਾਲੇ ਥੋੜਾ ਜਿਹਾ ਡਿਸਪਲੇ ਸਵਰਾਜ ਤਾਂ ਬਾਕੀ ਭੱਜਦਾ ਬਹੁਤ ਆ ਕੰਪੈਣ ਆ ਗਈ ਆਈ ਗੱਲ ਬੜਾ ਖੁਸ਼ ਹੋਇਆ ਬਾਈ ਲਓ ਬਾਈ ਝੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ ਆਲੂਆਂ ਦੀ ਸੱਚ ਆਲੂਆਂ ਦੀ ਵਧੀਆ ਕੀਤਾ ਬਾਈ ਸਵਰਾਜ ਦੇ ਮੂਹਰੇ ਭਾਰ ਪਵਾਇਆ ਕਿਉਂਕਿ ਆਲੂਆਂ ਨਾਲ ਚੱਕੀ ਜਾਂਦੀ ਸੀ ਕਿਹਨੇ ਗੱਲ ਕਰਨੀ ਸਿੰਘ ਬਾਈ ਕਰਿਓ ਗੱਲ ਇਹਦੇ ਨਾਲ ਮਾੜੀ ਇਹ ਜਿਹੜਾ ਚੱਕੀ ਫਿਰਦਾ ਨਾ ਕੱਟਣ ਵਾਲਾ ਇਹਦਾ ਕੱਟਿਓ ਕੁਛ ਬਾਈ ਆ ਪੈਲੀ ਖਰਾਬ ਹੋਈ ਪਈ ਆ ਕੋਈ ਬੰਦਾ ਹਾਲੀ ਮਾਰ ਦਿੰਦਾ ਇੱਥੇ ਯਾਰ ਬਗਾਨਿਆਂ ਦੇ ਆਪਣੀ ਨਹੀਂ ਆ ਫਿਰ ਛੱਡੋ ਇੱਕ ਗੱਲ ਪੁੱਛਣੀ ਆ ਮੁੰਡੇ ਦੱਸੋਗੇ ਮੈਨੂੰ ਸਿੰਘ ਬਾਈ ਜਿਹੜਾ ਆਪਣਾ 911 ਗਾ ਹਨਾ ਇਹ ਚੱਕਿਆ ਜਾਊਗਾ ਅੱਗਿਓਂ ਜੇ ਇਹ ਚ ਟਰਾਲੀ ਪੂਰੀ ਹੋ ਗਈ ਹਾਂ ਚੱਕਿਆ ਜਾਊਗਾ ਪਰ ਦੇਖਣ ਨੂੰ ਤਾਂ ਝੋਟਾ ਲੱਗਦਾ ਦੋ ਕਰਨਾ ਆ ਗਈਆਂ ਆ ਕੌਣ ਚਲਾਉਂਦਾ ਗੱਲ ਕਿੱਧਰ ਮਤਲਬ ਚਲਾਉਣ ਵੈਰੀ ਗੁੱਡ ਪਾਸੇ ਆ ਪਾਸੇ ਆ ਪਾਸੇ ਆ
ਅਸੀਂ ਬਾਈ ਵੀਡੀਓ ਵੀਡੀਓ ਬਣਾ ਲਈਏ ਇੱਥੇ ਫੋਨ ਹੈਗੇ ਆਪਣੇ ਕੋਲ ਵੀਡੀਓ ਬਣਾ ਲਈਏ ਜੀਸੀਬੀ ਕੀ ਖੁਦਾਈ ਲਿਖਾਂਗੇ ਜੀਸੀਬੀ ਕੀ ਖੁਦਾਈ ਉਹ ਸੱਚ ਮੈਂ ਲਿੰਕ ਪਾਇਆ ਨਹੀਂ ਇੰਸਟਾਗ੍ਰਾਮ ਤੇ ਤੇ ਪਾਇਆ ਰੋਜ਼ ਰੋਜ਼ ਗਾਈਸ ਸੁਣੇ ਆਪਾਂ ਸਟੋਰੀ ਪਾਉਂਦੇ ਕਾਪੀ ਲਿੰਕ ਓ ਬਈ ਸਟੋਰੀ ਹੱਥ ਨਾ ਦੀ ਇੱਥੇ ਮੈਂ ਤਾਂ ਭੁੱਲ ਗਿਆ ਲੋਕ ਜੇਸੀਬੀ ਕੀ ਖੁਦਾਈ ਚੱਲ ਰਹੀ ਹੈ ਇੱਕ ਪਾਸੇ ਗਿੱਲ ਲੱਗਿਆ ਹੋਇਆ ਤੇ ਇੱਕ ਪਾਸੇ ਸੰਨੀ ਤੇ ਆਪਣੇ ਨੰਬਰਦਾਰ ਸਾਹਿਬ ਕਿੱਧਰ ਗਏ ਨੰਬਰਦਾਰ ਸਵਿਫਟ ਲੈ ਕੇ ਭੱਜ ਗਿਆ ਕਿੱਧਰ ਗਿਆ ਬਈ ਆਰੇ 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 ਰੁਕੋ 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 ਆ ਕੇ ਰੁਕੋ ਫੋਟੋ ਦਿਖਾਣੀ ਆਰੇ ਸਟੋਰੀ ਪਾ ਦਈਏ ਮੁੰਡੋ ਲਾਈਕ ਕਰ ਦਿਓ ਇੱਕ ਵਾਰੀ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿੱਥੇ ਜਿੱਥੇ ਵੀ ਦੇਖਦੇ ਪਏ ਓਕੇ ਮੁੰਡੇ ਗੱਲ ਆ ਗਈ ਚਲਾਉਣੀ ਕਿ ਨਹੀਂ ਪੂਰਾ ਦੋ ਦੋ ਬਟਕਾਂ ਆਈਆਂ ਗੇਲੀਆਂ ਕਰਕੇ ਆਪਾਂ ਹਰੇ ਹਰੇ ਹੈ ਕਾਰਡ ਲੱਗਿਆ ਅਗਲੇ ਦਾ ਆਉਂਦੇ ਕਿਉਂ ਨਹੀਂ ਸਭ ਆਉਂਦਾ ਸਵਿਫਟ ਫੇਰ ਤੁਸੀਂ ਬਾਈ ਟ੍ਰੈਫਿਕ ਜਾਮ ਕਰਤਾ ਨਹੀਂ ਰੀਸਾਂ ਤੁਹਾਡੀਆਂ ਵੈਰੀ ਗੁੱਡ ਆ ਰੋਕਣੇ ਓਕੇ 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 ਫੇਰ ਸਹੀ ਹੈ ਫੇਰ ਸਹੀ ਮਤਲਬ ਮੈਨੇਜਰ ਸਾਹਿਬ ਨੇ ਕਿਹਾ ਹੈ ਇੱਧਰ ਸਾਲੇ ਆਲੂ ਆਲੂ ਲੋਡ ਹੁੰਦੇ ਪਏ ਮੁੰਡਿਓ ਬਾਈ ਜਿੰਨਾ ਟਾਈਮ ਟਰਾਲੀਆਂ ਲੋਡ ਹੁੰਦੀਆਂ ਨਾ ਤੁਸੀਂ ਜਿੰਨੇ ਜਿੰਨੇ ਵੀ ਟਾਰਗੇਟ ਰੱਖਿਆ ਸਾਰੇ ਕੰਪਲੀਟ ਕਰੋ ਮੇਰੇ ਬਾਈ ਨਾਟਗਰਾ ਨਹੀਂ 855 ਵਾਲਾ 66 ਹਾਂ ਬਾਈ 66% ਹੋ ਗਈ ਮੁੰਡਿਓ ਟੈਕਨੀਕਲ ਗੇਮਰਸ ਬਾਈ ਸ਼ੁਕਰੀਆ ਬਾਈ ਇੱਧਰ ਤੁਸੀਂ ਸੰਨੀ ਦੇ ਨਾਂ 'ਤੇ ਗਿੱਲ ਦੇ ਨਾਂ 'ਤੇ ਸਿੰਘ ਬਾਈ ਸਾਰਿਆਂ ਦੇ ਨਾਂ 'ਤੇ ਲਾਈਕ ਠੋਕਣੇ ਬੰਨ ਕੇ ਲਾਈਕ ਖਤਮ ਕਰਨੇ ਓਕੇ ਬਾਈ 855 ਜਿੰਦਾਬਾਦ ਯੈਸ ਬਾਈ ਓਏ ਖਾ ਜਾਂਦਾ ਨਾ ਕੂਲ ਲਿਪ ਯਾਰ ਇਹ ਚੱਕਰ ਕੂਲ ਲਿਪ ਖਾ ਜਾਂਦਾ ਅਮਰ ਗੇਮਿੰਗ ਬਾਈ ਸ਼ੁਕਰੀਆ ਯਾਰ ਹੱਥ ਦੇਖਦੇ ਹਾਂ ਨਾ ਬਾਈ ਝੋਟੇ ਗੱਲ ਬਾਈ ਮਾੜਾ ਮੈਂ ਪੰਗੇ ਲੈ ਕੇ ਦੇਖਿਆ ਕਰਿਆ ਇਹਨਾਂ ਹਾਂ ਵੈਰੀ ਗੁੱਡ ਨਹੀਂ ਰੀਸਾਂ ਤੇਰੀਆਂ ਨਹੀਂ ਰੀਸਾਂ ਤੇਰੀਆਂ ਅਰੇ ਅਰੇ ਮਾਸ਼ਾ ਅੱਲਾ ਇਹ ਤਾਂ ਸਾਲੇ ਦਾ ਹਿਸਾਬ ਕਿਤਾਬ ਕੀ ਹੋਏ ਓਏ ਥੱਲੇ ਤਾਂ ਉਹਨੂੰ ਕਿੱਦਾਂ ਆਉਣਾ ਗੱਲ ਓਏ ਸਾਡੇ ਹੱਥ ਸਾਡੇ ਬਸ ਦੀ ਗੱਲ ਨੀ ਕਰੋ ਤੁਸੀਂ ਭੈਣ ਦੀ ਸਿਰੀ ਸਾਡੇ ਬਸ ਦੀ ਗੱਲ ਨੀ ਮੇਰੀ ਕਿੰਨੀ ਹੋ ਗਈ 73% ਵੈਰੀ ਗੁੱਡ ਸੰਨੀ ਕਿਹੜਾ 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 ਕਰੂਗਾ ਦੇਖਦੇ ਆਜਾ ਦੇਖਦੇ ਇਹਨੂੰ ਦੇਖਦੇ ਆ ਕੀ ਕਰਦਾ ਜਾਂ ਤਾਂ ਟਰਾਲੀ ਪਲਟਾਊਗਾ ਜਾਂ ਤਾਂ ਮਿੱਟੀ ਭਰੂਗਾ ਕਰਤੇ ਵੈਡ ਬਿੰਗੇ ਕਰਤੇ ਭੈਣ ਦੀ ਸਿਰੀ ਨਵੇਂ ਲਵਾਉਣੇ ਪੈਣੇ ਹੁਣ ਵੈਡ ਬਿੰਗੇ ਹੋ ਗਏ ਬਾਈ ਸੰਨੀ ਚੈੱਕ ਕਰੀ ਕਿੰਨੀ ਕੁ ਭਰ ਗਈ ਟਰਾਲੀ ਚੈੱਕ ਕਰ 80 ਹੋ ਗਈ ਵੈਰੀ ਗੁੱਡ ਬਾਈ ਵੈਰੀ ਗੁੱਡ ਭਰੋ 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 ਜਲਦੀ ਭੈਣ ਚ ਟਾਇਰ ਚੈੱਕ ਪਰਲੇ ਪਾਸੇ ਪਰਲੇ ਪਾਸੇ ਹਾਏ ਓਏ ਪੈਂਚਰ ਲਾਉਣਾ ਪੈਣਾ ਟਰੈਕਟਰ ਦਾ ਬਚਾ ਗਾ ਹੋਏ ਨਹੀਂ ਉਰਲੇ ਪਾਸੇ ਵਾਲੇ ਟਾਇਰ ਤਾਂ ਸਹੀ ਆ ਬਾਈ ਟਰੈਕਟਰ ਫੈਂਸ ਉਹ ਪਲਟਾ ਦੀ ਭੈਣ ਦੀ ਸਿਰੀ ਉਹ ਕਰੈਨ ਪਲਟ ਗਈ ਉਹ ਗੱਲ ਆਈ ਇੱਧਰ ਓਏ ਗੱਲ ਆਈ ਓਏ ਇਹਦੀ ਭੈਣ ਬਾਹ ਵਿੱਚ ਆ ਗਈ ਭੈਣ ਤੇ ਸੰਦ ਵਿੱਚ ਆ ਗਏ ਉੱਤਰ ਜਾ ਭੈਣ ਉਹ ਸ਼ੁਕਰ ਭੈਣ ਤੈਨੂੰ ਨੁਕਸਾਨ ਹੋ ਜਾਣਾ ਸੀ ਬਾਈ ਨੁਕਸਾਨ ਹੋ ਜਾਣਾ ਸੀ ਸੰਨੀ ਬਾਈ ਕਰੈਨ ਫੜ ਦਿਓ ਆਪਣੀ ਯਾਰ ਮੈਨੇਜਰ ਸਾਹਿਬ ਆ ਭਈਆ ਕਾਹਤੋਂ ਰੱਖਿਆ ਤੁਸੀਂ ਮੈਨੂੰ ਸਮਝ ਨਹੀਂ ਲੱਗੀ ਆ ਭਈਏ ਸੰਨੀ ਸੰਨੀ ਬਾਈ ਨੇ ਫੜਾਏ ਬਾਈ
ਟੌਪ ਗੇਮਿੰਗ ਥੈਂਕ ਯੂ ਯਾਰ ਬਾਈ ਮੈਨੇਜਰ ਆਪਣੇ ਕੋਈ ਕਮਰਾ ਹੈ ਨਹੀਂ ਛੋਟਾ ਇਹਨੂੰ ਉਹਦੇ ਚ ਯਾ ਯਾ ਇਹਨੂੰ ਬਾਈ ਤੂੜੀ ਵਾਲੇ ਕਮਰੇ ਚ ਲੈ ਜਾਓ ਉਹ ਦੇਖ ਇੱਥੇ ਦੇਖ ਮੇਰੇ ਸਾਈਡ ਦੇਖੋ ਠੰਡ ਜੀ ਵੀ ਹੋਈ ਪਈ ਹੈ ਨਾ ਅੰਡਰ ਲਾਈਟ ਸੁਖ ਜੀ ਦਾ ਤਵਾਲ ਬਾਈ ਲਵ ਯੂ ਆ ਨਾੜ ਗਿਆ ਰੇ ਤੇ ਕਿਹੜਾ ਬੈਠਾ ਬਾਈ ਆਰਾਮ ਨਾਲ ਇਹ ਮੈਨੂੰ ਸਹੀ ਕੇ ਲੱਗਦਾ ਹਾਂ ਉਹ ਸਹੀ ਇੱਧਰ ਬਾਈ ਗੱਲ ਕਰਨੀ ਕਿੱਧਰ 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 ਆ ਬਾਈ ਇੱਧਰ ਆ ਜਾਓ ਆਪਾਂ ਇੱਥੇ ਬਹਿ ਕੇ ਵੀੜਾ ਬੁੜਾ ਲਾ ਲੈਨੇ ਆ ਜਾਓ ਏ ਇਹਨਾਂ ਨੂੰ ਕਰੀ ਜਾਂਦੋ ਕੰਮ ਤਾਂ ਤੂੰ ਹੈਗੀ ਆ ਤਾਂ ਤੂੰ ਕੁੱਟ ਲੈਨੇ ਇੱਥੇ ਯਾਰ ਮੇਰੇ ਕੋਲੇ ਸੀਗੀ ਟਰੈਕਟਰ ਜੇ ਜੋ ਯਾਰ ਉਹ ਜਾਂ ਤਾਂ ਕਿਸੇ ਨੂੰ ਕਹਿ ਦਿੰਦੇ ਆ ਦੇਸੀ ਦੀ ਦਾਰੂ ਫੜ ਲਿਆਓ ਓਏ ਆ ਕੀ ਓਏ ਆ ਕਿਦਾਂ ਆ ਓਹੋ ਬਾਈ 90 ਕਮੀ ਕੋਈ ਅਰੇ ਭਾਈ ਮਾਈ ਬਾਈ ਜਿਹੜੇ ਵਾਲੇ ਤੰਗੜ ਦੇ ਨਾ ਉਹ ਕੰਬਾਈਨਰ ਕੇ ਹਾਂ ਹਾਂ ਉਹਨਾਂ ਦੇ ਵੱਢ ਦਿਆ ਇਹਦੇ ਨਾਲ ਵੱਢ ਦਿਆ ਕਰੋ ਸਹੀ ਗੱਲ ਆ ਓਏ ਖੰਬੇ ਨਹੀਂ ਵੱਢ ਸਕਦੇ ਆਪਾਂ ਬਿਜਲੀ ਦੀਆਂ ਤਾਰਾਂ ਖੰਬੇ ਨਹੀਂ ਬਿਜਲੀ ਦੀਆਂ ਤਾਰਾਂ ਬਾਈ ਜਿਹੜੇ ਆ ਦੇਖਦੇ ਆ ਟਰਾਈ ਕਰਕੇ ਦੇਖਦੇ ਓਏ ਉਹ ਕਿਹੜਾ ਫਿਰਦਾ ਉਧਰ ਓਏ ਪਤਾ ਨਹੀਂ ਸਨੀ ਦੇਖੀ ਟਰਾਈ ਕਰੀ ਓਏ ਨਾ ਯਾਰ ਨਹੀਂ ਵੱਡਾ ਜਾ ਯਾਰ ਸਰਕਾਰੀ ਖੰਬੇ ਆ ਨਾ ਆ ਲਿਖਿਆ ਚੰਨੀ ਚੰਨੀ ਮੂਸੇ ਵਾਲਾ ਤਾਂ ਨਹੀਂ ਵੱਡੇ ਜਾਂਦੇ 93 ਹੋ ਗਈ ਤੇਰੀ 93 93 ਹੋ ਗਈ ਆਰ ਕੇ ਐਡੂਕੇਸ਼ਨ ਬਾਈ ਲਵ ਯੂ ਗਾਇਸ ਟਰਾਲੀਆਂ ਭਰਨ ਤੇ ਆ ਗਈਆਂ ਪਰ ਤੁਸੀਂ ਲਾਈਕ ਨਹੀਂ ਕੰਪਲੀਟ ਕੀਤੇ ਹਾਂਜੀ ਦੇਖੋ ਟਰਾਲੀ ਭਰਨ ਵਾਲੀ ਆ 1K ਲਾਈਕ ਤੇ ਬਹਿਣਾ ਮੈਂ ਟਰਾਲੀ 950 ਤੇ 1K ਦੀ ਵਾਸਿੰਗ ਕਰਨੀ ਬਾਈ ਮੈਂ ਉਦੋਂ ਬਹਿਣਾ ਜਦੋਂ 1K ਲਾਈਕ ਹੋ ਗਏ ਉਦੋਂ ਹੀ ਬਹਿਣਾ ਬਾਈ 1K ਤੇ ਹੀ ਬਹਿਣਾ 1K ਤੇ ਹੀ ਬਹਿਣਾ ਗਾਇਸ ਹਾਂ ਇੱਥੇ ਬਹਿਣਾ ਸਨੀ ਬਾਈ ਤੂੰ ਅੱਗੇ ਪਿੱਛੇ ਕਰ ਸਕਦਾ ਪਰ ਮੈਂ ਟਰੈਕਟਰ ਤੇ ਉਦੋਂ ਬਹਿਣਾ ਜਦੋਂ ਆਪਣਾ ਹੋ ਗਿਆ ਕੰਮ ਕਰਨਾ ਹੀ ਨਹੀਂ ਹਾਂ ਸਹੀ 1000 ਤੇ ਤੋਰਾਂਗੇ 1000 ਤੇ ਤੋਰਾਂਗੇ ਬਈ ਭਾਈ ਨਿਊ ਲਿੰਕ ਪਾ ਦਿਓ ਨਹੀਂ ਬਾਈ ਪਹਿਲਾਂ ਲਿੰਕ ਲੁੰਕ ਬਾਅਦ 'ਚੋਂ ਪਹਿਲਾਂ 1000 ਕਰੋ ਫਿਰ ਆਪਾਂ ਤੋਰਾਂਗੇ ਉਹਨਾਂ ਟਾਈਮ ਅਸੀਂ ਬੀੜਾ ਬੂੜਾ ਲਾ ਲਈਏ ਚਾਹ ਪੀ ਲਈਏ ਬਾਈ ਸਾਨੂੰ ਨਹੀਂ ਪਤਾ ਬਾਈ ਅਸੀਂ ਨਹੀਂ ਤੁਰਦੇ 950 ਬੰਦਾ ਦੇਖੀ ਜਾਂਦਾ ਪਰ ਅਸੀਂ ਤੁਰਨਾ ਹੀ ਨਹੀਂ ਪੰਜਾਬੀ ਗੇਮਿੰਗ ਲਵ ਯੂ ਅਸੀਂ ਕਰਨੀ ਨਹੀਂ ਤੂੰ ਆਲੂ ਪਰਲੇ ਪਾਸੇ ਦੀ ਭਰ ਪਿੱਛੋਂ ਦੀ ਪਾ ਦੇ ਇੱਧਰ ਦੀ ਆ ਕੇ ਨਾ ਉਹ ਗੱਲ ਦੇ ਪਿੱਛੋਂ ਦੀ ਪਾ ਦੇ ਭਾਂ ਉਹਦੇ ਆਲੂ ਤਾਂ ਡੋਲ ਤੇ ਓਏ ਮੈਂ ਤੇਰੇ ਚਪਲੀ ਮਾਰ ਉਹ ਹੋ ਗਏ ਚਲੋ ਬਈ ਬੱਲੇ ਮੁੰਡੇ ਹੋ ਬਸ ਆਹੀ ਬਾਤਾਂ ਸੀ ਯਾਰ ਆਹੀ ਬਾਤਾਂ ਸੀ ਯਾਰ ਪੈ ਨਾ ਹੈ ਤੁਰਦਾ ਨਹੀਂ ਓਏ ਅੱਲਾ ਰਹਿਲਾ ਅਲਹਮਦੁਲਿਲਾ ਉਹ ਵੇਟ ਪਾਇਆ ਤੇਰੇ ਵੇਟ ਤਾਂ ਪਾਇਆ ਮੈਂ ਟਰਾਲੀ ਲਾਉਣ ਲੱਗਿਆ ਸੀ ਵੇਟ ਲਾਤਾ ਭੈਣ ਦੀ ਸ਼ਿੱਕੀ ਅਲਹਮਦੁਲਿਲਾ ਬਚ ਗਈ ਪੈ ਗਾ ਉਰੇ 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 ਪਹਿਲਾਂ ਜਾਗਾ ਉਹ ਵੇਟ ਘੱਟ ਆ ਦੂਜੇ ਲੋਚ ਪਹਿਲਾ ਲੋਚ ਜਾਣਾ ਪੈਣਾ ਆ ਪੈਲੀ ਆਪਣੀ ਆ ਨਾ ਬਾਈ ਉਰੇ ਅਲਹਮਦੁਲਿਲਾ ਕੰਮ ਹੋ ਗਿਆ ਸੀ ਬਾਈ ਪੈਚੋ ਜਾਨੀ ਲੀਵਰ ਯਾਦ ਆ ਗਿਆ ਉਹਦਾ ਨਾਂ ਪੁੱਛਦੇ ਨੀ ਉਹਦੇ ਕੁੱਤੇ ਦਾ ਨਾਂ ਕੀ ਆ ਕਰੋ ਥੋੜ੍ਹਾ ਰਹਿ ਗਿਆ ਇਕੱਠੇ ਤੋਰਾਂਗੇ ਬਾਈ ਮੁੰਡੋ ਉਹ ਆਪਣਾ ਡੱਗ ਪਿਆ ਸੀ 1K ਵਾਚਿੰਗ ਵੀ ਕੰਪਲੀਟ ਹੋ ਗਈ ਆਪਣੀ ਲਵ ਯੂ ਇੱਕ ਚੀਜ਼ ਕਰਕੇ ਦਿਖਾਉਂਦੇ ਤੁਹਾਨੂੰ ਨਹੀਂ ਰੇ ਹਾਂ ਦੇਖੋ ਬਾਈ ਚੱਕ ਤਾਂ ਰੱਬ ਵਾਲੇ ਨੂੰ ਰੋਵੇ ਕਰੇਗਾ ਬਈ ਕਿੱਦਾਂ ਪੈਂਦਾ ਵੇਟ ਅੱਗੇ ਥੋੜੀ ਭੈਣ ਦਾ ਨਾ ਸਟਾਰਟ ਹੁੰਦਾ ਚਲਾ ਲੈ ਇਹਨੂੰ ਮੇਰੇ ਬੈਕ ਪੈ ਬੈ ਈ ਈ ਮੇਰੇ ਮੈਂ ਸਰਦਾਰ ਸਾਹਿਬ ਪਾਇਓ ਤੁਸੀਂ ਪਾਇਓ ਸਰਦਾਰ ਸਾਹਿਬ ਪਾਇਓ ਭੈ ਜੋ ਭਾਰ ਡੱਗ ਪਿਆ ਸੀ ਬਾਈ ਉਹ ਕਲੋਲਾ ਹੋ ਗਿਆ ਸੀ ਪੀਐਸ ਗੇਮਿੰਗ ਲਵ ਯੂ ਬ੍ਰਦਰ ਸਰਦਾਰ ਸਾਹਿਬ ਦੇ ਕੀ ਹੋ ਗਿਆ ਪੈਰਾਂ ਨੂੰ ਮੈਂ ਤਾਂ ਆਪ ਤੇਰੇ ਚੜਕ ਗਿਆ ਲੈ ਓਏ ਅੜਕ ਗਿਆ ਸਾਰੇ ਹੀ ਗੇਮ ਕ੍ਰੈਸ਼ ਹੀ ਹੋਈ ਚ ਖੜੀ ਹੈ ਕਿਲ ਤਾਂ ਨਹੀਂ ਜਾਵੜਾ ਕਲਨ ਕਿਤੇ ਗਿਲ ਓ ਭਾਈ 855 ਦਾ ਤੇਲ ਲੀਕ ਹੋਈ ਜਾਂਦਾ ਈ ਗਿਲ ਕੀ ਕਰੀਏ ਨਾ ਗਿਲ ਤੇ ਐਡੀ ਵੱਡੀ ਭੈਣ ਤੁਸੀਂ ਰਿਸਪੌਂਸਿਬਿਲਟੀ ਕਰਤੀ ਬਾਈ ਉਹਦਾ ਹੋਣਾ ਹੀ ਆ ਬਾਈ ਗਿਲ ਗਿਆ
ਮਰ ਗਿਆ ਗੱਲ ਆਏ ਸਾਡੀ ਮੌਤ ਤੇ ਜਸ਼ਨ ਮਨਾ ਲਿਓ ਪਤਾ ਨਹੀਂ ਕੀ ਪੈਗ ਕਰੂੰ ਹੀ ਤੁਰ ਦੇ ਲਾ ਲਿਓ ਪ੍ਰਿੰਸ ਗੁਜਰ ਬਾਈ ਲਵ ਯੂ ਪਰ ਇਧਰ ਲਵ ਯੂ 2 ਹੋ ਗਿਆ ਆਯੋ ਗੱਲ 855 ਦੇ ਤਾਂ ਸੁਪਨੇ ਸਾਡੇ ਰਹਿ ਗਏ ਨਾ ਸਾਡੇ ਮਿਲਣੀ ਵਾਲਿਆਂ ਦੇ ਕੰਬਲ ਤਾਂ ਗਏ ਭੈਣ ਦੀ ਸ਼ਿਕੀ ਗੱਲ ਆਯੋ ਮਿਲਣੀ ਵਾਲੇ ਕੰਬਲ ਤਾਂ ਗਏ ਆਯੋ ਉਹਨੂੰ ਫੜ ਲਾ ਰੱਸਾ ਪਾ ਕੇ ਫੜ ਲਾ ਆਯੋ ਰੱਸਾ ਪਾ ਕੇ ਫੜ ਦੋ ਜਿਹੜੇ ਵਿੱਚ ਹੈ ਨਾ ਸਰਵਰ ਦੇ ਉਹਨਾਂ ਨੂੰ ਫੜ ਦੋ ਹੋਰ ਕੀ ਭਰਾਵਾ ਲੈਟ ਮੀ ਰੀਕਨੈਕਟ ਪਿੰਡ ਚੱਲ ਹੋ ਗਿਆ ਤਾਰਾਂ ਜੁੜ ਗਈਆਂ ਭੈਣ ਖੰਭਾ ਵੜਤਾ ਕਿਸੇ ਨੇ ਮੈਨੂੰ ਪੱਕਾ ਪਤਾ ਬਈ ਖੰਭਾ ਵੜਤਾ ਤਾਂ ਇਹੋ ਜਿਹਾ ਸਿਚੁਏਸ਼ਨ ਹੋਈ ਵੀ ਮਿਸ ਯੂ ਗੈਲ ਵੀ ਮਿਸ ਯੂ ਬ੍ਰਦਰ ਵੀ ਮਿਸ ਯੂ ਤੂੰ ਆ ਗਿਆ ਗਿੱਲਾ ਤੈਨੂੰ ਗਾਲਾਂ ਬਹੁਤ ਕੱਢਾਂਗੇ ਗਿੱਲ ਵੀ ਮਿਸ ਯੂ ਬ੍ਰਦਰ ਵੀ ਮਿਸ ਯੂ ਯੂ ਨੋ ਵਾਈ ਬਿਕੋਜ਼ ਉਹਨੂੰ ਕਰੰਟ ਲੱਗ ਗਿਆ ਬਈ ਗਿੱਲ ਨੂੰ ਕਰੰਟ ਲੱਗ ਗਿਆ ਮੇਰੇ ਵੀਰੋ ਗਾਇਸ ਕੌਣ ਬਣਾਊਗਾ ਹੁਣ ਅੱਗ ਲੱਗੀ ਵਾਲਿਆ ਨਹੀਂ ਨਹੀਂ ਉਹ ਬਣਾ ਸੰਨੀ ਤੂੰ ਬਣਾ ਬਈ ਤੂੰ ਹੀ ਬਣਾ ਉਹ ਜਹੀ ਸਿੰਘਵਾ ਬਣਾ ਲੈ ਨਹੀਂ ਨਹੀਂ ਬਈ ਮੈਂ ਨਹੀਂ ਬਣਾਉਂਦਾ ਸਰ ਸਰਦਾਰ ਨਹੀਂ ਬਣਾਉਣਾ ਬਈ ਕਿਹਨੇ ਬਣਾਉਣਾ ਫੇਰ ਆਲੂ ਵਾਲੇ ਤੇ ਆ ਜਾਾਂਗੇ ਜਿਹੜੇ ਰਹਿ ਗਏ ਸੀ ਕੋਈ ਨਹੀਂ ਆਪਾਂ ਜਿਹੜੇ ਦੇ ਆਲੂ ਸੋਣੇ ਆ ਸੇਵ ਨਹੀਂ ਕੀਤੀ ਹੋਣੀ ਆਏ ਓਏ ਸੇਵ ਨਹੀਂ ਕੀਤੀ ਸੀ ਅਰੇ ਯਾਰ ਇਹ ਗਲਤ ਆ ਬਈ ਆਲੂ ਪਏ ਮਿਲਣਗੇ ਮਤਲਬ ਟਰਾਲੀਆਂ ਚ ਨਹੀਂ ਪਏ ਹੋਣੇ ਹਨਾ ਹਾਏ ਓਏ ਮਤਲਬ ਰੀਮੇਨ ਤਾਂ ਦੁਬਾਰਾ ਫਕਿੰਗ ਹੈਲ ਪਣਾਊਗਾ ਬਈ ਯਾਰ ਮੇਰਾ ਨੈੱਟ ਉੱਡ ਗਿਆ ਬਾਈ ਨੈੱਟ ਉੱਡ ਗਿਆ ਪ੍ਰੀਤ ਕੌਰ 179 ਹਰੇ ਮਾਸ਼ਾਅੱਲਾ ਥੈਂਕ ਯੂ ਕੁੜੀਏ ਗਾਇਸ ਤਾੜੀਆਂ ਮਾਰ ਦਿਓ ਕੁੜੀ ਲਈ ਪ੍ਰੀਤ ਕੌਰ ਲਈ ਹੈਸ਼ਟੈਗ ਪ੍ਰੀਤ ਕੌਰ ਕੀਤਾ ਜਾਵੇ ਥੈਂਕ ਯੂ ਗਾਇਸ ਥੈਂਕ ਯੂ ਸੋ ਮੱਚ ਓ ਗਾਇਸ ਸੰਨੀ ਬਾਈ ਤੁਸੀਂ ਬਣਾਓਗੇ ਹੁਣ ਅਤੇ ਉਹਨਾਂ ਟਾਈਮ ਬਾਈ ਮੈਂ ਕਣਕ ਵੇਚਿਆ ਮੈਂ ਆਪਣੀ ਯਾਰ ਇਹ ਗੱਲ ਗਲਤ ਕੀਤੀ ਯਾਰ ਬਾਈ ਗੈਲ ਨੂੰ ਪੁੱਛੋ ਗੈਲ ਨੇ ਬਾਈ ਉਹੀ ਗੱਲ ਨਾ ਕੂਲ ਲਿਪ ਅੰਦਰ ਹੀ ਕਰ ਲਈ ਹੁਣ ਜਦੋਂ ਕੱਢੂਗਾ ਨਾ ਫਿਰ ਪਤਾ ਲੱਗੂ ਉਹਨੂੰ ਕਿੱਥੋਂ ਦੀ ਨਿਕਲਦੀ ਯਾਰ ਮੈਂ ਤਾਂ ਬਾਈ ਪਾਕਿਸਤਾਨ ਚਲਾ ਗਿਆ ਸੀ ਪ੍ਰੀਤ ਕੌਰ ਹਟ ਜਾ ਥੈਂਕ ਯੂ ਕੁੜੀਆ ਥੈਂਕ ਯੂ ਯਾਰ ਕਪਿਲ ਚੌਧਰੀ ਬਾਈ ਤੇਰਾ ਵੀ ਥੈਂਕ ਯੂ ਬਰੋ ਥੈਂਕ ਯੂ ਆਪਕਾ ਬਹੁਤ ਬਹੁਤ ਹਮ ਉਹ ਬਾਰੀ ਹੈ ਉਹ ਇਹਨੂੰ ਕੀ ਹੋ ਗਿਆ ਟਾਇਰ ਚੱਕੇ ਗਏ ਕਿਉਂ ਵੀ ਸੰਨੀ 1.5K ਲਾਈਕ ਕਰ ਦਿਓ ਗਾਇਸ ਹਾਂਜੀ ਬਾਈ ਲਾਈਕ ਰੁਕਣੇ ਨਹੀਂ ਚਾਹੀਦੇ ਉਹਨਾਂ ਟਾਈਮ ਗਿੱਲ ਦੀ ਖਬਰ ਸਾਥ ਲੈਂਦੇ ਆਪਾਂ 10,000 ਕਰ ਦਿਓ ਯਾਰ ਅੱਜ ਫਿਰ 10,000 ਕਰ ਦਿਓ ਯਾਦ ਬਹੁਤ ਆ ਤੇ ਵੀ ਘੱਟ ਕਹਿ ਗਿਆ ਹੈ ਸੰਨੀ ਚੱਲ ਬਾਈ 1,000,000 ਕਰ ਦਿਓ ਨਾ ਤੁਹਾਡੀ ਨਾ ਮੇਰੀ 1,000,000 ਕਰ ਦਿਓ 1,000,000 ਲਾਈਕ ਕਰ ਦਿਓ ਮਿਹਨਤ ਜ਼ਿਆਦਾ ਕਰਦੇ ਹਾਂ ਇਹ ਵੀ ਗੱਲ ਸਹੀ ਹੈ ਵੈਸੇ ਜਗਮੀਤ ਬਾਈ ਥੈਂਕ ਯੂ ਤੇਰਾ ਵੀਰੋ ਬਲਕਾਰ ਗਰੇਵਾਲ ਮੁੰਡਾ ਬਲਕਾਰ ਗਰੇਵਾਲਾਂ ਦਾ ਬਲਕਾਰ ਸਿੱਧੂ ਨਹੀਂ ਨਹੀਂ ਗਰੇਵਾਲ ਹੈ ਰਵਿੰਦਰ ਗਰੇਵਾਲ ਆਈਫੋਨ ਵਾਰਤਾ ਬਲਕਾਰ ਗਰੇਵਾਲ ਓਏ ਜੇ ਕੋਈ ਮੇਰੀ ਸਟ੍ਰੀਮ ਦੇਖਦਾ ਪਿਆ ਹਨਾ ਮੈਂ ਇੱਕ ਪੁੱਛਣਾ ਉਹ ਤੋਂ ਆਪਾਂ ਆਹਲੀ ਜਿਹੜੀ ਕਣਕ ਆ ਇੱਥੇ ਕਾਹਤੋਂ ਨਹੀਂ ਲਾ ਸਕਦੇ ਨਹੀਂ ਮੀਂਹ ਚ ਨਹੀਂ ਹੁਣ ਲੈਂਦੀ ਹੈ ਉਹ ਹੁਣ ਲੈਂਦੀ ਹੈ ਮੈਂ ਕੱਲ੍ਹ ਵੀਡੀਓ ਰਿਕਾਰਡ ਕੀਤੀ ਸੀ ਇੱਕ ਉਹ 'ਚ ਲਈ ਨਹੀਂ ਮਦਰ ਫਲਾਵਰ ਛੁੱਟੂ ਮੈਂ ਇਹਨੂੰ ਕੱਟੋਏ ਉਹ ਬਾਈ ਹੁਣ ਕਾਹਤੋਂ ਲੈਂਦੀ ਆ ਕੱਲ੍ਹ ਨਹੀਂ ਲਈ ਯਾਰ ਅਰੇ ਸ਼ਕਤੀਮਾਨ ਮੈਂ ਮੈਂ ਕੰਟਰੋਲ ਆ ਹੀ ਨਾ ਪਿਆ ਸੀ ਉਹਦੇ ਨਾਲ ਲੈਫਟ ਚੱਕੀ ਗਈ ਸੀ ਟਰਾਲੀ ਦੀ ਪਰ ਕਣਕ ਨਹੀਂ ਡਿੱਗੀ ਥੱਲੇ ਹੁਣ ਕਣਕ ਡਿੱਗਦੀ ਪਈ ਅਰੇ ਬਾਈ ਨੂਬ ਪਲੇਅਰ ਐਵਰੀਵੇਅਰ ਗਾਈਸ
ਔਖਾ ਯਾਰ ਮੁੰਡਿਆ ਔਖਾ ਮੁੰਡਿਓ ਪਹਿਲੇ ਤੇ ਸਰਵਰ ਚ ਬੜਿਆ ਸੀਗਾ ਕਿੰਨਾ ਪਿੰਗ ਆਉਂਦਾ ਸੀਗਾ ਬਾਈ ਆ ਕਣਕ ਲਾ ਦੀ ਇੱਥੇ ਫਿਰ ਆਪਾਂ ਹਲ ਮਾਰਨਾ ਇੱਧਰ ਹਲ ਉਹ ਪਏ ਆ ਸਟਾਰਟ ਕਰ ਤੇ ਉਹਨਾਂ ਟਾਈਮ ਆਪਣੇ ਬਈਏ ਕਰਦੇ ਪਏ ਆ ਕੋਈ ਨਾ ਕਰਦੇ ਆ 1.5 ਕੇ ਬਾਈ ਯੈਸ ਯਾਰ ਕੈਲੀ ਵਲੌਗਸ ਸ਼ੁਕਰੀਆ ਟਰਾਲੀ ਲਾ ਦੀਏ ਇੱਥੇ ਬਾਈ ਪੁੱਛਿਆ ਬਈ ਇਹਦਾ ਕੀ ਹੋ ਗਿਆ ਉਹਦਾ ਕਰੰਟ ਲੱਗ ਗਿਆ ਸੀ ਤਾਂ ਕੀ ਹੋ ਗਿਆ ਉਹਨੂੰ ਗਿੱਲ ਨੂੰ ਗਿੱਲਾਂ ਦੇ ਭਈਏ ਨੂੰ ਕੀ ਹੋ ਗਿਆ ਬਈ ਸਾਰੇ ਭਜਾਤੇ ਉਹਨੇ ਪੱਦੀ ਗੇਮਰ ਬਾਈ ਥੈਂਕ ਯੂ ਪੱਦੀ ਸੀ ਨਾ ਅਰੇ ਬਾਈ ਭਾਂਡੀ ਗੇਮਰ ਬਣ ਗਿਆ ਮੁੰਡਿਓ ਰੋਜੋ ਗਾਈਸ ਆਹ ਦੇਖਿਓ ਹੁਣ 855 ਆਪਣਾ ਆ ਦੇ ਹਾਂਜੀ ਮੈਂ ਤਾਂ ਅੰਦਰ ਵਾਈ ਵੀ ਜਾਂਦਾ ਪੈਲੀ ਯੂਟਿਊਬ ਫੋਰ ਯੂ ਨਹੀਂ ਨਹੀਂ ਆਪਣਾ ਸਿੰਘ ਬਾਈ ਆਫਲਾਈਨ 'ਚ ਮੈਂ ਉਹ ਕਰਦਾ ਪਿਆ ਆਪਣਾ ਖੇਤ ਜਿਹਾ ਬਣਾਉਂਦਾ ਪਿਆ ਇੱਕ ਆ ਗਿਆ ਬਣ ਗਿਆ ਸਰਵਰ ਕਿਹਨੇ ਬਣਾਇਆ ਪਹਿਲਾਂ ਇਹ ਦੱਸੋ ਓਕੇ ਸੰਨੀ ਨੇ ਬਣਾਇਆ ਕੈਸੇ ਹੋ ਬਾਈ ਅਨੋਨੀਮਸ ਬਾਈ ਲਵ ਯੂ ਗੁਪਤ ਬੰਦਾ ਆ ਗਿਆ ਸਾਡੇ ਚ ਵੀ ਇੱਕ ਗੁਪਤ ਸੇਵਾਦਾਰ ਹੈਗਾ ਬਾਈ ਲਵ ਯੂ ਟਰੱਕ ਭਰ ਕੇ ਮੁੰਡਿਆ ਤੈਨੂੰ ਇਹ ਕਿਆ ਹੋ ਗਿਆ ਬਾਈ ਇਹ ਕਿਆ ਪਰ ਨਾ ਸਾਰੀ ਮਿਹਨਤ ਤੇ ਪਾਣੀ ਪਾਤਾ ਬਾਈ ਆਲੂਆਂ ਦੀਆਂ ਟਰਾਲੀਆਂ ਭਰੀਆਂ ਹੀ ਰਹਿ ਗਈਆਂ ਪਤਾ ਕਿਉਂ ਲਾਈਫ ਓਏ ਸੰਨੀ ਕੀ ਨਾਮ ਸੀ ਸਰਵਰ ਦਾ ਲਾਈਫ ਜੱਟ ਅਰਮਨ ਬਾਈ ਬਾਈ ਪਿੰਡ ਸਰਵਰ ਚ ਖੇਡ ਰਹੇ ਪਾਸਵਰਡ ਉਹੀ ਆ ਨਾ ਆਪਣਾ ਬਾਈ ਹੋਰ ਹਾਂ ਆਪਣੇ ਵਾਲਾ ਹੀ ਆ ਹਾਂ ਪਿੰਡ ਵਾਲੇ ਦਾ ਕਹਿੰਦੇ ਇਹ ਸਰਵਰ ਵਾਲੇ ਦਾ ਟਰਾਂਸਫਾਰਮਰ ਫਟ ਗਿਆ ਪਿੰਡ ਚ ਬਾਈ ਬਿਜਲੀ ਚਲੀ ਗਈ ਹੜ ਆ ਗਏ ਹੁਣ ਨਵਾਂ ਦੁਬਾਰਾ ਕਰਕੇ ਦੇਖਦੇ ਆ ਬਾਈ ਸਨੋ ਪੈ ਗਈ ਸਨੋ ਪੈ ਗਈ ਗਾਈਸ ਸਨੋ ਇਟਸ ਸਨੋ ਤੁਹਾਨੂੰ ਵੀ ਦਿਲੋਂ ਫੁੱਲ ਪਿਆਰ ਲਵ ਯੂ ਯਾਰ ਬਾਈ ਲਵ ਯੂ ਤੈਨੂੰ ਪਰ ਸੰਨੀ ਵਾਲਾ ਕਨੈਕਟ ਨਹੀਂ ਹੁੰਦਾ ਸੀ ਯਾਰ ਸੇਮ ਗੈਲ ਵਾਲੀ ਪ੍ਰੋਬਲਮ ਸੀ ਬਾਈ ਯਾਰ ਪੈਸੇ ਨਾ ਸੋਚਿਆ ਗਿਆ ਵੀ ਜੇ ਆਪਾਂ ਸਹੀ ਖੇਡਣਾ ਪੈਸੇ ਆਪਾਂ ਓਨੀ ਕਰ ਲਈ ਜਿੰਨੀ ਆਪਾਂ ਨੂੰ ਫਾਰਮ ਦਿੰਦਾ ਤੇ ਮੈਂ ਉਹੀ ਯਾਰ ਇਹ ਮੁੰਡਾ ਸੰਨ ਕਰ ਲਾਂਗੇ ਫਿਰ ਆਪਾਂ ਨਾ ਫਿਰ ਉਹ ਕਰਿਆ ਕਰਾਂਗੇ ਕੀ ਕਹਿੰਦੇ ਵੀ ਹੋ ਗਿਆ ਉਹ ਨਾਲ ਪੈਸੇ ਲਾਇਆ ਕਰਾਂਗੇ ਲੀਸ ਲੂਸ ਤੇ ਲਿਆ ਕਰਾਂਗੇ ਮੇਰੇ ਕੋਲ ਇੱਕ ਆਈਡੀਆ ਜੇ ਤੁਸੀਂ ਮੰਨੋਗੇ ਮੰਨਣੇ ਜਿਹੜਾ ਜਿਹੜਾ ਬੰਦਾ ਮਾੜਾ ਵਿਹਲਾ ਹੁੰਦਾ ਨਾ ਸਪੈਦੇ ਸਪੂਦੇ ਲਾ ਦੇਵੇ ਖੇਤ ਦੇ ਆਲੇ ਦੁਆਲੇ ਵਾਟ ਯੂ ਗਾਈਸ ਥਿੰਕ ਅਗਲੇ ਚੱਲਣੇ ਸੀਗੇ ਦੋ ਪਾਏ ਪਏ ਸੀ ਉਹਨਾਂ ਚੋਂ ਇੱਕ ਤਾਂ ਐਕਟੀਵੇਟ ਹੋ ਗਿਆ ਆਟੋਮੈਟਿਕਲੀ ਠੀਕ ਹੈ ਹਾਂ ਤੇ ਜਿਹੜਾ ਦੂਜਾ ਸੀ ਉਹ ਮੇਰੇ ਨਾਲ ਐਕਟੀਵੇਟ ਕਰਨਾ ਪੈਣਾ ਸੀਗਾ ਮਾਸ਼ਾਅੱਲਾ ਤਿੰਨ ਦੀ ਉੱਡ ਗਈ ਬੰਦ ਸਾਰਾ ਕੁਝ ਬੈਂਚ ਚ ਕੋਈ ਨਾ ਸਾਨੂੰ ਲੱਗਿਆ ਬਾਈ ਤੂੰ ਤਾਂ ਉਹ ਖੰਭਾ ਵੜਤਾ ਤਾਂ ਕਰਕੇ ਬਿਜਲੀ ਚਲੀ ਗਈ ਪਿੰਡ ਚ ਯੂਟਿਊਬ ਫੈਕਟ ਬਾਈ ਲਵ ਯੂ ਆ ਗਏ ਬਾਈ ਆ ਗਏ ਆਪਾਂ ਤਾਂ ਆ ਗਏ ਫਾਰਮ ਚ ਮੁੰਡਿਓ ਸੰਨੀ ਵਾਲੇ ਚ ਕਬੈਨ ਨਹੀਂ ਟਰੈਕਟਰ ਮੈਂ ਟਰੈਕਟਰ ਤੇ ਕਬੈਨ ਬਾਅਦ ਚੱਕ ਨਹੀਂ ਇੱਕ ਪੂਰੀ ਕਬੈਨ ਘੈਂਟ ਆ ਨਾ ਬਾਈ ਪੋਜੀਸ਼ਨ ਵੀ ਅੱਤ ਹੁੰਦੀ ਆ ਤੇ ਅਲਹਮਦੁਲਿਲਾ ਓਹੋ ਓਏ ਉਹ ਬੀੜਾ ਲਵਾਤਾ ਬਾਈ ਸਿੰਘ ਬਾਈ ਪੂਰੇ ਟਾਈਮ ਤੇ ਬੀੜਾ ਲਵਾਇਆ ਤੂੰ ਸਰੂਰ ਹੀ ਆ ਗਿਆ ਕਹਿੰਦੇ ਮੁੰਡੇ ਬਾਈ ਪਤਾ ਕਿਉਂ ਅਸੀਂ ਆ ਸੁੱਤੇ ਆ ਕਿਉਂਕਿ ਹੁਣੇ ਤੁਹਾਨੂੰ ਪਤਾ ਲੱਗ ਗਿਆ ਸਾਡੇ ਆਲੂ
ਬਈ ਹੁਣ ਨਾਲੂਆਂ ਦਾ ਨਾਂ ਲਈਓ ਹੁਣ ਨਾਲੂਆਂ ਦਾ ਨਾਂ ਲਈ ਗਿੱਲ ਹੁਣ ਨਾਲੂਆਂ ਦਾ ਨਾਂ ਲਈ ਬਈ ਬਹੁਤ ਹੋ ਗਏ ਭੈਣ ਚੋ ਆਲੂ ਕੱਲ ਵੀ ਨਹੀਂ ਮੇਰੇ ਸਾਲੇ ਪੂਰੇ ਵੱਢੇ ਗਏ ਅੱਜ ਲੱਦੇ ਨਹੀਂ ਗਏ ਉਰੇ ਬਾਈ ਟਰੈਕਟਰ ਕੋ ਕਿਆ ਹੋ ਗਿਆ ਅਰੇ ਮਾਸ਼ਾਅੱਲਾ ਅਰਮਾਨ ਗੇਮਿੰਗ ਸ਼ੁਕਰੀਆ ਬਾਈ ਸਿੰਘ ਬਾਈ ਆਪਾਂ ਫਾਰਮ ਇੱਕ ਬਣਾਓ ਚੋਟੀ ਦਾ ਆ ਫੋਰ ਟਰੈਕਟਰ ਤੇ ਕਿਹੜਾ ਲੱਗਿਆ ਪਿਆ ਬੱਲੇ ਸੰਨੀ ਕੰਮ ਕਰੀ ਵੀ ਆ ਨਾ ਹਾਲ ਹੂਲ ਕਿੱਥੇ ਪਏ ਆ ਮੈਂ ਵੀ ਵਾਦਾ ਯਾਰ ਮੈਨੂੰ ਖਰੀਦਣਾ ਖਰੂਦਣਾ ਨਹੀਂ ਆਉਂਦਾ ਨਾ ਹਾਂਜੀ ਹਾਂਜੀ ਪੀ ਤੋਂ ਸੰਨੀ ਯਾਰ ਸਮਝ ਜੀ ਨਹੀਂ ਲੱਗਦੀ ਕੀ ਖਰੀਦਣਾ ਹਾਂ ਇੱਥੋਂ ਉਹ ਤਾਂ ਜਿਹੜੀ ਚੀਜ਼ ਦੀ ਲੋੜ ਆ ਜਿਵੇਂ ਕਲਟੀਵੇਟਰ ਦੀ ਲੋੜ ਪੈ ਜਾਂਦੀ ਹੈ ਨਾ ਹਾਂ ਪਰ ਇਹ ਇਹ ਕੰਮ ਮੈਂ ਤੁਹਾਡੇ ਤੇ ਰੱਖਿਆ ਤੇ ਜਿਨ੍ਹਾਂ ਨੂੰ ਪੈਸਿਆਂ ਦਾ ਹਿਸਾਬ ਦਾ ਪਤਾ ਸਿੰਘ ਬਾਈ ਵਰਗਿਆਂ ਨੂੰ ਮੈਨੇਜਰ ਨੂੰ ਲਾਓ ਫਿਰ ਹਾਂ ਜਿੱਦਾਂ ਆਪਣੇ ਆ ਵੱਡੇ ਬੰਦੇ ਮੈਨੇਜਰਾ ਤੇ ਆਪਣੇ ਦੂਜੇ ਗੱਲ ਭਈ ਇਹਦਾ ਵੀ ਪਤਾ ਪੁਤਾ ਲੈ ਗੱਲ ਗੱਲ ਤਾਂ ਆ ਗਿਆ ਯਾਰ ਕੋਈ ਨਾ ਕਰ ਮੇਰੇ ਨਾਂ ਤੇ ਬਾਈ ਆਪਣੇ ਨਾਂ ਤੇ ਇੱਧਰ ਕਿੰਨੇ ਕੀਤੇ ਹੈਲੋ ਹੈਲੋ ਆਈ ਜੀ ਨਾਈਟ ਬ੍ਰੋ ਕਿੱਦਾਂ ਗਿੱਲ ਆਇਆ ਝਟਕਾ ਲੱਗਿਆ ਬਾਈ ਪੂਰੇ ਪ੍ਰੋ ਇੱਥੇ ਐਡਮਿਨ ਐਡਮਿਨ ਬਾਈ ਇੱਕ ਹੀ ਆ ਨਹੀਂ ਐਡਮਿਨ ਤਿੰਨ ਐਡਮਿਨ ਆ ਇੱਥੇ ਛੱਲੀਆਂ ਛੱਲੀਆਂ ਵੜਦੀ ਏ ਹੈ ਓਕੇ ਤੂੰ ਟਰਾਲੀ ਰੈਡੀ ਰੱਖ ਛੱਲੀਆਂ ਭਰਨੀਆਂ ਤੇਰੀ ਉਹ ਚ ਬਾਈ ਚੈੱਕ ਕਰੋ ਛੱਲੀਆਂ ਜਾਂਦੀਆਂ ਅੰਦਰ ਇੰਡੀਅਨ ਕਬੈਣ ਆਪਣੀ 9-11 ਦੀ ਕਬੈਣ ਆ ਗੱਲਬਾਤ ਬਾਈ ਜੀ ਟੀ ਏ ਕਰਨੀ ਅੱਜ ਬਰੋ ਬਾਈ ਅੱਜ ਜੀ ਟੀ ਏ ਨਹੀਂ ਅੱਜ ਇੱਧਰ ਕਿਸਾਨੀ ਮੋਰਚਾ ਚੱਲਦਾ ਪਿਆ ਜੀ ਟੀ ਏ ਤਾਂ ਫਿਰ ਕਿਸੇ ਦਿਨ ਰੱਖਾਂਗੇ ਹੁਣ ਕੱਲ੍ਹ ਜੀ ਟੀ ਏ 'ਚ ਬੜਾ ਫਨ ਕੀਤਾ ਸੀ ਬਾਈ ਆਲੂਆਂ ਦਾ ਨਾਂ ਨਹੀਂ ਲੈਣਾ ਬਾਈ ਸਹੀ ਗੱਲ ਆ ਬਈ ਆਲੂਆਂ ਦਾ ਨਹੀਂ ਨਾਲ ਅੱਲਾਂ ਦਾ ਨਾਂ ਲੈ ਲਓ ਆਲੂਆਂ ਨੂੰ ਛੱਡ ਕੇ ਅੱਲਾਂ ਕਰ ਲਾਂਗੇ ਇੱਦਾਂ ਵੀ ਕੋਈ ਵੜਦਾ ਹੁੰਦਾ ਬਈ ਜਿੱਦਾਂ ਮੈਂ ਵੜਦਾ ਓਏ ਆਪਾਂ ਫਾਰਮ 'ਚ ਨਾ ਕੁੱਕੜ ਕਾਕੜ ਰੱਖੇ ਆ ਨਾ ਗਾਵਾਂ ਰੱਖੀਆਂ ਚੱਕਰ ਕੀ ਆ ਕੁੱਕੜ ਵੀ ਵਧੀਆ ਰਹਿੰਦੇ ਬਈ ਕੁੱਕੜਾਂ ਦਾ ਮੀਟ ਬਈਏ ਹੁਣ ਚਾਹੁੰਦੇ ਆ ਖਾਣ ਨੂੰ ਕੀ ਕੀਤਾ ਜਾਵੇ ਓਏ ਫੇਰ ਸਿੰਕਰੋਨਾਈਜ਼ ਹੁਣ ਕਿਹੜਾ ਆ ਗਿਆ ਨਹੀਂ ਪਹਿਲਾਂ ਨਹੀਂ ਜੁਆਇਨ ਹੁੰਦਾ ਸੀ ਸੰਨੀ ਮੈਂ ਵੀ ਟਰਾਈ ਕਰਦਾ ਸੀ ਲਓ ਵੀ ਮੁੰਡਿਓ ਇੱਕ ਵਾਰੀ ਫੇਰ ਆ ਚੁੱਕੇ ਆ ਕੱਲ ਜੀ ਟੀ ਏ 'ਚ ਬਹੁਤ ਫਨ ਆਇਆ ਯੈਸ ਬਾਈ ਮੁੰਡਿਓ ਲਾਈਕ ਕਰ ਦਿਓ ਮੇਰੇ ਬਾਈ ਕਿਉਂਕਿ ਲਾਈਕ ਕਰਕੇ ਜਾਣੇ ਆਪਾਂ ਕਿਉਂਕਿ ਲਾਈਕ ਅੱਜ ਤਾਂ ਕੰਪਲੀਟ ਕਰੇ ਹੋਗੇ ਨਾ ਓਏ ਆ ਕਦੀ ਟਰਾਲੀ ਓਏ ਆਲੂਆਂ ਦੇ ਇੰਨੀ ਤੇਜ਼ ਕਿੱਦਾਂ ਹੋ ਗਈ ਪਤਾ ਨਹੀਂ ਬਾਈ ਕਿਹਨੇ ਛੱਡੀ ਇੱਥੇ ਮੈਨੂੰ ਸਮਝ ਨਹੀਂ ਲੱਗੀ ਕਣਕ ਦੇ ਦਾਣੇ ਛੱਲੀਆਂ ਦੇਖੋ ਬਾਈ ਕਿੱਦਾਂ ਵੜਦੀ ਪਈ ਕਬੈਣ ਓਏ ਰੈਡੀ ਹੋ ਜਾਓ ਬਾਈ ਇੱਕ ਟਰਾਲੀ ਖਾਲੀ ਚਾਹੀਦੀ ਆ ਛੱਲੀਆਂ ਪਾਉਣੀਆਂ ਵਿੱਚ ਹਾਂਜੀ ਲਓ ਵੀ ਮੁੰਡਿਓ ਲਾਸਟ ਕਿਹੜਾ ਕਮਲ ਨਿਰਮਾਣ ਬਾਈ ਵੀ ਦੇਖੀ ਜਾਂਦਾ ਉਦੋਂ ਦਾ ਮਾਸ਼ਾਅੱਲਾ ਬਾਈ ਕਮਲ
ਉਹ ਫੋੜ ਵਾਲਾ ਬੱਲੇ ਤੇਰੇ ਫੋੜ ਵਾਲਿਆ ਬੜਾ ਸੋਹਣਾ ਸੁਹਾਗਾ ਮਾਰਦਾ ਪਿਆ ਕਰਾਇਆ ਕਮਲ ਬਾਈ ਸ਼ੁਕਰੀਆ ਯਾਰ ਸਪੋਰਟ ਲਈ ਧੰਨਵਾਦ ਵੀਰੇ ਲੈਟਸ ਗੋ ਓਏ ਓ 855 ਕਿਹੜਾ ਚਕਾਈ ਫਿਰਦਾ ਏ ਬੁੱਲਾ ਜਾ ਲਾਈ ਕੋਈ ਸੋਹਣਾ ਲੱਗੇ ਮੇਰਾ ਹਾ ਗੁੜੀ ਆ ਬਾਈ ਇਹ ਨਹੀਂ ਟੈਕਦਾ ਲੈ ਬਾਈ ਯਾਰ ਉਹ ਕਰ ਦੋ ਯਾਰ ਤੋੜਦਾ ਦਿਓ ਟਰੈਕਟਰ ਮਸਾ ਮੰਗਾਇਆ ਇੰਡੀਆ ਤੋਂ ਮੈਂ ਆਪਦਾ ਵੇਟ ਲੈ ਕੇ ਤੂੰ ਵੇਟ ਕਬਜ਼ਾ ਕਰੀ ਜਾਂਦਾ ਤੇ ਲੜਪੋ ਲੜਪੋ ਡਾਂਗ ਮਾਰੋ ਸਿਰ ਓਏ ਇੱਕ ਜਣਾ ਆਲੀ ਟਰਾਲੀ ਲੈ ਜਾਓ ਹੁਣ ਛੱਲੀਆਂ ਵਾਲੀ ਐਵੇਂ ਰੋਈ ਕਾਹ ਤੋਂ ਜਾਂਦੇ ਇੱਧਰ ਆ ਜਾਓ ਅਰੇ ਬਾਈ ਬਾਈ ਆ ਆਲੀ ਟਰਾਲੀ ਚ ਨਾਲੇ ਛੱਲੀਆਂ ਪਾਤੀਆਂ ਨਾਲੇ ਭਾਰੀਆਂ ਹੁੰਦੀਆਂ ਮੈਨੂੰ ਲੱਗਦਾ ਬਾਈ ਕਬੈਨ ਨੂੰ ਨਾ ਹੁਣ ਆਪਾਂ ਮੇਰਾ ਕੰਮ ਕਰ ਲੈ ਤੂੰ ਐ ਨਾ ਕਰਿਆ ਕਰ ਯਾਰ ਰੋਜ਼ਾ ਰੋਜ਼ਾ ਸੱਲੀ ਰੁਕੀ ਮੇਰਾ ਬਾਈ ਕਬੈਨ ਨੂੰ ਇੱਥੇ ਲਾ ਦਿੰਨੇ ਆ ਓਕੇ ਲਓ ਬਾਈ ਹਾਂਜੀ ਜੂਨੀਅਰ ਮੈਨੇਜਰ ਚਲੋ ਉੱਧਰ ਉੱਧਰ ਜਾਓ ਉਹ ਸਾਹਮਣੇ ਸ਼ੈੱਡ ਵਾਲੇ ਪਾਸੇ ਇੱਧਰ ਆਮਾ ਉਹ ਸ਼ੈੱਡ ਵਾਲੇ ਸਾਹਮਣੇ ਮੇਰੇ ਜਮਾ ਟਰੈਕਟਰ ਦੀ ਸੀਟ ਤੇ ਬਰਾੜਾ ਵੀ ਬਨ ਲਾਈਕ ਹੋ ਗਏ ਇਹ ਬਨ ਕੇ ਹੋ ਗਏ ਬਨ ਕੇ ਹੋ ਗਏ ਬੱਲੇ 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 ਹਾਂ ਤੇਰੀ ਟਰੈਕਟਰ ਵਾਲੀ ਸੀਟ ਤੇ ਜਾ ਕੇ ਹੁਣ ਹੋਰ ਕੀ ਨਾ ਉਹਦੇ ਜਮਾ ਸਿੱਧਾ ਜਾਓ ਪਿੱਛੇ ਸ਼ੈੱਡ ਲੱਗੀ ਜਾਂਦਾ ਉਹਨੂੰ ਦੱਸ ਦੇ ਕਿਵੇਂ ਲਾਉਣਾ ਸ਼ੈੱਡ ਹੁੰਦਾ ਕੀ ਆ ਮੈਨੂੰ ਇਹ ਵੀ ਨਹੀਂ ਪਤਾ ਨਾ ਤਾੜੀਆਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਆ ਜਾ ਗੈਰੇਜ ਤਾੜੀਆਂ ਜ਼ੋਰਦਾਰ ਮਾਰ ਦੋ ਮੇਰੇ ਵੀਰੇ ਓਕੇ ਆ ਵਧੀਆ ਤਾਂ ਹੈਗਾ ਵਧੀਆ ਲਾਇਆ ਮੁੰਡੇ ਨੇ ਧਰਤੀ ਅੰਗਰੇਜ਼ ਬਣਿਆ ਪਿਆ ਪੂਰਾ ਅੰਗਰੇਜ਼ ਕਹਿੰਦਾ ਮਾੜੀ ਤਾਂ ਨਹੀਂ ਗੱਲ ਹੈ ਵਧੀਆ ਲਾਇਆ ਬਰੋਸ ਵਲੌਗ ਵੀਰੇ ਤੇਰਾ ਵੀ ਧੰਨਵਾਦ ਬਾਈ ਫੇਰ ਆ ਗਈ 1K ਦੀ ਵਾਚਿੰਗ ਲਵ ਯੂ ਜੱਟੋ ਮਾਣੀ ਮਨ ਵੱਡੀ ਮੇਨ ਬਾਈਕ ਕਹਿੰਦਾ ਸੈੱਟ ਉਹ ਮੈਨੂੰ ਸੱਚੀ ਨਹੀਂ ਪਤਾ ਸੀ ਸੈੱਟ ਹੁਣ ਸਮਝ ਲੱਗੀ ਗੈਰਜ ਕਹ ਲੋ ਮਤਲਬ ਉਦਾਂ ਹੀ ਤੁਸੀਂ ਕਹ ਲੋ ਬਾਈ ਆਪਾਂ ਬਣਾਉਣਾ ਟਰੈਕਟਰ ਲੋਨ ਨੂੰ ਬਈ ਕਿਹੜਾ ਮੁਰਗਿਆਂ ਦਾ ਫਾਰਮ ਲਾਈਏ ਕਿ ਗਾਵਾਂ ਦਾ ਚਲੋ ਜਨਤਾ ਤੋਂ ਪੁੱਛਦੇ ਹਾਂ ਜਨਤਾ ਮੁਰਗਾ ਉਹ ਕਾਓ ਲੈਟ ਮੀ ਚੈੱਕ ਹਾਂ ਪੋਲ ਪੋਲ ਵੋਟ ਪਾ ਦਿੰਦੇ ਹਾਂ ਨਾ ਮੁਰਗਾ ਹਾਂ ਹੁਣੇ ਹੁਣੇ ਵੋਟਾਂ ਪਾਉਂਦੇ ਗਾਈਸ ਵੋਟ ਪੈਣ ਲੱਗੀ ਆ ਜਿਹਦੀ ਜਿਹਦੀ ਵੋਟ ਬਣੀ ਆ ਮੇਰੇ ਬਾਈ ਜ਼ਰੂਰ ਦੱਸਿਓ 18 ਸਾਲ ਤੋਂ ਉੱਤੇ ਹੋਣਾ ਚਾਹੀਦਾ ਹਾਂ ਸਾਲੀ ਵੋਟ ਉਹ ਕਿਦਾਂ ਪੈਂਦੀ ਆ ਪੋਲ ਚੱਲ ਏਦਾਂ ਹੀ ਦੇਖ ਲੈਣਾ ਕਾਉ ਕਾਉ ਕਰਦੇ ਪਏ ਆ ਮੁੰਡੇ ਕਾਉ 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 ਜ਼ਿਆਦਾ ਕਾਉ ਕਾਉ ਵਾਲੇ ਆ ਲੱਗ ਗਈ ਸਮਝ ਕਾਉ ਗਾਂ ਵਾਲੇ ਹੀ ਕਰਦੇ ਬਈ ਕਾਉ ਕਾਉ ਵਾਲੇ ਹੀ ਆ ਫਿਰ ਆ ਮੈਂ ਕਰੀ ਜਾਣਾ ਸਾਫ ਇੱਥੇ ਕਾਉ ਧਰ ਲਿਓ ਕਿੱਥੇ ਕੀ ਸਾਫ ਕਰੀ ਇਹਨਾਂ ਤੋਂ ਲੋਕ ਕਰਨ ਬਈ ਅੱਜ ਇੱਥੇ ਛੱਲੀਆਂ ਸੀਗੀਆਂ ਹਾਂ 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 ਸਾਹਮਣੇ ਕਰਦੇ ਵਧੀਆ ਲੱਗੂਗਾ ਨਾਲੇ ਵੈਰੀ ਰੁਕਣੀਆਂ ਨਹੀਂ ਚਾਹੀਦੀਆਂ ਨੂੰ ਸੌ ਲੱਗੇ ਜਿਹੜਾ ਤਾੜੀਆਂ ਰੋਕੇ ਤਾੜੀਆਂ ਜ਼ੋਰਦਾਰ ਮਾਰ ਦੋ ਮੇਰੇ ਵੀਰੇ ਪੰਜਾਬ ਟੈਕਨੋ ਗੇਮਰਸ ਲਵ ਯੂ ਬ੍ਰੋ ਥੈਂਕ ਯੂ ਫॉर ਯੂਅਰ ਸੁਪਰ ਚੈਟ ਯਾਰ ਪੰਜਾਬ ਟੈਕਨੋ ਗੇਮਰਸ ਪੰਜਾਬ ਟੈਕਨੋ ਗੇਮਰਸ ਥੈਂਕ ਯੂ ਬ੍ਰੋ ਯਾਰ ਥੈਂਕ ਯੂ ਫॉर ਯੂਅਰ $5 ਅਰੇ ਬਾਈ ਮਾਸ਼ਾਅੱਲਾ ਥੈਂਕ ਯੂ ਬ੍ਰਦਰ ਗਾਇਸ ਓਏ ਜਿਹੜੇ ਸੰਦ ਆਪਣੇ ਨੂੰ ਨਹੀਂ ਚਾਹੀਦੇ ਸ਼ੈੱਡ ਦੇ ਥੱਲੇ ਲਾ ਦਿੰਨੇ ਹਨਾ ਚਲੋ ਇੰਨਾ ਕੁ ਤਾਂ ਕੰਮ ਆਪਾਂ ਕਰ ਹੀ ਸਕਦੇ ਬਾਲਾ ਬੇਸਰਮ ਬੰਦਾ ਬਈ ਇਹ ਦੇਖ ਰਹੇ ਆ ਬਈ ਉਹ ਚਰਾਉਣੀ ਨਹੀਂ ਹੁੰਦੀ ਉਹ ਮੈਨੂੰ ਵਾਕਈ ਨਹੀਂ ਚਰਾਉਣੀ ਹੁੰਦੀ ਆ ਬਈ ਗਾਵਾਂ ਦਾ ਕਰਦੇ ਆ ਗਾਵਾਂ ਫਿਰ ਦੁੱਧ ਦੁੱਧ ਦੇਣਗੀਆਂ ਬਈ ਇਹ ਪੀਣਗੇ ਬਾਅਦ ਚ ਮੁਰਗੇ ਖਾਈ ਜਾਣਗੇ ਸਹੀ ਗੱਲ ਹਨਾ ਬਈ ਬਈ ਟਰਾਲੀ ਤਾਂ ਵੇਚ ਕੇ ਆਉਣੀ ਸੀ ਵੀਰੇ ਕੀ ਕਰੀ ਜਾਂਦੇ ਆ ਸ਼ੈੱਡ ਚਲਾਉਣੇ ਆ ਬਾਅਦ ਚ ਲਾ ਆ ਗੈਲਾਂ ਗੱਲਾਂ ਦੇ ਲਾ ਦੇ ਗੈਲ ਤੂੰ ਤੂੰ ਲਾ ਸਕਦਾ ਤੂੰ ਟੈਨਸ਼ਨ ਬਾਈ ਜੀਟੀਏ ਬਾਈ ਵਿੱਚ ਡੋਜ ਚੈਲੰਜਰ ਲਓ ਨਮਨਦੀਪ ਸਿੰਘ ਜ਼ਰੂਰ ਬਾਈ ਤੂੰ ਕਹਿਤਾ ਹੁਣ ਲੈ ਕੇ ਆਵਾਂਗੇ ਪੱਕਾ ਤੂੰ ਕਹਿਤਾ ਬਾਈ ਲੈ ਕੇ ਆਵਾਂਗੇ ਪੱਕਾ ਤੂੰ ਰਹਿਣ ਦੇ ਤੂੰ ਤੰਬੂ ਬਣਾ ਗਿਆ ਦੇਖੀ ਤੇਰੀ ਫਰਸ਼ ਬਣਾਈ ਇੱਕ ਇੱਕ ਜਾਣਾ ਲੱਗੀ ਚੱਲੋ ਬਾਈ ਨਮਨਦੀਪ ਪੱਕਾ ਲਵਾਂਗੇ ਆਪਾਂ ਯਾਰ ਕੋਈ ਨਾ ਚੈਲੰਜਰ ਡੋਡ ਚੈਲੰਜਰ ਟਰੈਕਟਰ ਨੂੰ ਵੀ ਆਪਾਂ ਇੱਥੇ ਲਾ ਦਿੰਦੇ 855 ਹਾਂਜੀ ਦਿਖਾਓ ਕਿਹੜੀ ਇੱਥੇ ਖੜੇ ਰਹੋ ਮੇਰੇ ਨਹੀਂ ਦੇਖੋ ਛੱਤੀ ਦੀ ਨਹੀਂ ਦੇਖੋ ਖੜ ਕੇ ਦੇਖੀ ਜਾਂਦਾ
ਅੱਡਾ ਚ ਕੌਣ ਆ 2 ਮਿੰਟ ਆ ਜਿਹੜਾ ਬੁਲਾ ਰਿਹਾ ਬਈ ਆ ਘਾ ਦੇ ਨਾਲ ਆਇਓ ਯਾਰ ਇੱਧਰ ਦੇਖੋ ਮੇਰੇ ਨਹੀਂ ਆ 36-13 ਉਹ ਮੈਨੂੰ ਮੈਂ ਨਹੀਂ ਮੈਂ ਕਿੰਨਾ ਨੂਬ ਆ ਭੈਣ ਚ ਫੋੜ ਕਿਹੜਾ 3600 ਆ ਤੇ ਆ 36-30 ਮਦਰ ਫਲਾਵਰ ਦੁਬਾਰਾ ਸਟੰਟ ਕੀਆ ਜਾਏ ਬਾਈ ਮੈਂ 3600 ਨੂੰ 36-30 ਸਮਝ ਜਾਂਦਾ ਨੂਬ ਪਲੇ ਆ ਦੇਖੋ ਕੌਣ ਚੋ ਇਹਦੀ ਆਵਾਜ਼ ਬੜੀ ਅੱਗ ਗੱਲ ਹੁਣ ਤੂੰ ਖੜੀ ਉੱਤਰ ਕੇ ਹਾਂ ਹੁਣ ਤੂੰ ਖੜੀ ਉਹ ਭਾਰ ਪਿੱਛੇ ਨਹੀਂ ਪੈਂਦਾ ਹੁੰਦਾ ਟਰੈਕਟਰ ਦਾ ਪਿੱਛੇ ਪੈਂ ਚੱਲਦਾ ਨਹੀਂ ਹਾਏ ਓਏ ਪੈ ਤਾਂ ਇਹਦਾ ਪਰ ਚੱਲਦਾ ਨਹੀਂ ਥੋੜੀ ਜਾਂਦਾ ਕਾਲੇ ਦਿਖਾ ਮੈਂ ਕੰਨ ਜਾ ਕੇ ਦਿਖਾਈ ਜੀ ਇਦਾਂ ਸਨੀ ਇਦਾਂ ਕਰਦਾ ਇਹ ਦੇਖੀ ਇਹ ਤਾਂ ਮੈਨੂੰ ਪਤਾ ਹੁੰਦਾ ਹੈਗਾ ਓਕੇ ਤੂੰ ਪਲਟਾ ਆਇਆ ਤਾਂ ਅਸੀਂ ਕਰਕੇ ਹਾਂ ਉਹ ਯਾਰ ਪਿੱਛੇ ਹੋਵੇ ਨਾ ਭਾਰ ਫਿਰ ਫਾਇਦਾ ਬਾਈ ਪਿੱਛੇ ਭਾਰ ਦੀ ਧੂਮ ਤੜਿੱਕੀ ਹੋ ਜਾਂਦੀ ਆ ਉਹ ਬਹੁਤ ਸੋਹਣਾ ਹੁਣ ਤੁਹਾਨੂੰ ਗਾਈਆਂ ਗੁਈਆਂ ਦਿਖਾਉਂਦੇ ਹਾਂ ਬਾਈ ਵੈਰੀ ਗੁੱਡ ਯਾਰ ਸਿੰਘ ਅੱਤ ਕਰਾਤੀ ਮੁਰਗੀਆਂ ਦਾ ਵੀ ਲਾਤਾ ਵੈਰੀ ਗੁੱਡ ਬਾਈ ਮੁਰਗੀਆਂ ਦੀ ਟੱਟੀ ਸਾਫ਼ ਕਰਨ ਨੂੰ ਬੰਦਾ ਰੱਖ ਲਓ ਇੱਕ ਰੋਜ ਮੈਂ ਸੰਦ ਚ ਨਾ ਅੰਦਰ ਚੰਗੀ ਤਰ੍ਹਾਂ ਲਾਵਾਂ ਫਿਰ ਮੈਂ ਆਉਣਾ 800-11 ਟਰੱਕ ਲੈ ਕੇ ਆਉਣਗੇ ਮੁਰਗੀਆਂ ਦਾ ਫਿਰ ਟਰੱਕ ਮੰਗਾਓ ਬਾਈ ਆਹੋ ਆਹ ਦੇਖੋ ਮੁੰਡੇ ਟਰੈਕਟਰਾਂ ਦਾ ਨੁਕਸਾਨ ਕਰਦੇ ਹੋਏ ਚੋਬਰ ਨਹੀਂ ਰੀਸਾ ਤੇ ਗਾਵਾਂ ਤਾਂ ਆ ਗਈਆਂ ਗਾਵਾਂ ਦੇਖ ਸਕਦੇ ਆ ਬਾਈ ਗਾਵਾਂ ਕਿੱਥੇ ਆ ਫੁੱਲ ਜੇ ਲਾ ਕੇ ਪੂਰਾ ਵਧੀਆ ਬਣਾ ਲਾਂਗੇ ਕਿ ਨਹੀਂ ਹਾਂ ਝਾੜ ਜਾਂ ਸਪੈਦੇ ਸਪੂਦੇ ਲਾ ਲਓ ਬਾਅਦ ਚੋਂ ਲੱਕੜਾਂ ਬੰਦਾ ਵੇਚੀ ਜਾਂਦਾ ਰਹਿੰਦਾ ਸੋ ਇਹ ਵਧੀਆ ਕੰਮ ਆਪਣਾ ਫਾਰਮ ਪੂਰਾ ਚੋਟੀ ਦਾ ਬਣ ਸਕਦਾ ਨਾ ਹਾਂ ਤੇ ਬਾਕੀ ਝੋਟੇ ਵੀ ਲੈ ਆਵਾਂਗੇ ਦੋ ਮੱਝਾਂ ਹੈਗੀਆਂ ਝੋਟੇ ਤਾਂ ਚੱਲ ਖੜੇ ਆਪਣੇ ਕੋਲ ਇਹ ਮੈਂ ਸੋਚਿਆ ਮਤਲਬ ਆਹ ਜਿਹੜੀ ਆਪਣੀਆਂ ਸੜਕ ਆ ਇਹਦੇ ਆਲੇ ਦੁਆਲੇ ਦਰਖਤ ਲਾ ਕੇ ਨਾ ਐਂਟਰੀ ਵੇਖਿਓ ਤੁਸੀਂ ਕਿੰਨੀ ਸੋਹਣੀ ਹੁੰਦੀ ਇੱਥੇ ਨਹੀਂ ਗੰਦ ਪਾ ਦਿੰਦੇ ਹਾਂ ਨਾ ਇੱਕ ਜਣਾ ਲਾਓ ਪੂਰੇ ਦਿਮਾਗ ਨਾਲ ਵਧੀਆ ਵਧੀਆ ਭੈਣ ਫਿਰ ਸਾਰੇ ਕੋਈ ਕਿੱਥੇ ਲਾ ਦਿੰਦਾ ਕੋਈ ਕਿੱਥੇ ਭੈਣ ਦੀ ਸਿਰ ਪੂਰੇ ਵਧੀਆ ਤਰੀਕੇ ਨਾਲ ਗੇਟ ਵੱਡਾ ਰੱਖੀ ਸਿੰਘ ਭਾਈ ਗੇਟ ਵੱਡਾ ਰੱਖੀ ਮੈਂ ਗੇਟ ਲਾਉਂਦਾ ਹੀ ਨਹੀਂ ਭਰਾਵਾ ਤੂੰ ਗੇਟ ਰਹਿਣ ਦੋ ਛੋਟਾ ਗੇਟ ਦੇ ਵਿੱਚ ਭੈਣ ਛੋਟੇ ਛੋਟੇ ਜਿਹੇ ਦਰਖਤ ਜੇ ਨਾ ਲਾ ਦੇ ਵਧੀਆ ਲੱਗਣਗੇ ਲਾ ਲੈਣਾ ਨਾ ਫਿਰ ਕੱਟਣਾ ਔਖਾ ਤੇ ਹੁਣ ਟਰੈਕਟਰ ਖੜੇ ਆਪਣੇ ਸਾਰੇ ਤੇ ਹੁਣ ਵੈਰੀ ਗੁੱਡ ਯਾਰ ਅਰਦਾਸ ਚੱਲਦੀ ਪਈ ਆ ਹੁਣ ਸਾਰੇ ਇਦਾਂ ਖੜ ਕੇ ਤੁਸੀਂ ਅੱਗੇ ਸੀ ਆਜੋ ਆਜੋ ਨਹੀਂ ਮੈਨੂੰ ਲੱਗਿਆ ਹੁਣ ਟਰੱਕ ਦੀ ਵੇਟ ਕਰਦੇ ਪਏ ਆਪਾਂ ਮੁਰਗੀਆਂ ਵਾਲੇ ਟਰੱਕ ਦੀ ਉਹ ਤਾਂ ਉੱਥੇ ਜਾਊਗਾ ਉੱਥੇ ਹਾਂ ਉੱਥੋਂ ਲੈ ਕੇ ਆਉਣਾ ਪੈਣਾ ਨਾ ਲੋੜ ਹੀ ਨਹੀਂ ਮੈਂ ਲਿਆਉਣਾ ਤੁਸੀਂ ਕਿੱਥੇ ਜਾਣਾ ਕਿਉਂ ਅਸੀਂ ਨਹੀਂ ਜਾਣਾ ਅਸੀਂ ਵੀ ਦੇਖਣ ਜਾਣਾ ਬਈ ਮੁਰਗੇ ਅਸੀਂ ਚੈੱਕ ਕਰਨਾ ਮੁਰਗੀਆਂ ਤੇ ਮੁਰਗੀਆਂ ਗੱਲ ਸਮਝਦਾ ਨਹੀਂ ਤੂੰ ਬਈ ਫੋੜਦੇ ਜਾਂਦੇ ਬਾਈ ਹੁਣ ਮੁਰਗੀਆਂ ਦਿਖਾਉਣ ਬਾਈ ਸੋਰੀ ਬਰੋ ਲੇਟ ਹੋ ਗਿਆ ਕੋਈ ਚੱਕਰ ਨਹੀਂ ਬਾਈ 2K ਤੇ ਥਿਓਲੋਜੀ ਕਰੋ ਤਾਂ ਸਹੀ ਬਾਈ 2K ਲਾਈਕ ਉਹ ਤੂੰ ਦੇਖੀ ਜਾਊਗੀ ਫਿਰ ਨਹੀਂ 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 ਉਹ ਬਹੁਤ ਸੋਹਣੇ ਆਸ ਪੈਦੇ ਤੂੰ ਲਾਏ ਹੁਣ ਸਿੰਘ ਉਹ ਸਿੰਘ ਆਲੇ ਸਪੈਦੇ ਤੂੰ ਲਾਏ ਹੁਣ ਪਤਾ ਗੰਦ ਉਹ ਨਹੀਂ ਨਹੀਂ ਸੋਹਣੇ ਆ ਭੈਣ ਦੀ ਸਰੀ ਵੇਖੋ ਬਾਈ ਵਧੀਆ ਵੈਰੀ ਗੁੱਡ ਤੇ ਬਾਅਦ ਚੋਂ ਆਪਾਂ ਪਿਆਰ ਨਾਲ ਇੱਥੇ ਵੀ ਲਾਉਣੇ ਆ ਜਿਹੜਾ ਬੰਦਾ ਜ਼ਿਆਦਾ ਵਿਹਲਾ ਹੋਊਗਾ ਨਾ ਉਦੋਂ ਬਾਅਦ ਚੋਂ ਇੱਥੇ ਸੜਕਾਂ ਦੇ ਆਲੇ ਦੁਆਲੇ ਪਾਰਟੀ ਹਜੇ ਤੂੰ ਦਿੰਦਾ ਨੀ ਪਾਰਟੀ ਅਸੀਂ ਕਰਨੀ ਪਾਰਟੀ ਆ ਕਿੱਧਰ ਫਿਰਦੇ ਕਿੱਧਰ ਫਿਰਦੇ ਬਾਈ ਮੈਂ ਫੋੜਦੇ ਆ ਚੋਪਰ ਲਿਖਿਆ ਜੀ ਤੇ ਟਰੱਕ ਕਿੱਥੇ ਹੋਏ ਗੱਲ ਟਰੱਕ ਕੋਲ ਜਾਣਾ ਦੱਸ ਕਿੱਥੇ ਬਾਈ ਟਰੱਕ ਉਹ ਸ਼ਾਪ ਤੇ ਆ ਜਾ ਤੂੰ ਭੱਜ ਕੇ ਜਾਏਂਗਾ ਤੂੰ ਤਾਂ ਬਾਈ ਫਿਰ ਸ਼ਕਤੀਮਾਨ ਆ ਨਾ ਬਾਈ ਟਰੱਕ ਦਿਖਾਉਂਦੇ ਆ ਤੁਹਾਨੂੰ ਜਿਹੜਾ ਆਪਾਂ ਟਰੱਕ ਲੈਣਾ ਬਾਈ ਅੱਗੇ ਦਾ ਕਬੈਨ ਉਹ ਹੁੰਦੀ ਪਈ ਆ ਇੱਕ ਕਬੈਨ ਹੀ ਆ ਨਾ ਮੁਰਗੀਆਂ ਦੇਖੋ ਆਹ ਟਰੱਕ ਬਰਾੜ ਦੀ ਚੈਟ ਪੜੀ ਨਾ ਮੈਂ ਵੀ ਕਵਾਂ ਕੀ ਆ ਗਈ ਇੰਨੀ ਸੋਹਣੀ ਚੈਟ ਆ
ट्रक मैं चलाऊंगा सनी किन्ने दा ट्रक है कोई लख दा ट्रक आ ते 80000 दा मगर ला भाई गल आई है आज खरीद लो जिन्ना तुसी खरीदना तब के नहीं मिलेगा घंटा फिर कौन जाऊगा मेनू ता ओदा पता नहीं मैं पीछे ट्रैक्टर ला लेना जे वादू वाला ट्रक तुसी चला लो आ चको ना गड्डी गड्डी चल हां चलो गड्डी चला लेने हां ट्रक ट्रक कौन चलाऊगा फिर नहीं ट्रक फिर मैं चला लेना मेरे आगे गड्डी ला लो हां मेरे आगे गड्डी ला लो जिनू रास्ते दा पता ट्रक चला लेने मेनू काले नू काला ट्रक क्यों दिता बई हूटर आली गड्डी ट्रक किदा हॉर्न कित्थों मारदा हुंदा टी तू लो भी मुड़े गावा लैन जानिया हूँ मजा ते गावा तुसी मेरे भाई लाइक ते सब्सक्राइब कर दो जिन्हें भी जाने देखी आते चलो चलो भाई जिन्हू रास्ते का पता ला लियो अगे मैं सड़क ते लाउंदा उहदा टाइम गल नू पता ते सिंह बॉय नू पता ओ पासे पासे लाल गड्डी वाला पिछे नू करो मेरा भाई थोड़ा I will try. मेरे साले नु दिखा नहीं एडा बड़ा झोटा मोड़दा पैंदे यार उना गड्डियां नु इधर नु ने मुंह का थोड़ा इधर ही जाना हां हां इधर नु ही जाना मैं बस साइड जी ते लाया भाई ट्रक सिमुलेटर बन गई हुन हैना अरे माशाल्लाह भाई ट्रक भी आता 1.6 के कंप्लीट वन के बाद अरे माशा भाई 2 के करवाओ फिर देखते स्वराज वाला केड़ा मेरा भाई अगे ला लो भाई स्वराज वाले ਛੱਡ ਮੈਨੂੰ ਰਾਹ ਪਤਾ ਹੈ ਸਵਰਾਜ ਵਾਲਾ ਮੇਰਾ ਭਾਈ ਅੱਗੇ ਲਾ ਲਓ ਭਾਈ ਉਹ ਕਿੱਥੇ ਆਪਣਾ ਪਹਿਲਾ ਟਰੱਕ ਕਿੱਧਰ ਗਿਆ ਪਹਿਲਾ ਟਰੱਕ ਆ ਖੜਾ ਉਹ ਦੇਖੀ ਸੰਨੀ ਨੇ ਆਪਣਾ ਟਰੱਕ ਦੇਖੀ ਭਾਈ ਕਿਹੜਾ ਲਿਆ ਸਾਨੂੰ ਭੈਣ ਦੀ ਸ੍ਰੀ ਕਾਲਾ ਝੋਟਾ ਦਿੱਤਾ ਦੇਖੀ ਦੇਖੀ ਭਾਈ ਤੂੰ ਕਾਲਾ ਤੈਨੂੰ ਕਾਲਾ ਦਿੱਤਾ ਹਾਂ ਚੱਲ ਫਿਰ ਜੇ ਰਸਤੇ ਦਾ ਪਤਾ ਤੈਨੂੰ ਅੱਗੇ ਹੋ ਜਾਊਗਾ ਓਏ ਚੱਲੋ ਮੁੰਡਿਓ ਜਿਹਨੂੰ ਰਸਤੇ ਦਾ ਪਤਾ ਲਾਓ ਅੱਗੇ ਓਏ हरी झंडी आ सिंह भाई तुसी नहीं सिद्धू सिद्धू चल सिद्धू वो ट्रक विचो ओ सन्नी विचो देखो ट्रक कितना सोहना लगता अरे भाई भाई ओए गल तोर ला पै ट्रक दे ब्रेक नहीं हुंदे तैनूं पता मैं थोड़ी वेट करदा सी देखदे ट्रक हुण तेज भजदा के की भजदा ओ जांदा ओ जांदा गल भाई ट्रक साला 90 दी स्पीड ते भाई थोड़ी वेरी गुड जी जी लग दो मुंडा ट्रक दे नाते सन्नी आई है ना पीछे ओ पीछे मैं पिछला शीशा ही देखदा पया कड्डी संद बाहर नु मतलब हाथ ओए ओ पीछे होड़ भी आई जांदा ओ सिंह भाई इधर ही ओए तू आपदी हौली चला ला पीटरी एडे ट्रक ते नहीं जल दे ਫਸਟ ਪਰਸਨ ਚ ਚਲਾ ਸੰਨੀ ਉਹ ਬੜਾ ਵਧੀਆ ਲੱਗਦਾ ਫਸਟ ਪਰਸਨ ਚ ਹੀ ਹੈ ਮੇਰਾ ਤਾਂ ਬੜਾ ਘੈਂਟਾ ਡੈਸ਼ ਸਾਰੇ ਨੂੰ ਦਿਖਦੀ ਤੂੰ ਫਿਰ ਮੈਂ ਗਾਰਾ ਮਲ ਦੇਣਾ ਤੇਰੇ ਡੈਸ਼ਬੋਰਡ ਤੇ ਭਾਈ ਭਾਈ ਯਾਰ ਮੋਡ ਨਹੀਂ ਮੈਂ ਕਿਸੇ ਨੂੰ ਨਹੀਂ ਬਣਾਉਂਦਾ ਮੈਂ ਤਾਂ ਗੱਲ ਨੂੰ ਨਾ ਬਣਾਵਾਂ ਮੋਡ ਬ੍ਰੇਕ 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 ਭੁੰਡੀ ਰੋਕ ਲਈ ਅਗੇ ਬੰਦੇ ਨੇ ਰੋਕ ਲੋ ਭਾਈ ਮੈਨੂੰ ਲੱਗਦਾ ਭੁੰਡੀ ਵਾਲੇ ਨੂੰ ਵੀ ਨਹੀਂ ਪਤਾ ਰਸਤੇ ਦਾ ਚੱਲ ਸਿੱਧਾ ਯਾਰ ਸਾਹਮਣੇ ਦਾ ਪਿੱਛੇ ਆ ਕੈਮਰ ਨਹੀਂ ਸੀ ਮੇਰਾ ਨਾ ਤਾਂ ਚੱਲੋ 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 ਅਨੋਨਿਮਸ ਬਾਈ ਜੀ ਜੀ ਲਵ ਯੂ ਯਾਰ ਅਨੋਨਿਮਸ ਬਾਈ ਅਜੇ ਤਾਂ ਨਹੀਂ ਮੋੜਨੀ ਹੁਣ ਮੋੜ ਦਿੰਦਾ ਸਰ ਆਹ ਗੱਲ ਆ ਗਏ ਬਾਈ ਪੋਲਟਰੀ ਫਾਰਮ ਚ ਆ ਗਏ ਹਾਂ ਇਹ ਚਾਹ ਸੀ ਨਹੀਂ ਟਰਾਲੇ ਨੂੰ ਅੱਗੇ ਮੋੜਦਾ ਮੋੜੀ ਵੇਖ ਕੇ ਹਾਂ ਹਾਂ ਮਦਰ ਫਲਾਵਰ ਇਹ ਕੀ ਹੋ ਗਿਆ ਹਾਂ ਬਾਈ ਉਹ ਨਹੀਂ ਉਹ ਪਿੰਗ ਇਸ਼ੂ ਨਹੀਂ ਰੀਸਾ ਤੇਰੀਆਂ ਨਹੀਂ ਰੀਸਾ ਭੈਣ ਦੀ ट्राला चेक करो
ਕਿਹੜਾ ਆਇਆ ਨਮਨਦੀਪ ਸਿੰਘ ਬਾਈ ਵੈਲਕਮ ਤੇਰਾ ਨਮਣੇ 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 ਬਾਈ ਗਾਵਾਂ ਵਾਲਾ ਦੱਸ ਦੋ ਮੇਰਾ ਬਾਈ ਇੱਧਰ ਤਾਂ ਹੈ ਨਹੀਂ ਨਮਣ ਬਾਈ ਵੈਲਕਮ ਤੇਰਾ ਵੀ ਤੂੰ ਵੀ ਬਣ ਗਿਆ ਮੈਂਬਰ ਕਹਿ ਲਾ ਰਿਹਾ ਆ ਰਿਹਾ ਆ ਰਿਹਾ ਇੱਥੇ ਮੈਨੂੰ ਲੱਗਦਾ ਆਹ ਤੇ ਗਾਂ ਦਾ ਮੂੰਹ ਬਣਾਇਆ ਹੈ ਨਹੀਂ ਨਹੀਂ ਟਰਾਲੀ ਹੈ ਲਿਫਟ ਚੁੱਕੀ ਉਹਨਾਂ ਨੇ ਤੇ ਫਿਰ ਭੈਣ ਦੀ ਸਰੀ ਵੱਟ ਤਾਂ ਹਿੱਲ ਕਰਨਾ ਪੈਣਾ ਕੰਮ ਇੱਥੇ ਮਿਲਣਗੇ ਇੱਥੇ ਮਿਲਣਗੇ ਟਰਾਲਾ ਬੈਕ ਕਰਕੇ ਲਾਈਏ ਫਿਰ ਮੇਰਾ ਕਾਲਾ ਟਰਾਲਾ ਮੈਂ ਬੈਕ ਕਰਕੇ ਲਾਉਣ ਲੱਗਿਆ ਬਾਈ ਡਰਾਈਵਰੀ ਹੁਣ ਚੈੱਕ ਕਰਿਓ ਤੁਸੀਂ ਪਹਿਲਾਂ ਹੱਸਦੇ ਸੀ ਨਾ ਉਹ ਸੋਨੀ ਨੇ ਚੜਾ ਵੀ ਲਈਆਂ ਸੰਨੀ ਤੂੰ ਝੋਟੇ ਚੜਾ ਵੀ ਲੈ ਬਾਈ ਮੇਰੇ ਤੇ ਵੀ ਚੜਾ ਕੇ ਦੋ ਮੈਨੂੰ ਨੀ ਪਤਾ ਬਾਈ ਟਰੱਕ ਤੇ ਪਿਛਲੇ ਟਰਾਲੇ ਤੇ ਚੜਾ ਦੋ ਮੈਂ ਗਾਵਾਂ ਦੇਖਣੀਆਂ ਕੀ ਚੜਾਇਆ ਤੂੰ ਗਾਈ ਹੈ ਗੱਲ ਚੜਾਈ ਓਏ ਹਰਮਨ ਬਾਈ ਲਵ ਯੂ ਬੱਲੇ 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 ਗੱਲ ਚੜਾ ਦੋ ਹੋਏ ਦੇਸੀ ਟਰੱਕ ਪਾਓ ਇਹ ਚ ਕਹਿੰਦੇ ਭੈਣ ਇਹਦਾ ਡੈਸ਼ਬੋਰਡ ਚੈੱਕ ਕਰਨਾ ਯਾਰ ਮੈਂ ਰੋਜ਼ ਉਹ ਇੱਦੂ ਵਧੀਆ ਬਾਈ ਸਾਡੇ ਵਾਲੇ ਦਾ ਸੀ ਇੱਦੂ ਵਧੀਆ ਸਾਡੇ ਵਾਲੇ ਦਾ ਇੱਦੂ ਵਧੀਆ ਸਾਡੇ ਵਾਲੇ ਦਾ ਸੀ ਬਾਈ ਇਹ ਲੱਕੜਾਂ ਵਾਲਾ ਸਾਡੇ ਵਾਲਾ ਭੈਣ ਦੀ ਸਿਰੀ ਲੈਦਰ ਦਾ ਗੱਲਾਂ ਕਿੱਥੇ ਮੁਰਗੀਆਂ ਦਿਖਦੀਆਂ ਤਾਂ ਹੈ ਨੀ ਨਹੀਂ ਨਹੀਂ ਉਹ ਤਾਂ ਉਹ ਟਰਾਲੀ ਚੱਕਣ ਵਾਲਾ ਕੰਮ ਆਹੋ ਮੁਰਗੀਆਂ ਕਿਹੜੀਆਂ ਭੈਣ ਚੋ ਝੂਟੇ ਆ ਗਾਵਾਂ ਲਈ ਹੁੰਦਾ ਮੈਨੂੰ ਲੱਗਦਾ ਜਾਂ ਘੋੜਿਆਂ ਲਈ ਘੋੜੇ ਲੈ ਚੱਲਦੇ ਆ ਦੋ ਤਿੰਨ ਹਾਂ ਕਰ ਦੋ ਸਿੰਘ ਬਾਈ ਘੋੜੇ ਕਰ ਦੋ ਤਿੰਨ ਦੱਬ ਖੜਬੇ ਹੈਗੇ ਹੈਗੇ ਵਿੱਚ ਬਾਈ ਆਹ ਦੇਖੋ ਹੈ ਬਾਈ ਹੈ ਹੈ ਕਿਹੜੀ ਫਿਲਮ ਸੀ ਇਹ ਯਾਰ ਹੈ ਦਿਮਾਗ ਚੱਲਦਾ ਚੜਾ ਤੇ ਘੋੜੇ ਸਿੰਘ ਬਾਈ ਬਾਈ ਕਿੱਥੇ ਘੋੜੇ ਦਿਖੇ ਤਾਂ ਹੈ ਨੀ ਭੈਣ ਚੋ ਦਲੱਤੇ ਤਾਂ ਮਾਰੇ ਨੀ ਕਿਸੇ ਨੇ ਨਹੀਂ ਨਹੀਂ ਰੁਕੇ ਹੀ ਆ ਮੈਂ ਉਹੀ ਤਾਂ ਮੈਂ ਦੇਖਦਾ ਘੋੜੇ ਵਿੱਚ ਹੋਣਗੇ ਤਾਂ ਫੇਰ ਹੀ ਜਾਵਾਂਗੇ ਨਿਊ ਹੋਲੈਂਡ ਵਾਲਾ ਕਿਹੜਾ ਫਿਰਦਾ ਬਾਈ ਪੱਦ ਕੱਢੀ ਜਾਂਦਾ ਭੈਣ ਚ ਮੈਕ ਵਾਲਿਆਂ ਦਾ ਭੈਣ ਪਰ ਯਾਰ ਇਹ ਜੀ ਚੀਜ਼ ਦੇਖ ਕੇ ਨਾ ਬਾਈ ਟਰੱਕ ਡਰਾਈਵਰੀ ਕਰਨ ਦਾ ਨਜ਼ਾਰਾ ਪਰ ਨਜ਼ਾਰਾ ਵੀ ਨਹੀਂ ਔਖਾ ਬਾਈ ਬਰਫਾਂ ਬੁਰਫਾਂ ਚ ਕੰਮ ਕੋਈ ਸੌਖਾ ਨਹੀਂ ਸੰਨੀ ਲਈ ਸਹੀ ਹੈ ਟਰੱਕ ਡਰਾਈਵਰੀ ਹਾਂ ਮੇਰੀ ਗੱਡੀ ਖੜੀ ਹੈ ਥੱਲੇ ਮੈਂ ਉਹਦਾ ਹੀ ਪੱਟ ਕੇ ਸਾਰਿਆਂ ਨੂੰ ਭੇਜ ਦੂੰ ਬਾਈ ਮੇਰੇ ਕੋਲ ਹਜੇ ਆਪਦੇ ਕੋਲ ਹੈ ਨਹੀਂ ਯਾਰ ਬਾਈ ਐਮਾਜ਼ੋਨ 'ਚ ਮੈਂ ਕੀ ਦੱਸਾਂ ਕੀ ਕੁਛ ਹੁੰਦਾ ਯਾਰ ਇੰਨਾ ਪੈਸਾ ਖਰਾਬ ਹੁੰਦਾ ਨਾ ਉਹਨਾਂ ਆਪਾਂ ਸੋਚਿਆ ਵੀ ਨਹੀਂ ਪਰ ਅਸੀਂ ਬਾਈ ਜਿੱਦਾਂ ਏਅਰਪੋਰਟ 'ਚ ਨਹੀਂ ਸਿਕਿਉਰਿਟੀ ਹੁੰਦੀ ਚੈੱਕ ਕਰਕੇ ਵੜਦੇ ਅੰਦਰ ਇੱਦਾਂ ਵੜਦੇ ਹਾਂ ਅਤੇ ਇੱਦਾਂ ਹੀ ਨਿਕਲਦੇ ਹਾਂ ਇਹ ਚੱਕਰ ਆ ਜੇ ਐਮਾਜ਼ੋਨ 'ਚੋਂ ਤੂੰ ਤੈਨੂੰ ਕੱਢਤਾ ਨਾ ਕੰਮ ਤੋਂ ਯੂਕੇ 'ਚ ਕਿਸੇ ਪਾਸੇ ਤੈਨੂੰ ਨੌਕਰੀ ਨਹੀਂ ਮਿਲਣੀ ਤੇਰਾ ਇਹਦਾ ਕਰੀਅਰ ਖਰਾਬ ਹੋ ਜਾਂਦਾ ਮਤਲਬ ਜੇ ਤੂੰ ਉੱਥੇ ਗਲਤੀ ਕਰਦਾ ਫੜਿਆ ਗਿਆ ਕੀ ਮਤਲਬ ਕਿਹਾ ਹੈ ਕਿ ਸਾਲੇ ਚੋਰੀ ਕਰਦੇ ਫੜੇ ਗਏ ਭੈਣ ਐਡੀ ਵੱਡੀ ਕੰਪਨੀ 'ਚੋਂ ਅਤੇ ਮੇਰੇ ਸਾਲਿਆਂ ਨੂੰ ਕਿਸੇ ਪਾਸੇ ਹੋਣਾ ਕਰੀਅਰ ਖਰਾਬ ਬਾਈ ਇੰਨੇ ਟਾਈਮ ਨੂੰ ਘੋੜਿਆਂ ਨੇ ਬਛੇਰੇ ਦੇ ਦੇਣੇ ਸੀ ਘੋੜਿਆਂ ਨੇ ਹਾਂ
ਸਟੀਅਰਿੰਗ ਵੀਲ ਗਿਵ ਅਵੇ ਹਨਾ ਉਹਦਾ ਟਰੱਕ ਹੀ ਨਹੀਂ ਵਰਦਾ ਤੋ ਲੱਕੀ ਗਈ ਖੁੱਲੇ ਰੱਖ ਦਰਵਾਜ਼ੇ ਬਹਿ ਗਿਆ ਸਿੰਘ ਬਾਈ ਬਹਿ ਕੇ ਆ ਗਏ ਬਾਈ ਸੰਨੀ ਦੇਖਿਆ ਬਾਈ ਆਪਣੀਆਂ ਗਾਵਾਂ ਮਿੰਟਾਂ 'ਚ ਚੜਾ ਕੇ ਲੈ ਗਿਆ ਫਿਰ ਕਹਿੰਦਾ ਸਾਨੂੰ ਪਤਾ ਨਹੀਂ ਬਹੁਤ ਧੰਨਵਾਦ ਬਾਈ ਵੈਸੀ ਲਾਈਕ ਹੋ ਗਏ 100 ਵੀ ਯਾਰ ਗੱਲ ਦੇਖੀ ਓ ਹੋਰ ਯਾਰ ਧੱਕਾ ਕਰਦਾ ਸੰਨੀ ਆਪਣੇ ਧੱਕਾ ਸਾਨੂੰ ਕਹਿੰਦਾ ਸਾਨੂੰ ਪਤਾ ਨਹੀਂ ਗਾਵਾਂ ਦੇ ਬਾਈ ਸਾਰਾ ਕੁਝ ਚੈੱਕ ਕਰਕੇ ਲੈ ਗਿਆ ਥਣ ਥੁਣ ਐਵਰਡ ਵੀ ਹਾਏ ਸੰਨੀ ਹਾਏ ਹਾਏ ਸੰਨੀ ਹੁਣ ਆਇਆ ਨਾ ਕਹਿੰਦੀ ਹਾਏ ਏਟਾ ਭਾਈ ਹਾਏ ਹਾਏ ਵੱਡਾ ਬੰਦਾ ਹਾਏ ਹਾਏ ਏਡਾ ਬੰਦਾ ਸਿੰਘ ਬਾਈ ਹੋ ਗਿਆ ਕੰਮ ਲੱਖ ਦੀ ਲਾਂਤ ਚਲਾਓ ਚਲਾਓ ਟਰੱਕ ਫਿਰ ਚੱਲੀ ਆ ਗਾਵਾਂ ਲੈ ਗਿਆ ਸੰਨੀ ਤੂੰ ਸੰਨੀ ਗਾਵਾਂ ਲੈ ਗਿਆ ਤੂੰ ਤੇ ਫਿਰ ਆ ਟਰੱਕ ਵੇਚ ਦੇ ਕਾਲਾ ਟਰੱਕ ਕਿਸੇ ਕੰਮ ਦਾ ਨਹੀਂ ਨਕਮਾ ਟਰੱਕ ਲੈ ਕੇ ਦਿੱਤਾ ਤੂੰ ਮੈਂ ਲੈ ਕੇ ਦਿੱਤਾ ਸੀ ਕਿਹਨੇ ਲੈ ਕੇ ਦਿੱਤਾ ਸੀ ਮੈਂ ਕਹਿੰਦਾ ਸੀ ਫਰਾਡ ਬਈ ਟੈਬ ਨੱਪੀ ਟੈਬ ਨੱਪੀ ਜਾਂਦਾ ਮੈਂ ਕਰੈਨਾ ਤੇ ਆ ਗਿਆ ਕੱਲੇ ਖੇਡਣ ਦਾ ਕੋਈ ਫਾਇਦਾ ਨਹੀਂ ਜੇ ਬੰਦੇ ਜ਼ਿਆਦਾ ਹੋਣਗੇ ਯਾਰ ਟਰੱਕ 'ਚ ਕੋਈ ਇਹ ਕੀ ਮੇਰੇ ਕੋਲੇ ਯੂਰੋ ਟਰੱਕ ਦੇ ਇੱਕ ਐਕਸਟਰਾ ਕਾਪੀ ਹੈਗੀ ਆ ਉਹ ਬਿੱਲ ਤੇ ਦੇ ਦਾਂਗੇ ਬਈ ਯਾਰ ਬਈ ਉਤਰ ਨਹੀਂ ਸਕਦੇ ਸਵਰਾਜ ਦਾ ਤੇਲ ਮੁਕਈ ਜਾਂਦੇ 2 ਮਿੰਟ ਸ਼ਾਂਤੀ ਵੈਰੀ ਗੁੱਡ ਇਧਰ ਘੋੜੇ ਆ ਗਏ ਘੋੜੇ ਉਸ ਸਿੰਘ ਬਾਈ ਚ ਆਤਮਾ ਆ ਗਈ ਉੱਥੋਂ ਨਾ ਫਰੀਦ ਉਹ ਪੈਂਚ ਘੋੜੇ ਤੇ ਲੈ ਕੇ ਜਾਵਾਂਗੇ ਆਕਾਸ਼ ਵਰਕ ਹੈਲੋ ਭਰਾ ਕਿਵੇਂ ਮੈਂ ਵਧੀਆ ਬਈ ਲਵਦੀਪ ਸਿੰਘ ਕਿਵੇਂ ਆ ਮੈਂ ਵਧੀਆ ਜਮਾਲ ਉਹ ਟਰੱਕ ਵੇਚਤਾ ਸਿੰਘ ਬਾਈ ਤੁਸੀਂ ਗੱਲ ਆਪਾਂ ਕਿਦਾਂ ਜਾਵਾਂਗੇ ਉੱਥੇ ਹੁਣ ਪਿੰਡ ਨੂੰ ਆਪਾਂ ਖੜ ਜੀ ਹੁਣ ਦੇ 2 ਮਿੰਟ ਮੈਂ ਨਾ ਚੀਜ਼ ਦੀ ਆਉਂਦਾ ਹਾਂ ਹਾਂ ਬਾਈ ਉਹੀ ਤਾਂ ਗੱਲ ਆ ਸ਼ਰਮਾ ਜੀ ਸਪੈਮ ਨਾ ਕਰੋ ਯੇ ਬਾਈ ਤੂੰ ਮੋਡਰੇਟਰ ਆ ਕਿਵੇਂ ਬਰਾੜਾਲ ਵਾਲੇ ਵਧੀਆ ਬਾਈ ਸ਼ਰਮਾ ਬਾਈ ਮੋਡਰੇਟਰ ਹੀ ਸਾਡੇ ਉਹ ਕਰੀ ਜਾਂਦੇ ਅਪੀਲਾਂ ਇੱਕ ਟਰੱਕ ਦੇ ਵਿੱਚ ਘੋੜੇ ਦੀ ਲੱਗ ਜੂ ਚਲੋ ਟੋਚਨ ਪਵਾ ਲਓ ਤੁਸੀਂ ਚਲੋ ਮੈਨੂੰ ਲੱਗਦਾ ਨਿਊਜ਼ੀਲੈਂਡ ਜਿੱਤੂਗਾ ਮੈਨੂੰ ਲੱਗਦਾ ਨਿਊਜ਼ੀਲੈਂਡ ਜਿੱਤੂਗਾ ਜਿੱਤ ਗਿਆ ਨਾ ਐਸੇ ਬਾਈ ਸਾਡੀ ਅੱਖ ਹੀ ਪਛਾਣ ਲੈਂਦੀ ਹੈ ਕਿਹੜਾ ਟਰੈਕਟਰ ਜਿੱਤੂ ਕਿਹੜਾ ਨਹੀਂ ਬਾਈ ਨਾਮ ਦਾ ਸਾਨੂੰ ਟਰੈਕਟਰ ਨਾ ਮਿਲਦੇ ਸਿੰਘ ਬੋਏ ਕਰਕੇ ਮਿਲੇ ਆ ਸਾਨੂੰ ਜੇ ਗੱਲ ਨਾ ਹੁੰਦਾ ਸਾਨੂੰ ਗਾਵਣਾ ਮਿਲਦੀਆਂ ਜੇ ਸੰਨੀ ਨਾ ਹੁੰਦਾ ਸਾਨੂੰ ਗੇਮ ਨਹੀਂ ਮਿਲਣੀ ਸੀ ਇਹ ਵੀ ਹੈ ਜੇ ਮੋਦੀ ਨਾ ਹੁੰਦਾ ਸਾਨੂੰ ਕੰਪਿਊਟਰ ਹੀ ਨਹੀਂ ਮਿਲਣਾ ਸੀ ਜੇ ਮੋਦੀ ਨਾ ਹੁੰਦਾ ਤਾਂ ਬਥੇਰਾ ਕੁਝ ਮਿਲਣਾ ਸੀ ਮੈਂ ਇੱਥੇ ਹੀ ਆ ਹਜੇ ਕਿੱਥੇ ਜਾਵਾਂ ਮੈਂ ਟਰੈਕਟਰ ਤੇ ਬਹਿ ਗਿਆ ਬਾਈ ਕਿਉਂਕਿ ਟਰੈਕਟਰ ਭਜਾ ਕੇ ਲੈ ਜਾਂਦੀ ਮੇਰੀ ਲਿਆ 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 ਦਿਆ ਬਾਈ ਦੀ ਕਹਿਆ ਸੀ ਮੈਂ ਲੈ ਕੇ ਆਉਣਾ ਜਗਾੜੋ ਓਏ ਮੈਂ ਇੱਥੇ ਹੀ ਵੇਟ ਕਰੀ ਜਾਣਾ ਜਿੱਥੇ ਆਪਣਾ ਉਹ ਲਾਇਆਗਾ ਟ੍ਰੇਲਰ ਆ ਗਿਆ ਬਾਈ 774 ਟਰੈਕਟਰ ਲੈ ਕੇ ਆਓ ਕੋੜੇ ਦਾ ਲੈ ਕੇ ਆਇਆ ਮੈਂ ਉਹਕੇ ਪਰ ਟਾਈਮ ਲੱਗਦਾ ਮੈਂ ਟਰੈਕਟਰ ਦੇ ਪਿੱਛੇ ਪਾ ਲਈਏ ਯਾਰ 100 ਕਰੋ ਯਾਰ 90 ਵੀ ਕਿਉਂ ਨਹੀਂ ਟਰੈਕਟਰ ਪਿੱਛੇ ਕਰਨ ਕੋਣਾ ਆਪਾਂ ਜਗਾੜ ਹੋਰ ਲੈ ਤੀ ਰੁਕੋ ਨਾ ਉੱਥੇ ਵੇਟ ਮੈਂ ਰੁਕਿਆ ਹੀ ਆ ਬਾਈ ਮੈਂ ਹੁਣ ਇਤੂ ਜ਼ਿਆਦਾ ਤਾਂ ਨਹੀਂ ਰੁਕ ਓਏ ਨਹੀਂ ਮੈਂ ਅੱਖਾਂ ਕਿਤੇ ਉਹ ਆ ਨੱਪ ਲੈਣਾ ਟਰੈਕਟਰ ਨਹੀਂ ਸ਼ੁਕਰ ਨਹੀਂ ਨੱਪੇ ਬਾਈ ਸ਼ਾਂਤੀ ਜੀ 'ਚ ਬੈਠਣ ਨੂੰ ਦਿਲ ਕਰਦਾ ਮੇਰਾ ਯਾਰ ਇੱਥੇ ਭੈਣ ਚੋਂ ਟਰੈਕਟਰਾਂ ਦੀਆਂ ਆਵਾਜ਼ਾਂ ਸੁਣ ਕੇ ਨਾ ਦੇਖੇ ਸੜਕ ਨਹੀਂ ਦੇਖੋ ਕੀ ਆ ਗਿਆ ਸੜਕ ਕਿੱਥੇ ਭੈਣ ਦੀ ਸਿਰੇ ਓਹ ਸ਼ਾਂਤੀ ਰੇਂਜ ਰੋਵਰ ਨਹੀਂ ਕਿਹੜੀ ਹੈ ਘੋੜੇ ਮੁੰਡਾ ਬੱਲੇ ਬੱਲੇ ਇੰਨਾ ਖਰਚਾ ਕਰਤਾ ਗਿਆ ਲੈਣੇ ਘੋੜੇ ਕਿਹੜੇ ਖੱਚਰੀ ਨਸਲ ਦੇ ਤੇ ਕਿਹੜੀ ਨਸਲ ਦੇ ਬਲੈਕ ਰੰਗ ਦਾ ਲੈਣਾ ਹਾਂ ਵੈਰੀ ਗੁੱਡ ਇਹਨੂੰ ਮੈਡਲ ਪਾਓ ਨਿਊਜ਼ੀਲੈਂਡ ਵਾਲੇ ਨੂੰ ਬਾਈ ਹੁਣ ਸੱਚੀ ਘੋੜੇ ਲੈ ਕੇ ਜਾਣੇ ਅਸੀਂ ਵਿੱਚ ਹਜੇ ਨਹੀਂ ਕੋਈ ਨਹੀਂ ਆਇਆ
ਉਹ ਲਾਤਾ ਦੇ ਗੱਡੀ ਨੂੰ ਆ ਗਿਆ ਆ ਗਿਆ ਨਹੀਂ ਕੋਈ ਨਹੀਂ ਆਇਆ ਅੰਦਰ ਬਾਈ ਨਿੱਕੀ ਨਿੱਕੀ ਠਾਕੁਰ ਬਾਈ ਸ਼ੁਕਰੀਆ ਮੇਰੇ ਬਾਈ ਸ਼ੁਕਰੀਆ ਦੇਖਿਓ ਆ ਗਿਆ ਵਿੱਚ ਬਾਈ ਮੈਨੂੰ ਤਾਂ ਦਿਖਦਾ ਨਹੀਂ ਜਾਂ ਮੇਰੀਆਂ ਅੱਖਾਂ ਹੀ ਖਰਾਬ ਆ ਗੱਲ ਕੋਈ ਨਹੀਂ ਗੱਡੀ ਬੰਦ ਕਰ ਓਏ ਤੂੰ ਚੈੱਕ ਕਰ ਮੈਂ ਗੱਡੀ ਚ ਬਹਿਣੀ ਸਾਲੇ ਉਹ ਘੋੜੇ ਕਿੱਥੇ ਹੋਏ ਗੱਲ ਹੋ ਜੂਗਾ ਮੈਂ ਉਧਰ ਜਾ ਕੇ ਗਾਵਾਂ ਦੇਖ ਕੇ ਆਵਾਂ ਉਹਨਾਂ ਟਾਈਮ ਨਹੀਂ ਤਾਂ ਭੈਣ ਇੱਧਰ ਘੋੜੇ ਹੀ ਨਹੀਂ ਆਉਂਦੇ ਪਏ ਮੈਨੂੰ ਲੱਗਦਾ ਘੋੜੇ ਹੀ ਵੇਖ ਮਤਲਬ ਸਾਰੇ ਹੋ ਗਏ ਬਾਈ ਗੱਲ ਚੱਲ ਫਿਰ ਤੂੰ ਘੋੜੇ ਲੈ ਕੇ ਆਈ ਓਕੇ ਮੈਂ ਮੱਖੀਆਂ ਦੇਖਦਾ ਸ਼ਹਿਦ ਵਾਲੀਆਂ ਮੱਖੀਆਂ ਦੇਖਣ ਚੱਲੇ ਯਾਰ ਓਹੋ ਭੈਣ ਚੋ ਆਹ ਭੂੰਡੀ ਨੇ ਆਤਾ ਬਾਈ ਆਹ ਦੇਖੋ ਕਿੰਨੇ ਭਈਏ ਫਿਰਦੇ ਬਾਈ 855 ਦੀ ਸਪੀਡ ਬਾਈ ਇਹਦੇ ਨਾਲੋਂ ਜ਼ਿਆਦਾ ਨਹੀਂ ਇਹਦੀ 100 ਆ ਜਾਂਦਾ ਬੁੱਕਦਾ ਸਿੰਘ ਬਾਈ ਕਿਹੜੀਆਂ ਮੱਖੀਆਂ ਲਈਆਂ ਬਾਈ ਮਧੂ ਮੱਖੀਆਂ ਅਤੇ ਬਾਲਾ ਮੱਖੀਆਂ ਮਧੂ ਬਾਲਾ ਮੱਖੀ ਬਾਈ ਆਹ ਦਰਖਤ ਸੰਤਰੀ ਸੰਤਰੀ ਮੈਨੂੰ ਹੀ ਦੇਖਦੇ ਅਤੇ ਤੁਹਾਨੂੰ ਵੀ ਦੇਖਦੇ ਆਤਾ ਹੈ ਨਾ ਆ ਗਏ ਕਿੰਨੀਆਂ ਸਾਲੀਆਂ ਰੀਅਲਿਸਟਿਕ ਜਿਹੀਆਂ ਲੱਗਦੀਆਂ ਏ ਘੈਂਟ ਆ ਘੈਂਟ ਇਹ ਜ਼ਿਆਦਾ ਰੀਅਲਿਸਟਿਕ ਕੰਮ ਹੋ ਗਿਆ ਫਿਰ ਥਣ ਥੂਣ ਹੈਗੇ ਆ ਪੂਰੇ ਇਹਦੇ ਚਾਰ ਆ ਹਾਂ ਦੇਖ ਲੈ ਸਿੰਘ ਬੋਏ ਇੱਕ ਦੋ ਘੋੜੇ ਵਿੱਚ ਹੀ ਬਾਈ ਉੱਥੇ ਫਾਰਮ ਚ ਬਾਈ ਆ ਤਾਂ ਗਾਵਾਂ ਉਹ ਵੇਖਣਗੇ ਯਾਰ ਇਹ ਕਿਦਾਂ ਦੁੱਧ ਦੁੱਧ ਦੇਣਗੇ ਹਨਾ ਕੀ ਹੋ ਗਿਆ ਆਵਾਜ਼ ਸੁਣੋ ਬਾਈ ਆਵਾਜ਼ ਹਰਸ਼ਮਾਨ ਥੈਂਕ ਯੂ ਬ੍ਰਦਰ ਫੜ ਜਾਈ ਯਾਰ ਇਹ ਟਾਈਮ ਨਹੀਂ ਲੱਗਦਾ ਜਮਾ ਨਹੀਂ ਪਤਾ ਕਿਹੜਾ ਕਮਲਾ ਏ ਹੈਲੋ ਇਹ ਗਾਵਾਂ ਖਾਂਦੀਆਂ ਕੀ ਆ ਨਹੀਂ ਘਾਹ ਤਾਂ ਖਾਈ ਜਾਂਦੀਆਂ ਬਹੁਤ ਸੋਹਣਾ ਬਣਾਤਾ ਇੱਥੇ ਫਾਰਮਾ ਦੇ ਖੂਨ ਵਧੀਆ ਲੱਗਦਾ ਸਾਲਾ ਦੇਖਣ ਨੂੰ ਵੀ ਉਹ ਪਰਲੇ ਪਾਸੇ ਘੋੜੇ ਲਿਆਂਦੇ ਉਹ ਗੱਲ ਘੋੜੇ ਆ ਫਿਰਦੇ ਓਏ ਹਾਂ ਤੂੰ ਇੱਥੇ ਹੀ ਆ ਉੱਥੇ ਗੱਡੀ 'ਚ ਲੈ ਕੇ ਆਉਣਾ ਦੋ ਘੋੜੇ ਵੇਚ ਤੇ ਆ ਜਲੇ ਓਏ ਆ ਤੈਨੂੰ ਮਧੂ ਮੱਖੀ ਵਾਲਾ ਵਖਾ ਗਿਆ ਇਧਰ ਆ ਭਾਜ ਤਾਂ ਘੋੜੇ ਹੋ ਗਏ ਤੇ ਇਧਰ ਆ ਮੁਰਗੇ ਓਏ ਹੋਏ ਮੁਰਗਿਆਂ ਦੀ ਡਿਟੇਲ ਚੈੱਕ ਕਰੋ ਓਏ ਰੋਜ਼ ਰੋਜ਼ ਤੂੰ ਕਿੱਥੇ ਫਿਰਦਾ ਅਸ ਨਹੀਂ ਓਏ ਆ ਰਿਹਾ ਤੂੰ ਤੂੰ ਮਧੂ ਮੱਖੀਆਂ ਕਿੱਥੇ ਭੈ ਹੁਣ ਬਣਿਆ ਨਾ ਫਾਰਮਿੰਗ ਪੂਰਾ ਵਧੀਆ ਪਿੰਡ ਨਾਈਸ ਲੜਦੀਆਂ ਵੀ ਆ ਭੈਣ ਚ ਮਧੂ ਬੱਲਾ ਵਧੀਆ ਵਧੀਆ ਹੁਣ ਲੱਗਦਾ ਫਾਰਮ ਸਹੀ ਗੱਲ ਆ ਬਾਈ ਤੂੰ ਕਹਿੰਦੇ ਨਕਜੀਤ ਕਰ ਦੋ ਜਲਦੀ ਬਾਈ ਤੂੰ ਕਹਿ ਕਰੋ ਯਾਰ ਜਲਦੀ ਕਿਤਨੇ ਲਾਇਕ ਹੋ ਗਏ ਬਾਈ ਦੱਸੋ ਜਲਦੀ ਫਿਰ ਤੁਹਾਨੂੰ ਘੋੜੇ ਚ ਲੱਗਦੇ ਹੁੰਦੇ ਘੋੜਾ ਚੱਲਦੇ ਬਾਈ ਮੈਂ ਪਾਣੀ ਵਾਲੇ ਟੈਂਕਰ ਲੈ ਕੇ ਮੈਂ ਪਾਣੀ ਪਾਵਾਂ ਇਹਨਾਂ ਹਾਂ ਹਾਂ ਪਾਣੀ ਪੂਣੀ ਕਾਲਾ ਘੋੜਾ ਪਾਣੀ ਨਹੀਂ ਪੈਂਦਾ ਇਹਨਾਂ ਨੂੰ ਮੈਂ ਪਾਣੀ ਪੀਂਦੀਆਂ ਐ ਕਿੱਥੋਂ ਉੱਥੋਂ ਹੀ ਰਾਜਸਥਾਨ ਤੋਂ ਆਈਆਂ ਊਠ ਹੈ ਨਹੀਂ ਊਠ ਬੋਤਾ ਹਾਂ ਬੋਤਾ ਬਾਬਾ ਬੋਤਾ ਬੋਤਾ ਹੈ ਨਹੀਂ ਲੱਗਦਾ ਓਏ ਯਾਰ ਹੁਣ ਹੁਣ ਵਧੀਆ ਲੱਗਦਾ ਸੱਚੀ ਫਾਰਮ ਵਧੀਆ ਲੱਗਦਾ ਸਾਲਾ ਘਰ ਦੇ ਸਾਹਮਣੇ ਘੋੜੇ ਰੱਖੇ ਆਪਣੇ ਹਾਂਜੀ ਚੱਲ ਓਕੇ ਮੁੰਡਾ ਮੈਂ ਬੰਦ ਕਰਦਾ ਸਟ੍ਰੀਮ ਉਹ ਮੈਂ BGMI ਖੇਡਣ ਲੱਗਿਆ ਓਕੇ ਨਹੀਂ ਨਹੀਂ ਆ ਜਾਓ ਆ ਜਾਓ ਜਿਹਨੇ ਮੇਰੇ ਨਾਲ ਖੇਡਣੀ BGMI ਮੈਂ ਹੁਣੇ ਖੇਡਣ ਲੱਗਿਆ ਓਏ ਹਾਂ ਓਕੇ ਓਕੇ ਨਹੀਂ ਹਾਂ ਥੋੜਾ ਟਾਈਮ ਖੜ ਜੀ ਹਾਂਜੀ ਓਏ ਆ ਗਏ ਓਏ ਆ ਗਏ ਗੱਲ ਲਿਆ ਆ ਖੱਚਰ ਭੈਣ ਚ ਘੋੜੇ ਇੱਥੇ ਫਿਰਦੇ ਆ ਖੋਲੋ ਦਰਵਾਜ਼ੇ ਇਹ ਘੋੜਿਆਂ ਦੀ ਨਸਲ ਕਿਹੜੀ ਆ ਇੱਕ ਤਾਂ ਹੈਗਾ ਕਾਲਾ ਚੰਬਾ ਕਾਲਾ ਚੰਬਾ ਅਫਗਾਨੀ ਜਲਵਾ ਹਾਂ ਤੇ ਇਹਨਾਂ ਨੂੰ ਬਾਹਰ ਕਿੱਦਾਂ ਲਾਉਣਾ ਹੈਗਾ ਗੇਅਰ ਪਾਓ ਇਹਨਾਂ ਦੇ ਘੋੜਿਆਂ ਦੇ ਫੜ ਕੇ ਪਹਿਲਾਂ
ਪਹਿਲਾਂ ਇਹਨੂੰ ਬੰਦ ਕਰ ਦਿਓ ਮੂਹ ਪਾ ਆਟੋਮੈਟਿਕ ਸਿੰਘ ਬਾਈ ਨੂੰ ਕੀ ਹੋ ਗਿਆ ਸਿੰਘ ਬਾਈ ਲੈਫਟ ਆ ਗਿਆ ਹੈਲੋ ਪਤਾ ਨਹੀਂ ਕਿੱਧਰ ਭੱਜ ਗਿਆ ਸਿੰਘ ਬਾਈ ਨੇ ਮੱਖੀਆਂ ਨਾਲ ਲੜਾਈਆਂ ਹੁਣ 10 ਵਜੇ ਕਿਦਾਂ ਕਰੀ ਭੱਜ ਗਿਆ 3 ਘੰਟੇ ਪੂਰੇ ਹੋ ਗਏ ਭਾਈ ਰੂਟਰ 1.8 ਗਾਇਸ 200 ਲੈ ਗਏ ਮੇਰੇ ਭਾਈ 200 ਲੈ ਗਏ ਨਹੀਂ ਰਹਿ ਗਏ ਕਰ ਦਿਓ ਮੇਰੇ ਭਾਈ ਬੰਦਾ ਨਾ ਆਇਆ ਤਾਂ ਆਪਣਾ ਕੀ ਬਣੂ 200 ਰਹਿ ਗਏ ਭਾਈ ਸਾਡਾ ਨੰਬਰਦਾਰ ਮੈਂ ਕਹਾਂ ਭੱਜ ਗਿਆ ਭਾਈ ਓਏ ਹੋਏ ਹੋਏ ਆ ਕੀ ਕੀਤਾ ਏ घोड़े की पूछ चक्कर मैं कुदा साला अकड़िया पिया जो तारे इन अंदर वाड़दा रोया लद करती ओने ਕੋਈ ਦੂਜਾ ਘੋੜਾ ਵੀ ਅਨਲੋਡ ਹੋ ਗਿਆ ਦੱਸੋ ਅੱਜ ਕਿਹੜਾ ਪੁਰਕਾ ਬਣਾਉਣਾ ਗਿੱਲ ਪਾਣੀ ਕਿੱਥੋਂ ਭਰਿਆ ਜਾਊਗਾ ਉਹ ਗਿੱਲ ਆਹ ਸੋਹਣਾ ਲੱਗਦਾ ਬਾਈ ਆਹ ਮੋੜਕਾ ਸੋਹਣਾ ਹੈ ਇਹ ਇਹਨੂੰ ਸਾਲੇ ਨੂੰ ਕੱਟ ਨਹੀਂ ਸਕਦੇ ਕੱਟ ਕਾਹ ਤੋਂ ਨਹੀਂ ਸਕਦੇ ਬਾਈ ਇਹਨੇ ਕੱਟ ਦੋਦਾ ਓਏ ਆਹ ਹੋਏ ਦੂਜੀ ਮਸ਼ੀਨ ਨਾਲ ਇਹਨਾਂ ਦੇ ਗੱਟੇ ਲਾ ਕੇ ਦੇਖੋ ਤਾਂ ਮੁਰਗਿਆਂ ਦੇ ਗੱਲ ਓਏ ਆਹ ਗੱਲ ਟੈਂਕੀ ਵਧੀਆ ਕਰ ਪਾਣੀ ਵਾਲੀ ਕਰ ਦਿਆ ਕਰ ਲਈ रोजा रोजा मैं उधर लाया मैं छड्ड थले गड्डियां कट खाने लो भी मुंडे आई डी दे भाई कैडी आई डी इन बैक करके ला दिया पे ਸੋਹਣਾ ਲੱਗਦਾ ਬਾਈ ਫਾਰਮ ਹੁਣ ਬਾਕੀ ਵਧੀਆ ਲੱਗਦਾ ਹੁਣ ਘੈਂਟ ਲੱਗਦਾ ਹਾਂ ਸਾਰਾ ਜਗਾੜਮੈਂਟ ਹੋ ਗਿਆ ਨਾ ਖੇਡਾਂ ਤੁਹਾਡੇ ਨਾਲ ਇੱਕ ਚੀਜ਼ ਦੀ ਕਮੀ ਆ ਆਪਾਂ ਕੁੱਤਾ ਰੱਖਣਾ ਇੱਕ ਹੁਣ ਓਕੇ ਹੈਗਾ ਕੁੱਤਾ ਵਧੀਆ ਰੱਖਣਾਗਾ ਗਿੱਲ ਗਿੱਲ ਹੈਗਾ ਗਿੱਲ ਹੈ ਤੂੰ ਪਾਣੀ ਵਾਲੇ ਪਾਸੇ ਲੈ ਜਾ ਮੈਨੂੰ ਮੈਂ ਤੈਨੂੰ ਦੱਸਾਂ ਹਾਂ ਗੱਡੀ ਨੂੰ ਇੱਥੇ ਲਾ ਦਿੰਦੇ ਪਰਚੇਜ਼ ਕਰਨੀ ਜਿਹੜੀ ਉਹਦੇ ਲੈਂਦੀ ਸੀ ਸਾਜਾ ਸ਼ੈੱਡ ਸਾਲਾ ਛੋਟਾ ਪੈ ਗਿਆ ਮੁੰਡਿਓ ਉਹ ਜੀ ਚ ਪਾਣੀ ਨਿਕਲਦਾ ਹੁੰਦਾ ਉਹ ਟੈਂਕੀ ਵੀ ਹੁੰਦੀ ਇੱਕ ਲਓ ਬਈ ਇੱਕ ਨਾਲਾ ਵੀ ਹੁੰਦਾ ਹੁਣ ਬਣ ਗਿਆ ਪੂਰਾ ਆਪਣਾ ਵਧੀਆ ਗੱਲਬਾਤ ਪਬਜੀ ਵਾਲਾ ਮੁਰਗਾ ਯੈਸ ਬਈ ਆ ਪਾਣੀ ਵਾਲੀ ਟੈਂਕੀ ਓਏ ਨਗਰ ਕੀਰਤਨ ਕੱਢ ਰਹਾ ਹੁਣ ਸੜਕਾਂ ਸਾਫ ਕਰੋ ਬਈ ਸੜਕਾਂ ਸਾਫ ਕਰ ਮੁਰਗਾ ਫੜੋ ਤੁਸੀਂ ਕਹਿੰਦੇ ਵੱਡਾਂਗੇ ਮੈਨੂੰ ਮੈਂ ਵੱਡਣਾ ਨਹੀਂ ਤਰੂਣ ਢਾਲੀ ਵਾਲ ਕੀ ਆ ਕਿੱਥੇ ਹੈ ਮਸ਼ੀਨ ਕਿੱਥੇ ਤੇਰੇ ਕੋਲ ਆ ਹੈਗੀ ਆ ਇਹ ਬੰਦਾ ਨਵਾਂ ਹੈ ਸਬਸਕ੍ਰਾਈਬ ਕਰ ਨਹੀਂ ਵੱਢ ਸਕਦੇ ਕਹਿੰਦੇ ਜੀਵ ਜੰਤ ਕੁਛ ਨਹੀਂ ਕਹਿੰਦੇ ਆਪਣਾ ਨੂੰ ਵੱਢ ਕੇ ਕੀ ਲੈਣਾ ਟੋਪੇ ਤੋਂ ਭਰ ਲੈ ਟੋਪੇ ਤੋਂ ਨਹੀਂ ਭਰਿਆ ਜਾਂਦਾ ਇਹ ਲਓ ਕੱਲ ਨੂੰ ਆ ਜਾਂਦਾ ਦੇਖ ਨਹੀਂ ਆ ਬਰਾਉਨ ਨੂੰ ਆ ਦੇਖਾ ਕੀ ਪਿਆ ਥੱਲੇ ਲਿੱਦਾਂ ਚੱਕ ਬਾਈ ਪਹਿਲਾਂ ਸਲਾਹ ਕਰੀ ਸੀ ਆਪਾਂ ਅੰਗੂਰ ਲਾਉਣਾ ਫਿਰ ਵਾਈਨ ਬਣਾਵਾਂਗੇ ਜਗਾ ਓਏ ਹੋਏ 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 ਆ ਬੜੀ ਵਧੀਆ ਸਲਾਹ ਹੈ ਬਾਈ ਅੰਗੂਰ ਬਾਏ ਡੌਗਸ ਆ ਹੋਏ ਕੁੱਤਾ ਲੈ ਲਓ ਗਿੱਲ ਲੱਗਦਾ ਕਰਦਾ ਪਿਆ ਕੁੱਤਾ ਬਾਈ ਗਿੱਲ ਹੈਗਾ ਬਾਈ ਚੱਲ ਇਹਨਾਂ ਲੜੀ ਜਾਣਗੇ ਬਾਅਦ ਚ ਦੇਸੀ ਗੇਮਰ ਨਹੀਂ ਇੱਕ ਲੈ ਲਓ ਵਧੀਆ ਜਿਹਾ ਕੁੱਤਾ ਲੈ ਲਓ ਸਹੀ ਗੱਲ ਆ ਕਤੀੜ ਕਿਹੜੀ ਬਰੀਡ ਆ ਵਧੀਆ ਜੀ ਬਰੀਡ ਲਿਓ ਭੈਣ ਚ ਸ਼ੇਰ ਖਾਨੀ ਮੈਂ ਗਿੱਲ ਨੂੰ ਪੁੱਛੀ ਤਾਂ ਨਾ ਕਿਹੜੀ ਬਰੀਡ ਆ ਦੱਸਦੇ ਨਹੀਂ ਬਰੀਡ ਗਿੱਲ ਪਿਟਬੁਲ ਪਿਟਬੁਲ ਬਰੀਡ ਯਾਰ ਕਿੱਥੇ ਗਿਆ ਕੁੱਤਾ ਓਪਨ ਡੋਰ ਕੀ ਤੁੰਦਾ ਹੈ ਓ ਮੁਰਗੀਆਂ ਇੱਧਰ ਦੀ ਵੀ ਏ ਸਾੜ ਕੋਲੇ ਓਏ ਮੁਰਗੀ ਦਾ ਬਾਹਰ ਕੱਢ ਦੇ ਆ ਬਾਹਰ ਵੀ ਨਿਕਲ ਜਾਂਦੀਆਂ ਰੈਂਚ ਹੈ ਤੇ ਹੋਰ ਕਲੋਜ਼ ਭੱਜ ਜਾਣਗੇ ਮਨ ਕੇ ਆਪਾਂ ਬਾਹਾਂ ਚਾ ਨਹੀਂ ਜਾਂਦੇ ਨਹੀਂ ਜਾਂਦੇ ਹਾਂ ਹੋਏ ਰੈਂਚ ਵਾਲਾ ਕੰਮ ਹੀ ਇੱਕ ਹਿਸਾਬ ਦਾ ਉੱਚ ਵੀ ਮੁਰਗੀਆਂ ਰੱਖ ਸਕਦੇ ਸੀ ਉੱਚ ਪਰ ਅੰਡੇ ਦਿੰਦੀਆਂ ਸੀ ਇੱਚ ਨਹੀਂ ਦਿੰਦੀਆਂ ਅੰਡੇ ਹੈਪੀ ਨੇ ਤੈਨੂੰ ਬਰਾੜ ਕਦਮ ਹੋ ਗਿਆ ਅੰਡੇ ਨਹੀਂ ਨਹੀਂ ਸੀ ਉਹ ਅੰਗੜਾਈ ਜੀ ਲਈ ਸੀ ਗਿੱਲ ਵਾਟਰ ਸਰਵਿਸ ਮੈਂ ਕਿਹਾ ਤੂੰ ਹੀ ਜ਼ੋਰ ਲਾਤਾ ਕੱਲ ਨੇ ਬਾਈ ਜ਼ੋਰ ਤਾਂ ਲੱਗ ਗਿਆ ਆਪਣੀ ਖੇਤੀਬਾੜੀ ਮਹਿਕਮਾ ਵੀ ਵਧੀਆ ਹੋ ਗਿਆ ਤੇ ਉਹ ਜਿੱਧਰ ਆਦਮੀ ਨੂੰ ਫੇਰਦਾ ਉਹ ਕਿੱਲੇ ਨੂੰ ਕੀ ਹੋਇਆ ਉਹ ਕਿੱਲੇ ਨੂੰ ਕੀ ਹੋਇਆ ਉਹ ਆਹੋ ਆਹ ਕੀ ਹੋਏ ਆ ਕਪਾਹ ਲੱਗੀ ਇੱਧਰ ਓਏ ਨਰਮੇ ਨੇ ਮਸ਼ੀਨ ਚੱਕਣੀ ਹੈ ਨਰਮਾ ਫਿਰ ਆ ਵੱਢਣਾ ਨਹੀਂ ਯਾਰ ਸਹੀ ਗੱਲ ਆ ਚਲੋ ਚਲੋ ਮਸ਼ੀਨ ਚੱਕੀ ਹੋ ਚਲੋ ਮਸ਼ੀਨ ਚੱਕੀ ਖੜੇ ਮੈਂ ਵੀਡ 50% 47 ਓਕੇ ਨਰਮਾ ਵੱਢਦੇ ਆ ਬਾਈ ਕਪਾਹ ਚੱਕੋ ਬਾਈ ਜੌਂਡੀਅਰ ਵਾਲੀ ਮਸ਼ੀਨ ਚੱਕੋ ਉੱਥੇ ਜਾ ਕੇ
ਅਰੇ ਭਾਈ ਭਾਈ ਇਹ ਕਿਹੜੀ ਮਸ਼ੀਨ ਖੁੱਲ ਗਈ ਕਰਿਆ ਕਰੋ ਐਸਕੇਪ ਨੱਪ ਕੇ ਨਾ ਉਹਦੇ ਟੋਕਰੀ ਤੇ ਕਲਿੱਕ ਮਾਰ ਕੇ ਸਪੇਸ ਮਾਰ ਦੋ ਸਿੱਧੇ ਉੱਤੇ ਸਾਲੇ ਦੁਨੀਆ ਸਾਥੋਂ ਵੀ ਤੇਜ਼ ਆ ਭੈਣ ਚ ਕਿਸੇ ਨੇ ਚੱਕ ਵੀ ਲਈ ਮੈਨੂੰ ਲੱਗਦਾ ਇਹ ਕਿਹੜਾ ਜੰਪ ਸੂਰਮਾ ਦੇਖਦੇ ਆ ਕਿਹੜਾ ਸੂਰਮਾ ਹੈ ਸੂਰਮਾ ਉਹਦੇ ਚੱਪਲਾਂ ਪੈਣਗੀਆਂ ਕਿੱਕ ਕਰੋ ਭੈਣ ਦੇਖਦੇ ਆ ਕਿਹੜਾ ਗੱਲ ਕਿੱਥੇ ਕ ਬੈਣ ਹੋਈ ਦੂਜੀ ਉੱਥੇ ਫਾਰਮ ਤੇ ਜਾਉਂ ਫਾਰਮ ਤੇ ਹੈਗੀ ਆ ਇੱਥੇ ਪਰ ਫਾਰਮ ਤੇ ਹੈ ਹੀ ਨਹੀਂ ਕੱਲੀ ਤਾਂ ਪੈਣ ਖੜੀ ਆ ਨਹੀਂ ਨਹੀਂ ਆਹ ਲਈ ਕ ਬੈਣ ਦੀ ਗੱਲ ਕਰਦਾ ਤੇ ਨਵੀਂ ਹੋਊਗੀ ਕੋਈ बल्ले आली है इहदे नाल कपाह वढ़नी साले उपर नूं चक्किया ते थल्ले नूं आए ओके 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 कपाह वढ़नी है मशीना दे काम कुम सही कर लिए इत्थे टच स्क्रीन है सारा कुछ Let's go guys. No BGM. 485 ले के आ भाई. चैनल कर देंगे देखोगे नहीं आसपास. 485 क्या होता है भाई? 455 क्या होता है? पता ही नहीं भाई. विशाल भाई कैसे हो? Guys किए नहीं यार अभी 2K लाइक किए नहीं. 1 पॉइंट कितने हो गए? 9. 2K. कर दो सानू मिलनगे स्टीयरिंग व्हील. हां स्टीयरिंग व्हील. भाई कर दे ही नहीं यार. ओहो किधर लग गया नाड़ गया रे ओए स्वराज पीछे करे भाई मशीन आ गई लखो मुड़ा कपाह वड़ दे हुण आपा ओए आ कड़ा इत्थे भाई पर दा कोड बेचते दे ओए कोई नहीं मैं उतर जा मैं कट देना शॉप तो चक ले मुड़ लेके रब दा ना कर दिए स्टार्ट कर लो कपाह थोड़ी जी तो बल्ले 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 चलो आराम ना वड़ दे सही है वड्डी भी जाती है कि नहीं हाँ वो वड्डी जाती जेड़ा उतला ना हाँ 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 उतला ना जो 100 हो जाए करूँगा वाई ना पके ना पिछे यस 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 वो ही उधर अंगू यहाँ चोर नया ली मशीन अंगू जी 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 पैं आ देखो सच्ची कपाह की पैं ओए लिंडे जो सिट्टू की ओए ओ माशाल्लाह हाँ चेक करियो भाई टेक्नोलॉजी चेक करियो इत्थे तुसी लिंडे चक्कर नूं भाई कोई फिर लेके आओ जगाड़ मिनट तेज आ मुंडे भाई यार ओए किधर नूं तुर पी खोबदी आ भाई बाण गिल्ला गा यार इधर गिला सी काम हाँ देखो भाई बढ़िया यार बढ़िया सोना काम नाइस काम थंब नेल सेट था फिर जगाड़ लिया आ पता नहीं की ने यार ट्रैक्टर बेच दी कढ़िया कपाह वाले दे नरमा खराब करते जिदा पता नहीं सारे ही खरीदी जाते हैं भाई इधर कपैन का पूरा जोर लग्या पाया पद कढ़ी जाती लम्बे लोड पाने आप गल तू 855 तो और अरे अरे माशाल्लाह की पाया पिछे तेरे हाय भरावा वड्डी जाना स्पीड बहुत है करैन की करिए देख देख तो
ਆਪ ਹੀ ਨਿਕਲੇ ਆਊਗਾ ਹੈ ਆਪਣਾ ਹਰਮਨ ਜਾ ਕੇ ਸੌ ਆਪਣੀ ਬੋਲੀ ਤਾਂ ਵਾਲੀ 100 ਹੋ ਗਈ ਨਾ ਹਾਂ ਕਰੜੀ 50 ਟੈਪ ਤਾਂ 100 ਹੋ ਗਈ ਇੱਕ ਵਾਰੀ ਵਾਈ ਨੱਪ ਦੋ ਓਕੇ ਤਾਂ ਵਾਲੀ ਹਜੇ 100 ਹੋਈ ਨਹੀਂ 50 ਹੋਈ ਹੈ ਹਾਂ ਨਾ ਹੋ ਲੈਂਦੇ ਨੂੰ ਹੋ ਲੈ ਹਾਂ ਹਾਂ ਵੜਦੀ ਹੈ ਬਾਈ ਇਦਾਂ ਹੀ ਵੜਦੀ ਹੈ ਯਾਰ ਦੇਖੀ ਆਉਗੀ ਬਰਿਆਲ ਪਿੱਛੋਂ ਸਾੜ ਗਿਆ ਵੇ ਤੇ ਬਰਿਆਲ ਵੀ ਸਾੜ ਗਿਆ ਵੇ ਅਭੀ ਗੇੜੇ ਪਾਈ ਬੈਠਾ ਦੇਖਿਆ ਇਹ ਕੀ ਹੋ ਗਿਆ ਸੀ ਓਏ ਮੈਂ ਹਲ ਲੈਣਾ ਇਸ ਬਾਈ ਨੂੰ ਲੈ ਜਾਂਦੇ ਉਹ ਕੀ ਕਰਦਾ ਬਰਾੜ ਵਿੱਚ ਦੀ ਚੱਲ ਪਿਆ ਪਤਾ ਨਹੀਂ ਉਹ ਕਰਿਆਣੀ ਘੋਕ ਗਈ ਸੀ ਮੇਰੀ ਬਾਈ ਕੋਲਾ ਮੇ ਘੁੰਮ ਗਈ ਸੀ ਇਦਾਂ ਆਰਾਮ ਨਾਲ ਬਾਈ ਕੱਛੂ ਜਾਂ ਆਪਾਂ ਇੰਨਾ ਸੋਹਣਾ ਖੇਤੀ ਕਰਨੀ ਆ ਗੱਲਾਂ ਹੀ ਛੱਡੋ ਦੇਖੋ ਤੁਸੀਂ ਬਾਈ ਸਹੀ ਆ ਨਾ ਪੂਰਾ ਵਧੀਆ ਬਸ ਲੇਖਾ ਵਾਵਾਂ ਧੀਆਂ ਇਹੀ ਤਾਂ ਬਾਈ ਬਾਹਰਲੀ ਖੇਤੀ ਆ ਸਮਝ ਨਹੀਂ ਲੱਗਦੀ ਤੁਹਾਨੂੰ ਇਹ ਬਾਹਰਲੀ ਖੇਤੀ ਆ ਬਾਈ ਕਿਉਂ ਵੀ ਮੁੰਡੇ ਹਰਨੂਰ ਸਰਾਂ ਬਾਈ ਆ ਦੇਖ ਅੱਧੀ ਇੱਕ ਪਾਸ ਗਿੱਲ ਵੱਢਣੀ ਆ ਤੂੰ ਨਾ ਨਾ ਨੱਪ ਵਾਈ ਨੱਪੋ ਵਾ ਜਿਹੜਾ ਨਿਕਲੂ ਗਿੱਲ ਹਾਂ ਇੱਥੇ ਅੰਗੂਰ ਬੀਜਣੇ ਆ ਜਾ ਬਾਈ ਵਾਈ ਤੋਂ ਕੁਝ ਨਹੀਂ ਨਿਕਲਿਆ ਆਹਾ 47 ਤੇ 50 ਵਾਲੇ ਚ ਬੀਜਣਾ ਕਿਉਂਕਿ ਹਜੇ ਹਜੇ ਉਹ ਹੋਇਆ ਨਹੀਂ ਨਾ 70% ਹਜੇ ਉਹ ਅੱਛਾ ਅੱਛਾ ਠੀਕ ਠੀਕ ਹਾਂ ਹਾਂ 40% ਹੋਇਆ ਉਹ 40 ਤੇ ਵਾਲੀ ਸਰੋ ਚੱਲਦੀ ਬਾਈ ਕਰੈਨ ਜੀ ਇਹ ਰੁਕ ਜਾਓ ਰੁਕ ਜਾਓ ਵੜ ਦਈਏ ਨੂਬ ਖੇਤੀ ਬਾਈ ਨੂਬ ਖੇਤੇਦਾਰ ਆਪਾਂ ਠੇਕੇਦਾਰ ਕੀ ਕਹਿੰਦੇ ਹੁੰਦੇ ਉਹਨੂੰ ਨੂਬ ਕਿਸਾਨ ਠੇਕੇਦਾਰ ਕਿਸਾਨ ਨੂਬ ਕਿਸਾਨ ਉਹਦਾ ਜੀ ਯਾਰ ਬਾਈ ਕੀ ਟਾਈਮ ਹੋ ਗਿਆ ਭੈਣ ਦੀ ਛਿੱਕੀ ਅਰੇ ਮਾਸ਼ਾ ਕਰੋ 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 ਮੁੰਡਿਆ ਸਰੋਂ ਦੇ ਫੁੱਲ ਬਾਈ ਇੱਧਰ ਐਂਡ ਤੇ ਦੇਖਿਓ ਲੇਡਾ ਜਿਹਾ ਕਿੱਦਾਂ ਢਕਦਾ ਬਾਹਰ ਵਿੱਚ ਰਾਹੁਲ ਕੁਮਾਰ ਬਾਈ ਸ਼ੁਕਰੀਆ ਮੇਰੇ ਬਾਈ ਡਰਾਈਵਰ ਹੀ ਚੈੱਕ ਕਰੋ ਬਾਈ ਲਓ ਵੀ ਮੁੰਡਿਆ ਸਾਲੀ 90% ਹੋਈ ਹਜੇ ਓਏ ਕਿਆ ਬਾਤ ਹੈ ਬਾਈ ਬਾਈ GTA ਸੈਨ ਐਂਡਰਸਨ 2K ਹੋਏ ਹੀ ਨਹੀਂ ਬਾਈ ਹਜੇ ਯਾਰ 1.9 ਆ ਥੋੜਾ ਜਿਹਾ ਰਹਿ ਕੇ ਕਰ ਦਿਓ ਮੇਰੇ ਬਾਈ ਨਾ ਨਾ ਰੈਡੀ ਟੂ ਹਾਰ ਜੋ ਵੀ ਬੰਦਾ ਨਿਆ ਹੈ ਲਾਈਕ ਸਬਸਕ੍ਰਾਈਬ ਕਰ ਦੇਣਾ ਗਾਇਸ ਜੇ ਬੱਚੇ ਹੁੰਦੇ ਤਾਂ ਆਪਾਂ ਨੂੰ ਉਹਦੇ ਵੀ ਕਰਦੇ ਤਾਂ ਕੰਪੈਨ ਠੀਕ ਨਾ ਲਓ ਓਏ ਮੈਨੂੰ ਲੱਗਦਾ ਹੋ ਗਿਆ ਕੰਮ ਪਰ ਸਾਲਾ ਲੀਂਡਾ ਜਿਹਾ ਹਜੇ ਵੀ ਨਹੀਂ ਨਿਕਲਿਆ ਵਾਈ ਨੱਪ ਕੇ ਨਿਕਲ ਜਾ ਵਾਈ ਨੱਪ ਕੇ ਮੈਨੂੰ ਲੱਗਦਾ ਟਰਨ ਆਫ ਨਾ ਕਰਨੀ ਹੋਵੇ ਪਹਿਲਾਂ ਨਾ ਨਾ ਐਕਸ ਨੱਪ ਕੇ ਉਹਨੂੰ ਐਕਸ ਨੱਪ ਵੇਖਿਆ ਵਾਈਲ ਟੂ ਐਕਸ ਟਰਨ ਔਨ ਜ਼ੈਡ ਲੈ ਤੂੰ ਕੱਢ ਕੇ ਦੇਖ ਗੱਲ ਤੂੰ ਕੱਢ ਕੇ ਦੇਖ ਦੇਖਿਓ ਬਾਈ ਜਗਾੜਮੈਂਟ ਦੇਖਿਓ ਜੇ ਨਿਕਲਦਾ ਪਿੱਛੋਂ ਕਬੱਡੀ ਬਾਈ ਥੈਂਕ ਯੂ 2K ਡਨ ਹਰੇ ਮਾਸ਼ਾ ਅੱਲਾ ਗਾਇਸ ਲਵ ਯੂ ਨਹੀਂ ਬਣਿਆ ਹੈਲੋ ਹਜੇ ਬਣਿਆ ਨਹੀਂ 92% ਆ ਭੈਣ ਦੀ 94 ਹੈ 94 ਨਹੀਂ ਕਰਤਾ ਪੂਰਾ ਨਹੀਂ ਨਹੀਂ ਲੀਂਡਾ ਕਹਿਣਾ 100% ਪੂਰਾ ਕਰਤਾ ਕਿ ਨਹੀਂ ਸੌ ਲਾਈਕ ਕਰ ਦਿਓ ਮੁੰਡੇ ਕੀ ਕਰੀ ਜਾਂਦੇ ਯਾਰ ਇਹ 'ਚ ਤਾਂ ਮੈਨੂੰ ਲੱਗਦਾ ਨਿਕਲਣਾ ਨਹੀਂ ਕਿਉਂਕਿ ਲੀਂਡਾ ਹਜੇ ਛੋਟਾ ਪਿੱਛੇ ਹਾਂਜੀ ਥੋੜ੍ਹਾ ਲੈ ਜਾ ਨਿਊ ਹਲੈਂਡ ਲੈ ਜਾ ਗੱਲ ਗੱਲ ਪਤਾ ਕੀ ਆ ਹੁਣ ਮੈਂ ਅਸਲੀ ਨਰਮਾ ਚੁੱਕਣ ਜਾਣਾ ਹਾਂ ਅਤੇ ਉਹਦੇ ਲਈ ਮੈਨੂੰ ਪੱਲੀਆਂ ਲੱਭਦਾ ਪਿਆ ਮੈਂ ਹੁਣ ਸੋ ਤਾਂ ਕਰਕੇ ਮੈਂ ਦੇਖਣਾ ਸੀ ਅੱਜ ਲੀਂਡਾ ਜਿਹਾ ਨਿਕਲਦਾ ਪਰ ਉਹ ਚੱਕਰ ਹੋਇਆ ਪਿਆ ਇਹ ਤਾਂ ਕਰਕੇ ਸਹੀ ਗੱਲ ਆ 2 ਮਿੰਟ ਦਊਂਗੇ
ਫਿਰ ਲੈ ਜਾਓ ਜੀ ਉਧਰ ਜੇ ਆਹੋ ਹੈਗਾ 38 ਨੰਬਰ ਹਾਂ ਹਾਂ ਚਲੋ 38 ਨੰਬਰ ਚ ਹੀ ਲੈ ਜਾਓ ਗੱਲ ਹਾਂ ਹਾਂ ਚੱਲਦੇ ਹਾਂ 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 ਸੰਨੀ हां ता खाली हो गई तो लिंडा बने नहीं हां 38 च ले जाओ 38 च ले जाओ किथे है 38 ओए रड भी आ जाओ ट्रैक्टर ले जाओ चलो आ जाओ पीछे ट्रैक्टर ते हां तेरे पीछे ही है गल 38 किथे है दसी मड़ा बस मेरे पीछे 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 आई चलो पीछे पीछे आई चलो पीछे पीछे आ जा चल दे तेरे वाले आ जा आ जा बल्ले बल्ले इथे कुछ विजन वाला पिया ਸ਼ਾਰਟਕਟ ਡਰਾਕਟਾ ਜਨ ਵਜੋ ਧਿਆਨ ਚੱਕਦਾ ਚੜ ਗਿਆ ਆਪਣੀ ਮੇਰੇ ਖਿਆਲ ਚ ਐਡ ਦੂਰ ਵੀ ਜਾਗੇ ਤਾਂ ਸਾਨੂੰ ਫਿਰ ਅਸੀਂ ਵਾਈਨ ਬਣਾ ਵੇਚਾਂਗੇ ਬਰਾਬਰ ਨੇ ਫਸਾ ਲਿਆ ਟ੍ਰੈਕਟਰ ਨਹੀਂ ਨਹੀਂ ਨਿਕਲ ਗਿਆ ਫਸ ਗਿਆ ਓਏ ਆਲ ਇੱਕ ਬਾਦ ਹੀ ਓਏ ਨਹੀਂ ਨਹੀਂ ਗਾਣਾ ਲਗਾ ਆ ਕੀ ਹੋਇਆ ਪੈਨੂੰ ਵਿਚਾਰੀ ਸੜੀ ਪਈ ਆ ਮੇਰੇ ਖਿਆਲ ਚ ਆਪ ਲੱਗਦਾ ਆਪਣਾ ਤਾਂ ਨਹੀਂ 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 ਆਪਣਾ ਨਹੀਂ ਆ ਸਾ ਟੱਪ ਨੰਬਰ ਆ ਗਿਆ ਆ ਕੇ ਲੈ ਕੇ ਆਉਣਾ ਕਿਹੜਾ ਸਾਹਮਣਾ 38 ਨੰਬਰ ਦੀ ਗੱਲ ਕਰਦਾ ਤੇ ਤੂੰ ਅੱਗੇ 38 ਨੰਬਰ ਗਾਂ ਗਾਂ ਉਹ ਚੱਕ ਚੱਕ ਦੀ ਜੀ ਤੰਨੀ ਤੂੰ ਪਿੱਛੇ ਰਹਿ ਗਿਆ ਬਹੁਤ ਜ਼ਿਆਦਾ ਯਾਰ ਤੰਨੀ ਤਾਂ ਤੁਝੇ ਜੋੜ ਗਿਆ ਰੱਡ ਵੀ ਆ ਕੇ ਲੈ ਕੇ ਆਣਾ ਫਿਰ ਇੱਥੇ ਸੀਗਾ ਬੜਾ ਵੱਡਾ ਇਹ ਉਹ ਉਹ ਬ੍ਰੋਡ ਦੇ ਨਹੀਂ 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 ਆ ਗਿਆ ਹਾਂ ਉਹ ਇੱਥੇ ਬਣ ਜਾਣਾ ਲਿੰਡਾ ਭਾਈ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਚੈੱਕ ਕਰਿਓ ਇੱਥੇ ਬੰਦਾ ਨਵਾਂ ਹੈ ਲਾਈਕ ਕਰ ਦੋ ਕਹਿੰਦਾ ਕਵੈਨ ਲੈ ਆਉਂਦਾ ਯਾਰ 99 ਹੋ ਗਏ 5 ਹੋ ਸਹੀ ਗੱਲ ਆ ਯਾਰ ਬਾਲੀ ਦੂਰ ਆ ਯਾਰ ਸਨੀ ਦਾ ਧਿਆਨ ਹੁਣ ਕਿਸਾਨੀ ਵਾਲ ਨਹੀਂ ਨਾ ਤਾਂ ਕਰਕੇ ਉਹ ਰਿਹਾ ਆ ਗਿਆ ਭਾਈ ਆ ਹੀ ਜਾਣਾ ਮੈਂ ਆ ਜਾ ਦੇਖੋ ਉਹ ਦੇਖੋ ਕੌਣ ਆ ਰਿਹਾ ਉਹ ਦੇਖੋ ਕੌਣ ਆ ਰਿਹਾ ਹੈ ਉਹ ਦੇਖੋ ਦੇਖੋ ਉਹ ਆ ਗਿਆ ਟਰੈਕਟਰ ਘੈਂਟਾ ਭੈਣ ਤੇ ਲਿਬੜਿਆ ਪਿਆ ਹੈ ਪੂਰਾ ਇਹਨੂੰ ਤੂੰ ਆਤਮੂ ਕੇ ਖੜਾ ਦੇ ਬਾਅਦ ਚੁੱਕ ਕੇ ਪੂਰਾ ਹੈ ਲੈ ਮੈਂ ਕਿਹਨਾਂ ਪਾਲਚ ਮਾਰਾਂਗੇ 20 ਠੀਂਡੇ ਉਹ ਆ ਖੇਤਾਂ ਵਿੱਚ ਦੀ ਪਾਲਾ ਮਾਮਾ ਆਪਣੇ ਨਹੀਂ ਖੇਤ ਹੈ ਆਪਣੇ ਨਹੀਂ ਆਪਣੇ ਨਹੀਂ ਟਰੈਕਟਰ ਇਦਾਂ ਹੀ ਲੈ ਕੇ ਆਂਦਾ 40 ਨੰਬਰ ਆਪਣੇ ਆ ਪਰ ਇਹ ਕੁਝ ਨਹੀਂ ਹੁੰਦਾ ਵਿੱਚ ਦੀ ਪਾਲਾ ਗਾਜਰਾਂ ਬੀਜੀਆਂ ਥੱਲੇ ਚੱਲ ਜਿੱਧਰ ਦੀ ਮਰਜ਼ੀ ਲੱਗ ਗਿਆ ਇੱਕ ਲਿੰਡਾ ਜਾਂ ਦਿਖਾਉਣਾ ਮੁੰਡਿਆਂ ਨੂੰ ਇੱਧਰ ਨੂੰ ਆ ਜਾ ਇੱਧਰ ਨੂੰ ਉੱਥੇ ਆ ਜਾ ਟਰੈਕਟਰ ਛੱਡ ਦੋ ਟਰੈਕਟਰ ਛੱਡ ਦਈਏ ਜੋ ਨਿਕਲੇ ਨਾ ਫਿਰ ਆਪਾਂ ਦੇਖਾਂਗੇ ਨਿਕਲਦਾ ਕਿ ਬੰਦਾ ਦੇਖਿਓ ਬਾਈ ਟੈਕਨੋਲੋਜੀ ਚੈੱਕ ਕਰੋ ਲਾਤਾ ਜ਼ੋਰ ਨਹੀਂ ਬਸ ਹੁਣ ਨਿਕਲਣ ਵਾਲਾ ਹੀ ਆ ਦੇਖੋ ਜਿੱਦਾਂ ਚਾਹ ਵੇਖੋ ਕਿੱਦਾਂ ਚੜਿਆ ਪਿਆ ਸਾਨੂੰ ਲਿੰਡਾ ਨਿਕਲੂਗਾ ਓਏ ਉਹ ਥਲੜਾ ਨਹੀਂ ਕਰਨਾ ਤੇ ਨਹੀਂ ਤਾਂ ਵਾਲਾ ਕਰ ਤੋ ਦਵਾਈ ਨੱਪ ਦੇ ਓ ਯਾਰ ਥਲੜਾ ਉਹ ਥਲੜੇ ਤਾਂ ਦੋ ਵਾਲੀਆਂ ਨਿਕਲ ਗਈਆਂ ਬਾਈ ਸਿੰਗਲ ਬਣਾ ਕੇ ਕੱਢ ਹੁੰਦਾ ਨਾ ਬਾਹਰ ਨੂੰ ਆਊਗਾ ਕਿੱਥੇ ਆਉਂਦਾ ਵਾਈ ਦਾ ਉਹ ਆ ਰਾਏ ਵਾਈ ਤੋਂ ਕੁਝ ਨਹੀਂ ਹੁੰਦਾ ਗੱਲ ਓਏ ਛੱਡ ਦੇ ਕਰੋ ਦੇਖ ਲੈ ਗੱਲ ਨੂੰ ਦੇਖੋ ਦੇ ਓਏ ਹੁੰਦਾ ਥਲੜਾ ਪੂਰਾ ਹੋਊਗਾ ਫੇਰ ਹੀ ਤੈਨੂੰ ਆਊਗਾ ਗੱਲ ਨੂੰ ਦੇਖ ਲੈਣ ਦੋ ਓਏ ਚੰਗਿਆੜੇ ਨਿਕਲਣੇ ਚਾਹੀਦੇ ਸੀ ਸੰਨੀ ਕੱਢ ਦੇ ਯਾਰ ਲੀਡਰਾਂ ਕੱਢ ਦੇ ਕਿਸੇ ਪਾਸਿਓ ਗੱਲ ਤੂੰ ਫੜ ਲਾ ਯਾਰ ਇਹ ਤੋਂ ਕਰੈਨ ਪੀਰੂ ਚੜਾ ਤਾ ਕਰੈਨ ਤੇ ਵੈਰੀ ਗੁੱਡ ਹੁਣ ਦੇਖ ਆਪਣੇ ਆਪ ਹੀ ਤੁਰ ਗਈ ਬਾਈ ਕਰੈਨ ਜੀ ਦੇਖੋ ਤੁਸੀਂ ਚੱਲ ਕਰ ਹੁਣ ਨਿਕਲ ਗਏ ਨਹੀਂ ਨਿਕਲਿਆ ਹੈ ਓਏ ਚਲੋ ਮਾਰੋ ਗੇੜੇ ਫਿਰ ਕਿੰਨੇ ਕਿੰਨੇ ਪਰਸੈਂਟ ਆ ਥੱਲੜ ਲਾਏ ਪੱਚੀ ਓਰੇ ਬਾਪ ਨਹੀਂ ਮੈਂ ਬੂਟਾਂ ਤੇ ਆ ਨੰਗੇ ਪੈਰੀਆਂ ਯਾਰ ਨਿਊ ਹਲੈਂਡ ਵਾਲਾ ਆ ਗਿਆ ਵੱਢਣ ਗੁਰਦੁਆਰੇ
ਬਹੁਤ ਛੇਤੀ ਹੋ ਜਾਂਦਾ ਬਾਈ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਕਿੰਨਾ ਹੋ ਗਿਆ 70 ਹੋ ਗਿਆ ਹੁਣ ਆ ਲੈ ਵੀ ਹੁਣ ਦਿਖਾ ਦੀ ਮੈਂ ਕਿਤੇ ਟਕਦਾ 70 ਹੋ ਗਿਆ ਫੇਰ ਸਹੀ ਹੈ ਫੇਰ ਸਹੀ ਨਹੀਂ ਨਹੀਂ ਮੋੜ ਦੀ ਬਈ ਇਹ ਤਾਂ ਜੀ ਆਇਆ ਮੈਂ ਸਾਹ ਬੰਦੇ ਚੋ ਟਰੈਕਟਰ ਦੇ ਬ੍ਰੇਕ ਫੇਲ ਹੀ ਆ ਚੱਲ ਜਲਦੀ ਜਲਦੀ ਮੈਨੂੰ ਲੱਗਦਾ ਉੱਥੇ ਜਾ ਕੇ ਨਿਕਲ ਜੂਗਾ ਹਨਾ ਅੱਗੇ ਜਾ ਕੇ ਹੁਣ ਜਿੱਥੋਂ ਸਟਾਰਟ ਕੀਤਾ ਸੀ ਹਾਂ ਹਾਂ ਓਕੇ ਸ਼ਾਇਦ ਨਿਕਲਣਾ ਚਾਹੀਦਾ ਨਹੀਂ ਤਾਂ ਕੈਨੇਡਾ ਵਾਲੇ ਬੰਦੇ ਆ ਗਏ ਆ ਕਿ ਪਤਨੀ ਨਾ ਉਹਦਾ ਨਹੀਂ ਤਾਂ ਕੰਮ ਖਰਾਬ ਆ ਬਰਾਲ ਦੇ ਕਿੱਧਰ ਮਾਰ ਲਿਆ ਟਰੈਕ ਤੂੰ ਯਾਰ ਆ ਕਛੂ ਕੁਮਾ ਜਾ ਲਵਾਇਆ ਨਾ ਪਿੱਛੇ ਤੂੰ ਇਹਦੀਆਂ ਆਂਦਰਾਂ ਜੀਆਂ ਸਹੀ ਨਹੀਂ ਰੋ ਜਾ ਇਹਨੂੰ ਉੱਤਰ ਦੀ ਕੱਢ ਦੇ ਮੈਂ ਤੈਨੂੰ ਨੂਬ ਪਲੇਅਰ ਐਵਰੀਵੇਅਰ ਗਾਇਸ ਸਾਲਾ ਦਿਖਣ ਨਹੀਂ ਹਟਿਆ ਫਾਰਮਰ ਨੂਬ ਨੂਬ ਫਾਰਮਰ ਬਾਈ ਬਸ ਕੱਢ ਦੇ ਕੱਢ ਦੇ ਕੱਢ ਦੇ ਤੁਹਾਨੂੰ ਇੱਕ ਚੀਜ਼ ਕਰਕੇ ਦਿਖਾਉਣੀ ਬਾਈ ਇੱਥੇ ਆਹ ਚੀਜ਼ ਚੈੱਕ ਕਰਿਓ ਕੱਢਦੇ ਲਿੰਡਾ ਹੁਣ ਅਨੋਨਿਮਸ ਬਾਈ ਕੱਢ ਦੋ ਕੱਢ ਦੋ ਕੱਢ ਦੋ ਕੱਢਾ ਕਿੱਥੋਂ ਭੈਣ ਚੋਦੀ ਤਾਂ ਇਹ ਕੱਢਾ ਹੀ ਵਾਲਾ ਮੋਟਾ ਕੱਢ ਦੇ ਨਾ ਮੈਂ ਲਿੰਡਾ ਵੇਖ ਹਣੀ ਕਿੱਥੇ ਜੜਾ ਫਰਦਾ ਹੈ ਬੱਲੇ ਤੇਰੇ ਨਾ ਵੀ ਕੋਈ ਹੋਰ ਆਣਾ ਨਾ ਜਾ ਨਿਕਲੂਗਾ ਨਵਜੋਤ ਦਿਲ ਕਰਨ ਮਜ਼ਾਲ ਸਾਈਕੋ 1984 ਮਿਲੀ ਸੁਹਾਗਾ ਮਾਰਤਾ ਇੱਥੇ ਸੱਚ ਕਰਾਇਆ ਹਾਲ ਮਾਰ ਵੀ ਦਿੱਤੇ ਗੁਰੀ ਹੁਣ ਉਧਰ ਮਾਰੀ ਜਾਂਦਾ ਕਮਲ ਨਿਰਮਾਣ ਬਾਈ ਲਵ ਯੂ ਕਿੰਨੇ ਪਰਸੈਂਟ ਹੋ ਗਿਆ ਗੱਲ ਓਏ ਬਾਈ 50 ਹੋ ਗਿਆ ਥਲੜਾ ਓ ਯਾਰ ਉਹ ਤਾਂ ਤੂੰ ਕਹਿੰਦਾ ਸੀ 70 ਓ ਯਾਰ ਇਹਦਾ ਦੀਨ ਮਾਨ ਹੀ ਨਹੀਂ ਹੈਗਾ ਮੈਂ ਤੈਨੂੰ ਦੱਸੀ ਜਾਣਾ ਮੇਰੇ ਨਾਲ ਲੜਦਾ ਸੀ ਨਹੀਂ ਨਹੀਂ ਬਈ ਉਹ ਤਾਂ ਵਾਲਾ ਕਿਹਾ ਸੀ ਮੈਂ ਨਹੀਂ ਬਾਈ ਗਿੱਲ ਲਾਈਵ ਨਹੀਂ ਓ ਯਾਰ ਕਿਉਂ ਓ ਗਿੱਲ ਲਾਈਵ ਨਹੀਂ ਤੂੰ ਮੈਂ ਹੁਣ ਤਾਂ ਬੰਦ ਕਰ ਤੂੰ ਕਿਉਂ ਨੈਟ ਨਾ ਉੜ ਜੇ ਯਾਰ ਬਾਈ ਇਹ ਕੀ ਕਰ ਰਹੇ ਯਾਰ ਇਨਕੋ ਬਹੁਤ ਟਾਈਮ ਲੱਗੇਗਾ ਬਾਈ ਬਹੁਤ ਹੀ ਜ਼ਿਆਦਾ ਸਹੀ ਸਹੀ ਬਸ 2 ਮਿੰਟ ਹੋਰ ਰਹਿ ਗਏ ਸਹੀ ਬਸ ਬਹੁਤ ਜਾਨਣਾ ਜਾਨਣਾ ਚਾਹੀਦਾ ਇਤਨਾ ਗਿੱਲ ਦੇ ਚੱਪਲਾਂ ਪਈਆਂ ਗਿੱਲ ਦੇ ਚੱਪਲਾਂ ਪਈਆਂ ਨਹੀਂ ਮੇਰੇ ਪੈਣੀ ਮੇਰੇ ਪੈਣੀ ਪਾਰਟੀ ਬਾਈ ਜਨ ਮੇਰੇ ਪੈਣੀ ਆ ਉਹੀ ਤਾਂ ਗੱਲ ਆ ਮੈਂ ਕੰਮ ਤੇ ਵੀ ਜਾਣਾ ਯਾਰ ਕੀ ਟਾਈਮ ਹੋ ਗਿਆ ਕਿਤੀ ਹੋ ਕੰਪੈਨ ਹੀ ਬੜੀ ਵੱਡੀ ਲੈ ਲਈ ਓ ਯਾਰ ਤੂੰ ਵਧੀਆ ਪੈ ਜਾ ਆਪਣੀ ਦੂਜੀ ਕਮੈਂਟ ਸਹੀ ਸੀ ਓਏ ਮੇਰਾ ਦਿਲ ਕਹਿੰਦਾ ਟਰੈਕਟਰ ਨੂੰ ਵਿੱਚ ਹੀ ਵਾੜਦਾ ਇਧਰ ਹੀ ਮੈਂ ਕੀ ਕਰਦਾ ਮੈਂ ਇੱਕ ਹੋਰ ਲਿਆਉਂਦਾ ਦੋ ਦੋ ਨਿਕਲ ਜਾਂਦੀਆਂ ਨਹੀਂ ਆ ਤਾਂ ਪਰਦੀ ਨਹੀਂ ਪਈ ਸਹੀ ਗੱਲ ਆ ਫਿਰ ਫਸੇ ਰਹਿੰਦੇ ਬਾਈ ਅੱਧਾ ਉਧਰ ਫਸਿਆ ਜਾਣਾ ਸਿੱਧਾ ਇਧਰ ਯਾਰ ਯਾਰ ਅੱਧ ਚਲੇ ਅੜ ਜਾਣਾ ਸੀ ਜੋਰ ਲਾਈ ਜਾਂਦੇ ਫਿਰ ਕੰਮ ਖਰਾਬ ਸੀ ਸੱਚ ਦੇ 62 ਸੱਚ ਦੇ 62 ਬਾਈ ਲਵ ਯੂ ਰੋਗ ਜੋ ਮੰਡਿਆ ਲਵ ਫਰੋਮ ਕੈਨੇਡਾ ਸਰੀ ਵੀ ਆਪਾਂ ਵੀ ਹੈਗੇ ਆ ਵਿਨੀਪੈਗ ਵਾਲੇ ਧੱਕੇ ਵਾਲੀ ਬਾਈ ਲੈਗ ਨਹੀਂ ਹੋ ਰਿਹਾ ਬਾਈ ਵਿਨੀਪੈਗ ਤੂੰ ਬਠਿੰਡੇ ਜਾਏ ਬਠਿੰਡੇ ਵਾਲਾ ਵਿਨੀਪੈਗ ਹੈ ਵਿਨੀਪੈਗ ਬਠਿੰਡੇ ਵਾਲਾ ਵਿਨੀਪੈਗ ਬਠਿੰਡਾ ਗਾਇਸ ਝੀਲਾਂ ਦੇ ਕੋਲ ਕੋਠੀ ਪਾ ਦੇਵੇ ਮਾਈਆ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈਆ ਗਾਇਸ 40 ਸਬਸਕ੍ਰਾਈਬਰ ਰਹਿ ਗਏ ਕਰ ਦੋ ਮੇਰੇ ਬਾਈ 430 ਕੇ ਅੱਜ ਹੋਈ ਜਾਣ ਫਿਰ ਕਰ ਦੋ ਮੇਰੇ ਬਾਈ 40 ਲੈ ਸਬਸਕ੍ਰਾਈਬਰ ਚਾਹੀਦੇ ਗਾਇਸ ਕਰ ਦਿਓ ਮੇਰੇ ਭਾਈ ਥੈਂਕ ਯੂ ਅਰਵਿੰਦਰ ਸਿੱਧੂ ਬਾਈ ਲਵ ਯੂ ਸਿੱਧੂ ਆ ਗੱਲ ਓਏ ਕਿੰਨੀ ਹੋ ਗਈ ਓਏ ਬਾਈ 80% ਹੋ ਗਈ 20% ਰਹਿ ਗਈ ਬਸ ਮਾੜਾ ਕਿ ਸੈਂਟਰ ਜੇ ਨੂੰ ਰੱਖ ਪੈਂ ਸ਼ੋਰ ਲਾ ਖਾਲੀ ਲਈ ਜਾਂਦਾ ਪਲੇਟ ਕੱਢ ਯਾਰ ਜਲਦੀ ਬਾਈ ਗਾਇਸ ਬਸ ਹੁਣ ਆ ਦੇਖੋ ਨਿਕਲਣ ਵਾਲਾ ਹੀ ਆ ਕੰਮ ਤੇ ਉਦੋਂ ਉਹ ਥੱਲੇ ਹਾਲੀ ਮਾਰ ਲੈਂਦਾ ਉਦਾਂ ਹੀ ਉਹਨਾਂ ਖਾਲੀ ਯਾਰ ਕਮਾਲ ਆ ਤੇਰੇ ਵੀ
ਭਾਈ ਖਾਲੀ ਕਟਰ ਨਹੀਂ ਕਰਨਾ ਯਾਰ ਸੱਚੀ ਸਿੱਧਾ ਮਾਰੋ ਬਾਈ ਬਣੇ ਇਹਨੂੰ ਐਕਸ ਨੱਪਣਾ ਕੁਛ ਨਹੀਂ ਹੁੰਦਾ ਐਕਸ ਐਚ ਹੁੰਕ ਜੀਰੋ ਗੱਲ ਹੈ ਤੂੰ ਜਿਹੜੇ ਅੱਜ ਕੱਲ੍ਹ ਦੱਸੀ ਆ ਨਾ ਤਰੀਕੇ ਕੁਛ ਨਹੀਂ ਹੁੰਦਾ ਬੀ ਤੋਂ ਹੁੰਦਾ ਐਕਸ ਤੋਂ ਤਾਂ ਕੁਛ ਹੋਇਆ ਹੀ ਨਹੀਂ ਬੀ ਤੋਂ ਹੋਇਆ ਐਕਸ ਨੱਪੋ ਨਿਕਲ ਗਿਆ ਬਾਈ ਆਹ ਦੇਖੋ ਸਪਾਈਡਰਮੈਨ ਦਾ ਹੱਥ ਨਿਕਲ ਗਿਆ ਪੰਨੀ ਬਾਈ ਕੱਢ ਦੋ ਯਾਰ ਕੱਢ ਦੋ ਕਪਾਹ ਕੱਢ ਦੋ ਜੀ ਟੀ ਏ 5 ਲਾਈਵ ਵੀਡੀਓ ਪੰਜਾਬ ਟੈਕਨੋ ਗੇਮਰਸ ਬ੍ਰੋ ਜੀ ਟੀ ਏ ਖੇਲੇਂਗੇ ਹਮ ਕਬ ਖੇਲੇਂਗੇ ਪਰਸੋਂ ਜਾਂ ਚੌਥੇ ਖੇਡਾਂਗੇ ਬ੍ਰੋ ਪੰਜਾਬ ਟੈਕਨੋ ਗੇਮਰਸ ਲਵ ਯੂ ਯਾਰ ਥੈਂਕ ਯੂ ਫੋਰ ਯੂਅਰ ਸਪੋਰਟ ਟੂਡੇ ਥੈਂਕ ਯੂ ਬ੍ਰਦਰ ਲੋਕੇਸ਼ ਪੱਸੀ ਲਵ ਯੂ ਬਾਈ ਲੋਕੇਸ਼ ਪੱਸੀ ਬਾਈ ਗਾਈਸ 430 ਕੇ ਕਰਨੇ ਅੱਜ ਹੁਣ ਜਾਣੇ ਚਾਹੀਦੇ ਹੁਣੇ ਹੋ ਜਾਣੇ ਚਾਹੀਦੇ ਡੀ ਆਰ ਸੀ ਸਰਦਾਰ ਪਹਿਲਾਂ ਤੁਸੀਂ ਆਹ ਕੱਢ ਦਿਓ ਨਾ ਫਿਰ ਸਾਰਾ ਕੁਛ ਆ ਜਾਊਗਾ ਹੈਸ਼ਟੈਗ ਪੰਜਾਬ ਕਰ ਦਿਓ 600 ਜਾਣਾ ਦੇ ਦਿੱਤਾ ਪਿਆ 650 ਹੈਸ਼ਟੈਗ ਪੰਜਾਬ ਕਰ ਦਿਓ ਬਾਈ ਇੱਕ ਵਾਰੀ ਸੰਨੀ ਖਾਲੀ ਮਾਰੀ ਜਾਂਦਾ ਖਾਲੀ ਕਬਾਹ ਚ ਹੀ ਮਾਰੀ ਜਾਂਦਾ ਮੰਮੀ ਅਸੀਂ ਤਾਂ ਕਵਾਂਗੇ ਬਾਈ ਅਸੀਂ ਤਾਂ ਕਵਾਂਗੇ ਲੈ ਤੂੰ ਚਲਾ ਲਾ ਤੂੰ ਚਲਾ ਲਾ ਮੈਂ ਪਿੱਛੇ ਖੜ ਜਾਂਦਾ ਮੈਂ ਨਹੀਂ ਚਲਾਉਣੀ ਬਾਈ ਮੈਂ ਨਹੀਂ ਕੁਛ ਚਲਾਉਣਾ ਯਾਰ ਮੈਨੂੰ ਚਲਾਉਣ ਜੋਗਾ ਛੱਡਿਆ ਹੀ ਨਹੀਂ ਕੰਮ ਤਾਂ ਛੱਡਣਗੇ ਮੈਨੂੰ ਚਲਾਉਣ ਜੋਗਾ ਗੱਲ ਅਗਲੀ ਵਾਰੀ ਨਾ ਇਹ ਜੀ ਕਬੈਨ ਲਈ ਵੱਡੀ ਛੋਟੀ ਲੈ ਲਵੇ ਬੰਦਾ ਵਧੀਆ ਰਹਿੰਦਾ ਆ ਗਿਆ ਆ ਗਿਆ ਆ ਗਿਆ ਆ ਗਿਆ ਵੋ ਆ ਗਿਆ ਵੋ ਆ ਗਿਆ ਠਾਕੁਰ ਵੋ ਆ ਗਿਆ ਅਰੇ ਬਾਈ 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 ਅਰੇ ਬਾਈ 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 ਇਹਨੇ ਬੜਾ ਤੜਫਾਇਆ ਭਾਈ ਤੁਸੀਂ ਲੀਂਡੇ ਕਾਲੇ ਤਾਂ ਦੇਖੇ ਹੋਣੇ ਆ ਪਰ ਖੱਟਾ ਲੀਂਡਾ ਚੱਕ ਕੀ ਆ ਜਾਏ ਮੇਰੇ ਭਾਈ ਇਸਕੋ ਉਠਾਨਾ ਹੈ ਭਾਈ ਕਹਿੰਦੇ ਟੈਕਨੋਲੋਜੀ ਬਾਈ ਹੱਥਾਂ ਨਾਲ ਨੀ ਬਾਈ ਕਰੈਨ ਲੱਗੀ ਹੈ ਨਾ ਟਰੈਕਟਰ ਦੇ ਪਿੱਛੇ ਉਹਨੇ ਮਾਸ਼ਾਅੱਲਾ ਖਿੱਚ ਲਿਆ ਕੰਮ ਅਰੇ ਬਾਈ ਬਾਈ ਨਮਨਦੀਪ ਗਾਈਸ ਨਮਨਦੀਪ ਵੱਲੋਂ ਲਿੰਡੇ ਦੀ ਖੁਸ਼ੀ 'ਚ 200 ਰੁਪਏ ਦੀ ਸੁਪਰ ਚੈਟ ਆਈ ਹੈਸ਼ਟੈਗ ਨਮਨਦੀਪ ਵੀ ਕਰ ਦਿਓ ਬਾਈ ਨਮਨਦੀਪ ਬਾਈ ਤਾਂ ਵਿਸ਼ਾਲ ਠਾਕੁਰ ਬਾਈ ਥੈਂਕ ਯੂ ਯਾਰ ਥੈਂਕ ਯੂ ਤੁਹਾਡਾ ਸੋਹਣਾ ਸਪੋਰਟ ਲਈ ਹੈਸ਼ਟੈਗ ਨਮਨਦੀਪ ਅਤੇ ਪੰਜਾਬ ਅਤੇ ਆਪਣਾ ਵਿਸ਼ਾਲ ਬਾਈ ਲਵ ਯੂ ਜੱਟੋ ਅਤੇ ਹੁਣ ਲੀਂਡਾ ਤੁਹਾਨੂੰ ਉਹ ਦਿਖਾਉਣਾ ਸੀ ਆਪਾਂ ਘੈਂਟ ਹੈ ਨਾ ਨਹੀਂ ਨਹੀਂ ਓਏ ਆਪਣਾ ਆਹ ਜਿਹੜਾ ਖੇਤ ਹੈ ਨਾ ਆਹ ਜਿਹੜਾ ਖੇਤ 'ਚ ਜਿੰਨਾ ਵੀ ਕੰਮ ਆਪਣਾ ਇਹਨੂੰ ਸੇਵ ਕਰ ਦਿਓ ਮੇਰੇ ਬਾਈ ਲੀਡਰ ਕੌਣ ਹਾਂ ਸੰਨੀ ਵੈਰੀ ਗੁੱਡ ਨਾਲ ਦੀ ਨਾਲ ਮੇਰਾ ਬਾਈ ਸੇਵ ਕਰ ਦਿਓ ਕਿਉਂਕਿ ਅਗਲੀ ਵਾਰੀ ਜੇ ਬੰਦੇ ਨੇ ਆਉਣਾ ਹੋਇਆ ਇੱਥੋਂ ਹੀ ਲੱਗੂਗੀ ਸਹੀ ਹੋ ਜੂ ਕੰਮ ਥੈਂਕ ਯੂ ਯਾਰ ਨਮਨਦੀਪ ਬਾਈ ਹਾਂ ਨਹੀਂ ਤਾਂ ਗੱਲ ਲੰਘੂ ਬਾਈ ਆਲੂ ਚੌਕਦੇ ਰਹਿ ਗਏ ਨਹੀਂ ਤਾਂ ਫਿਰ ਨਹੀਂ ਤਾਂ ਫਿਰ ਔਖਾ ਗਾਈਸ 10 ਸਬਸਕ੍ਰਾਈਬਰ 10 ਰਹਿ ਗਏ 10 ਸਬਸਕ੍ਰਾਈਬਰ ਰਹਿ ਗਏ ਅਤੇ ਉਹਨਾਂ ਟਾਈਮ ਮੈਂ ਜਾਣਾ ਫਿਰ ਚੱਲੋ ਮੁੰਡਾ ਮੈਂ ਜਾਇਆਵਾਂ ਬਿਹਾਰ ਓਕੇ ਮਿਲਦੇ ਹਾਂ ਤੁਹਾਨੂੰ ਆ ਗਏ ਆਹੋ ਗੱਡੀ ਗੁੱਡੀ ਬੱਸ ਆ ਜੂਗੀ ਭੈਣ ਚ ਮਿਲੀ ਬੱਸ ਇੱਥੇ ਉਹ ਆ ਗਈ ਓਏ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਲਓ ਵੀ ਮੁੰਡਿਓ ਇਹ ਸੀ ਅੱਜ ਦੀ ਆਪਣੀ ਕੀ ਕਹਿੰਦੇ ਹੁੰਦੇ ਆ ਕਹਾਣੀ ਅਤੇ ਇੱਕ ਥਾ ਰਾਜਾ ਇੱਕ ਥੀ ਰਾਣੀ ਅਤੇ ਥੈਂਕ ਯੂ ਮੇਰੇ ਬਾਈ ਜਿੰਨਿਆਂ ਨੇ ਵੀ ਸਪੋਰਟ ਕੀਤੀ ਆ ਜਿੰਨਿਆਂ ਨੇ ਵੀ ਲਾਈਕ ਕੀਤੀ ਸ਼ੇਅਰ ਕੀਤੀ ਸਬਸਕ੍ਰਾਈਬ ਕੀਤੀ ਅਤੇ 10 ਕੁ ਸਬਸਕ੍ਰਾਈਬਰ ਜੇ ਕਰ ਸਕਦੇ ਹਾਂ ਬਾਈ ਕਰ ਦਿਓ ਜਿਹੜੇ ਨਵੇਂ ਬੰਦੇ ਆ ਜਿਨ੍ਹਾਂ ਨੇ ਲਾਈਕ ਵੀ ਨਹੀਂ ਕੀਤਾ ਕਰ ਦਿਓ ਅਤੇ ਓਕੇ ਘੈਂਟ ਆ ਯਾਰ ਗੇਮ ਬਾਕੀ ਵਧੀਆ ਬਣਾਈ ਗਈ ਇਹਨਾਂ ਨੇ ਕੀ ਨਾਂ ਇਹਨਾਂ ਦਾ ਫਾਰਮਿੰਗ ਸਿਮੂਲੇਟਰ ਵਾਲੇ ਮੁੰਡੇ ਅਤੇ
ਵਧੀਆ ਗੱਲਬਾਤ ਆ, ਵਧੀਆ ਟਾਈਮ ਪਾਸ ਹੋ ਜਾਂਦਾ ਕਿਉਂਕਿ ਖੇਤੀਬਾੜੀ ਦੇ ਰਿਲੇਟਡ ਆ ਸਾਰਾ ਕੁਛ। 2.1K ਡਨ। ਅਰੇ ਬਾਈ ਬਾਈ ਬਾਈ, ਥੈਂਕ ਯੂ ਗਾਈਜ਼, ਥੈਂਕ ਯੂ ਯਾਰ। ਅਤੇ ਹੁਣ ਮੈਂ ਜਾਣਾ ਕੰਮ 'ਤੇ ਮੁੰਡਿਓ, ਅਤੇ ਹੁਣ ਜੇ ਤੁਸੀਂ ਦੇਖਣਾ ਚਾਹੁੰਦੇ ਆ ਹਾਂ ਲਿੰਕ ਮੈਂ ਦੇ ਦਿੰਦਾ, ਮੁੰਡੇ ਨੂੰ ਜਾ ਕੇ ਦੇਖ ਸਕਦੇ ਹਾਂ। ਅਤੇ ਮੈਂ ਕੰਮ 'ਤੇ ਜਾਣਾ, ਕੱਲ੍ਹ ਨੂੰ ਕਰਾਂਗੇ ਫਿਰ ਆਪਾਂ ਲਾਈਵ ਸਟ੍ਰੀਮ। ਅਤੇ ਜੇ 10 ਸਬਸਕ੍ਰਾਈਬਰ ਹੁੰਦੇ ਆ ਧਰਮਿੰਦਰ ਸਿੰਘ ਬਾਈ, ਲਵ ਯੂ ਤੈਨੂੰ, ਤਾਂ ਫਿਰ ਉਹ ਪੂਰੇ ਕਰ ਦਿਓ ਮੇਰੇ ਬਾਈ ਹੁਣ 5-10 ਮਿੰਟਾਂ 'ਚ। ਅਤੇ ਮੈਂ ਦੇਖਦਾ ਆਪਣੇ ਜੇ 430K ਹੋ ਜਾਂਦੇ ਆ, ਕਿੰਨੇ ਰਹਿ ਗਏ ਸਬਸਕ੍ਰਾਈਬਰ, ਓਨਲੀ 5 ਰਹਿ ਗਏ ਮੁੰਡੇ, 5 ਰਹਿ ਗਏ ਸਬਸਕ੍ਰਾਈਬਰ ਕਰ ਦਿਓ ਮੇਰੇ ਬਾਈ। ਸੈਚਰਡੇ ਪਬਜੀ ਆਓ, ਸੈਚਰਡੇ ਨੂੰ ਫਿਰ ਆਪਣੀ ਟੀਮ ਹੋਊਗੀ ਨਾ, ਫਿਰ ਆਪਾਂ ਖੇਡਦੇ ਹਾਂ ਪਬਜੀ ਕੀ ਸਬਜੀ। ਓਕੇ ਗਾਈਸ, ਅਤੇ ਨਮਨਦੀਪ ਬਾਈ ਅਤੇ ਪੰਜਾਬ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੁਪਰ ਚੈਟਾਂ ਕੀਤੀਆਂ। ਅਤੇ ਬਾਕੀ ਇੱਦਾਂ ਹੀ ਬਾਈ, ਹੱਸਦੇ ਵੱਸਦੇ ਰਹੋ, ਫਨ ਕਰੋ ਕਿ ਨਹੀਂ। ਅਤੇ ਹੁਣ ਕਰਦੇ ਹਾਂ, ਚਲੋ ਓਕੇ ਫਿਰ ਹੈ ਮੁੰਡਾ। ਥੈਂਕ ਯੂ 5K ਗੇਮਰ ਬਾਈ ਸਬਸਕ੍ਰਾਈਬ ਕਰਨ ਲਈ। ਚਾਰ ਹੋਰ ਸਬਸਕ੍ਰਾਈਬਰ ਚਾਹੀਦੇ ਆਪਣੇ ਨੂੰ, ਥੰਬਨੇਲ ਓਪੀ ਆ। ਥੈਂਕ ਯੂ ਬਾਈ, ਥੈਂਕ ਯੂ। 4 ਸਬਸਕ੍ਰਾਈਬਰ ਹੋਰ ਗਾਈਸ, ਫਿਰ ਆਪਾਂ ਚੱਲੀਏ ਕੰਮ 'ਤੇ। ਦਿਲ ਤਾਂ ਕਰਦਾ ਹੁੰਦਾ ਨਾ ਕਰੀ ਜਾਈਏ ਸਟ੍ਰੀਮਾਂ, ਪਰ ਤੁਹਾਨੂੰ ਵੀ ਪਤਾ ਸਾਰਾ ਕੁਛ ਦੇਖਣਾ ਪੈਂਦਾ ਨਾ, ਕੰਮ ਵੀ ਜ਼ਰੂਰੀ। ਯਾਰ ਮੈਨੂੰ ਵੀ ਐਡ ਕਰ ਲਓ ਗੁੰਮਣ ਬੋਏ, ਕਿਸੇ ਦਿਨ ਅਸੀਂ ਦੂਜਾ ਬਣਾਵਾਂਗੇ ਜਿਨ੍ਹਾਂ 'ਚ ਮੋੜ ਨਹੀਂ ਹੋਣਗੇ, ਅਤੇ ਉਹ 'ਚ ਸਾਰੇ ਜਣੇ ਜੁਆਇਨ ਕਰ ਸਕਦੇ ਆ। ਇਹਨਾਂ 'ਚ ਸਾਡੇ ਕੋਲ ਪੰਜਾਬੀ ਟਰੈਕਟਰ ਆ, ਪੰਜਾਬੀ ਮੋੜ ਆ, ਤਾਂ ਕਰਕੇ ਫਿਰ ਕੰਮ ਸਾਰੇ ਨਹੀਂ ਨਾ ਜੁਆਇਨ ਕਰ ਸਕਦੇ, ਸੋ ਇੱਦਾਂ ਹੋ ਜਾਂਦਾ। ਇੱਕ ਦਿਨ ਅਸੀਂ ਸੋਚਦੇ ਹਾਂ, ਕਰਦੇ ਹਾਂ ਪਲੈਨਿੰਗ ਕਿ ਸਾਰੇ ਜੁਆਇਨ ਕਰਨ ਨੂੰ, ਮਤਲਬ ਨੋਰਮਲ ਗੇਮ ਖੇਡੀ ਜਾਵੇ, ਉਹਨੂੰ ਸਾਰੇ ਜਣੇ ਜੁਆਇਨ ਕਰ ਸਕਦੇ ਆ। ਇਹ 'ਚ ਫਿਰ ਤੁਹਾਨੂੰ ਮੋੜ ਦੇਣੇ ਪੈਣੇ ਸਾਨੂੰ, ਸੋ ਮੋੜ ਵਾਲਾ ਜਿਹਨੇ ਮੋੜ ਬਣਾਏ ਫਿਰ ਇੱਦਾਂ ਫਿਰ ਗਲਤ ਗੱਲ ਆ ਨਾ, ਜੇ ਸਾਰਿਆਂ ਕੋਲ ਹੀ ਚਲੇਗਾ ਉਹਦੀ ਪਰਮਿਸ਼ਨ ਤੋਂ ਬਿਨਾਂ, ਇੱਦਾਂ ਹੁੰਦਾ ਕੰਮ। ਅਤੇ ਜੇ 430K ਹੋ ਗਏ ਗਾਈਸ, 430K ਹੈਸ਼ਟੈਗ ਕਰ ਦਿਓ, ਅਤੇ ਆਪਾਂ ਚੱਲੇ ਫਿਰ, ਮਿਲਦੇ ਹਾਂ ਕੱਲ੍ਹ ਨੂੰ। ਜੇ ਕੱਲ੍ਹ ਨੂੰ ਆਪਾਂ ਲਾਈਵ ਨਾ ਕੀਤੀ ਫਿਰ ਕੱਲ੍ਹ ਨੂੰ ਇੱਕ ਵੀਡੀਓ ਆਊਗੀ, ਉਹ ਦੇਖ ਲਿਓ, ਫਿਰ ਆਪਾਂ ਪਰਸੋਂ ਲਾਈਵ ਕਰ ਲਵਾਂਗੇ। ਓਕੇ ਮੁੰਡਿਆ, ਅਤੇ ਹੁਣ ਮੈਨੂੰ ਦਿਓ ਇਜਾਜ਼ਤ, ਦੇਖੀਏ ਹੋ ਗਏ ਆਪਣੇ ਕਿ ਨਹੀਂ। ਬੱਲੇ ਬੱਲੇ, 430K ਹੋ ਗਏ ਮੁੰਡਿਆ, ਵੈਰੀ ਗੁੱਡ ਯਾਰ। ਓਕੇ ਬਾਏ ਵੀਰੇ, ਓਕੇ ਯਾਰ, ਲਵ ਯੂ ਤੁਹਾਨੂੰ ਸਾਰਿਆਂ ਨੂੰ ਯਾਰ। ਜਸ AK47 ਬਰੋ, ਥੈਂਕ ਯੂ ਯਾਰ, ਥੈਂਕ ਯੂ ਮੁੰਡਿਆ, ਅਤੇ ਮਿਲਦੇ ਹਾਂ ਫਿਰ। ਓਕੇ, ਰੱਬ ਰਾਖਾ ਯਾਰ, ਹੈਸ਼ਟੈਗ 430K, ਲਵ ਯੂ ਬਾਈ, ਲਵ ਯੂ ਸਾਰਿਆਂ ਨੂੰ, ਜੀ ਜੀ ਮੁੰਡਿਆ। ਅਤੇ ਨਮਨਦੀਪ ਬਾਈ ਵੱਲੋਂ ਫਿਰ 40 ਰੁਪਏ, ਥੈਂਕ ਯੂ ਨਮਨਦੀਪ ਬਾਈ, ਬਾਏ ਬਰੋ, ਥੈਂਕ ਯੂ ਫੋਰ ਯੂਅਰ ਸਪੋਰਟ, ਅਤੇ ਰੱਬ ਇੱਦਾਂ ਹੀ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ। ਲਵ ਯੂ ਯਾਰ ਨਮਨਦੀਪ ਬਾਈ, ਥੈਂਕ ਯੂ ਬਰੋ, ਮਿਲਦੇ ਹਾਂ ਕੱਲ੍ਹ ਨੂੰ ਜਾਂ ਪਰਸੋਂ, ਉਹਨਾਂ ਟਾਈਮ ਤੁਸੀਂ ਕਰੋ ਚਿੱਲ। ਓਕੇ ਬਾਈ, ਰੱਬ ਰਾਖਾ ਯਾਰੋ।